ਪ੍ਰਾਈਮ ਏਸ਼ੀਆ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਪ੍ਰਾਈਮ ਫੋਕਸ ਵਿੱਚ ਤੁਹਾਡਾ ਸਭਨਾਂ ਦਾ ਹਾਰਦਿਕ ਸਵਾਗਤ ਹੈ ਦੋਸਤੋ ਅੱਜ ਅਸੀਂ ਗੱਲਾਂਬਾਤਾਂ ਕੁਝ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕਰਾਂਗੇ ਕੁਝ ਇੱਕ ਤਾਜ਼ਾ ਖਬਰਾਂ ਨੂੰ ਆਧਾਰ ਬਣਾ ਕੇ ਕਰਾਂਗੇ ਕੁਝ ਕਬੀਤੇ ਕੁਝ ਘੰਟਿਆਂ ਦੇ ਵਿੱਚ ਜਿਨ੍ਹਾਂ ਨੇ ਸਮੂੱਚੇ ਪੰਜਾਬੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਉਹਨਾਂ ਖਬਰਾਂ ਦਾ ਕਰਾਂਗੇ ਪਰ ਇਹਨਾਂ ਖਬਰਾਂ ਵਿੱਚ ਇਸ ਗੱਲਬਾਤ ਵਿੱਚ ਤੁਹਾਡੀਆਂ ਟਿੱਪਣੀਆਂ ਦਾ ਸਾਨੂੰ ਹਮੇਸ਼ਾ ਦੀ ਤਰ੍ਹਾਂ ਇੰਤਜ਼ਾਰ ਰਹੇਗਾ। ਸਭ ਤੋਂ ਪਹਿਲੀ ਗੱਲ ਬੀਤੇ ਕੁਝ ਦਿਨਾਂ ਤੋਂ ਪੰਜਾਬ ਦੀ ਸਿਆਸਤ ਦੇ ਵਿੱਚ ਕਾਫੀ ਸਰਗਰਮੀਆਂ ਵੇਖਣ ਨੂੰ ਸੁਣਨ ਨੂੰ ਮਿਲ ਰਹੀਆਂ ਨੇ। ਉਸ ਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਪੰਜਾਬ ਦੀ ਵਿਧਾਨ ਸਭਾ ਚੋਣ ਲਗਭਗ ਨੇੜੇ ਹੁੰਦੀ ਜਾ ਰਹੀ ਹੈ ਅਤੇ ਸਾਰੀਆਂ ਪਾਰਟੀਆਂ ਕਮਰ ਕੱਸੇ ਕੱਸ ਰਹੀਆਂ ਨੇ। ਬੀਤੇ ਕਈ ਦਿਨਾਂ ਤੋਂ ਦੇਖ ਰਹੇ ਹਾਂ ਕਿ ਨਵਜੋਤ ਸਿੰਘ ਸਿੱਧੂ ਹੋਰੀ ਵੀ ਸਰਗਰਮ ਹੋ ਗਏ ਆ। ਤੇ ਦੂਸਰੇ ਪਾਸੇ ਕਪਟਨ ਅਮਰਿੰਦਰ ਸਿੰਘ ਹੋਰੀ ਵੀ ਅਤੇ ਉਹਨਾਂ ਨਾਲ ਨਾਲ ਪ੍ਰਤਾਪ ਸਿੰਘ ਬਾਜਵਾ ਹੋਰੀ ਵੀ ਕਿਤੇ ਕਿਤੇ ਚਿੱਠੀਆਂ ਲਿਖੀ ਜਾ ਰਹੇ ਆ ਇਹਦੇ ਨਾਲ ਨਾਲ ਕਿਤੇ ਸ਼ਮਸ਼ੀਰ ਸਿੰਘ ਦੂਲੋ ਵੀ ਆਪਣੀ ਗੱਲ ਕਰੀ ਜਾ ਰਹੇ ਆ ਤੇ ਜਦੋਂ ਦੂਸਰੇ ਪਾਸੇ ਨਜ਼ਰ ਮਾਰਦੇ ਆ ਜਿਨ੍ਹਾਂ ਦੀ ਪਿਛਲੀ ਵਾਰੀ ਦਾਲ ਗਲ ਨਹੀਂ ਸੀ ਸਕੀ ਦੋ ਟਰਮਾ ਲਗਾਤਾਰ ਸਰਕਾਰ ਵਿੱਚ ਰਹੇ ਸੱਤਾ ਵਿੱਚ ਰਹੇ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਹੁਣ ਫੇਰ ਸਰਗਰਮੀਆਂ ਤੇਜ਼ ਕੀਤੀਆਂ ਨੇ ਪਰ ਇੱਕ ਵਾਰ ਘਿਰ ਜ਼ਰੂਰ ਗਏ ਨੇ ਜਦੋਂ ਸਰਪਾਰਟੀ ਮੀਟਿੰਗ ਹੋਈ ਉਹਦੇ ਵਿੱਚ ਕੁਝ ਇੱਕ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਜਿਸ ਤੇ ਕਾ ਲਗਭਗ ਸਾਰੀਆਂ ਤਰ੍ਹਾਂ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਉਹ ਵੱਖਰੀ ਸੁਰ ਆਲਾਪ ਦੇ ਉੱਥੇ ਨਜ਼ਰ ਆਏ ਉਹਦੀ ਗੱਲਬਾਤ ਜ਼ਰੂਰ ਕਰਨੀ ਬਣਦੀ ਹੈ ਇਹਦੇ ਨਾਲ ਨਾਲ ਜਦੋਂ ਅਸੀਂ ਸਿਆਸਤ ਦੀ ਗੱਲ ਕਰਦੇ ਹਾਂ ਚੋਣਾਂ ਦੀ ਗੱਲ ਕਰਦੇ ਹਾਂ ਸਿਆਸੀ ਪਾਰਟੀ ਭਾਵੇਂ ਕੋਈ ਵੱਡੀ ਹੋਵੇ ਭਾਵੇਂ ਕੋਈ ਛੋਟੀ ਹੋਵੇ ਚੋਣਾਂ ਵੇਲੇ ਕੋਈ ਨਾ ਕੋਈ ਰੋਲ ਉਹਨਾਂ ਦਾ ਰਹਿੰਦਾ ਹੈ ਕਿਸੇ ਨੂੰ ਕਿਸੇ ਵਰਗ ਨੂੰ ਆਪਣੇ ਵੱਲ ਖਿੱਚਣ ਵਿੱਚ ਕਾਮਯਾਬ ਹੁੰਦੀਆਂ ਨੇ ਭਾਵੇਂ ਘਟ ਹੋਣ ਭਾਵੇਂ ਵੱਧ ਹੋਣ ਕਈ ਵਾਰੀ 헤ਰ ਫੇਰ 2-3% ਨਾਲ ਹੀ ਹੋ ਜਾਂਦਾ ਕਈ ਵਾਰੀ ਇੰਨੀਆਂ ਕਵੋਟਾਂ ਤੋੜਨ ਦੇ ਵਿੱਚੋਂ ਪਾਰਟੀਆਂ ਵੀ ਕਾਮਯਾਬ ਹੋ ਜਾਂਦੀਆਂ ਨੇ ਇਹਦੇ ਨਾਲ ਨਾਲ ਪੰਜਾਬ ਦੇ ਕਈ ਹੋਰ ਅਹਿਮ ਮੁੱਦੇ ਵੀ ਨੇ ਜਿਨ੍ਹਾਂ ਦੇ ਉੱਤੇ ਅੱਜ ਗੱਲਬਾਤ ਅਸੀਂ ਕਰਾਂਗੇ ਪਰ ਆਓ ਇਹਨਾਂ ਸਾਰਾਂ ਸਾਰੇ ਮੁੱਦਿਆਂ ਦੇ ਵਿਚਕਾਰ ਹੁਣ ਸ਼ਾਮਲ ਕਰਦੇ ਹਾਂ ਪਰਮਵੀਰ ਬਾੜਾ ਸਾਹਿਬ ਨੂੰ ਬਾੜਾ ਸਾਹਿਬ ਜੀ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੈਣੀਪਾਲ ਸਾਹਿਬ ਬਹੁਤ ਧੰਨਵਾਦ ਸ਼ੁਕਰੀਆ ਜੀ ਬੈਣੀਪਾਲ ਸਾਹਿਬ ਤੁਸੀਂ ਇਹ ਗੱਲਾਂ ਨਾ ਬੜੀਆਂ ਡੂੰਘੀਆਂ ਜੀਆਂ ਕੀਤੀਆਂ ਜੀ ਤੇ ਜਦੋਂ ਮੈਂ ਇਧਰਲੇ ਪਾਸੇ ਦੇਖਦਾ ਹੁੰਨਾ ਤੇ ਆਮ ਤੌਰ ਤੇ ਹੁੰਦਾ ਕਿ ਪੰਜਾਬ ਦੇ ਸਿਆਸਤਦਾਨਾਂ ਨੇ ਪੰਜਾਬ ਦੇ ਲਈ ਕੀਤਾ ਕੱਖ ਨਹੀਂ ਇਹ ਆਮ ਹੀ ਧਾਰਨਾ ਚੱਲਦੀ ਹੈ ਕਿ ਜੇ ਪੰਜਾਬ ਦੇ ਲਈ ਚੰਗਾ ਕੀਤਾ ਹੁੰਦਾ ਤਾਂ ਲੋਕ ਨੌਕਰੀਆਂ ਮਿਲਦੀਆਂ ਸੜਕਾਂ ਸੁੜਕਾਂ ਸਾਰੀਆਂ ਬਣਦੀਆਂ ਸਕੂਲ ਚੰਗੇ ਹੁੰਦੇ ਪਰ ਦੂਸਰੇ ਰੁਖ ਦੇਖੀਏ ਤਾਂ ਸਾਰੇ ਪੰਜਾਬ ਦੇ ਲੋਕ ਸਿਆਸਤੀ ਆ ਜੀ ਹਰ ਇੱਕ ਬੰਦੇ ਨੂੰ ਇਹ ਲੱਗਦਾ ਕਿ ਮੇਰੇ ਤੋਂ ਵੱਡਾ ਪੰਜਾਬ ਦਾ ਰਾਜਨੀਤਿਕ ਮਾਸਟਰ ਕੋਈ ਨਹੀਂ ਬਿਲਕੁਲ ਭਾਵੇਂ ਪੰਜਾਬੀ ਵਿਦੇਸ਼ਾਂ ਦੇ ਵਿੱਚ ਵੀ ਗਏ ਆ ਹੁਣ ਤੁਸੀਂ ਦੇਖੋ ਨਾ ਕਿ ਇੱਕ ਬੰਦਾ ਖੇਤ ਦੇ ਵਿੱਚ ਵਟ ਘੜੀ ਜਾਂਦਾ ਹੈ। ਹੂੰ। ਦੂਸਰਾ ਉਹਦੇ ਕੋਲੋਂ ਜਿਹੜਾ ਕੋ ਲੋਹੇ ਦਾ ਕੰਮ ਕਰਦਾ ਲੱਕੜ ਦਾ ਕੰਮ ਕਰਦਾ ਉਹ ਸਾਈਕਲ ਤੇ ਲੰਘਦਾ। ਹੁਣ ਉਹ ਇੱਕ ਪੁੱਛੂਗਾ ਉਹ ਆ ਜਾ ਘੜੀ ਬਹਿ ਜਾ। ਉਹਨੇ ਵੀ ਚਲੋ ਲਾਤ ਇੱਕ ਪਾਸੇ ਥੱਲੇ ਲਾ ਲੈਣੀ ਉਹਨੇ ਵੀ ਕਹੀ ਉੱਥੇ ਛੱਡ ਦੇਣੀ ਆ ਤੇ ਅ ਦੱਸਦਾ ਬਹਿਾਂ ਜਾਂ ਜਿਹੜਾ ਕਈ ਦਾ ਉਹ ਫੜ ਕੇ ਖੜ ਜਣਾ ਫੇ ਉਦੋਂ ਹੀ ਗੱਲਾਂ ਚੱਲਦੀਆਂ ਘਰ ਦੀਆਂ ਗੱਲਾਂ ਤੋਂ ਸਿੱਧੀਆਂ ਚੰਡੀਗੜ੍ਹ ਪੁੰਨੀਆਂ। ਹੂੰ। ਹੁਣ ਐਦ ਕੀ ਕਿਦਾਂ ਉਹ ਇਲੈਕਸ਼ਨ ਦਾ ਫੇ ਆਉਣ ਵਾਲੀ ਆ। ਆਪਾਂ ਨਹੀਂ ਐਦ ਕੀ ਉਹਦੇ ਨਾਲ ਤੁਰਨਾ। ਮੁੜ ਕੇ ਸਾਨੂੰ ਉਹਨੇ ਬੁਲਾਇਆ ਨਹੀਂ। ਦੂਜੇ ਨੇ ਕਿਹਾ ਨਾ ਨਾ ਤੂੰ ਤੁਰੀ ਨਾ ਸਰਕਾਰ ਤੈਦ ਕਿ ਉਹਨਾਂ ਦੀ ਬਣਣੀਆ ਮੈਂ ਗਿਆ ਹੀ ਰੈਲੀ ਇਕੱਠ ਬੜਾਈ ਉਹਨਾਂ ਨੇ ਤੇ ਕਿਹ ਵਾਰੀ ਤੁਰਿਆ ਉਹਦੇ ਨਾਲ ਫਿਰਦਾ ਹੁੰਦਾ ਜੀ ਹਾਂ ਉਹਦੇ ਨਾਲ ਹੀ ਤੁਰਿਆ ਫਿਰਦਾ ਹੁੰਦਾ ਯਾਨੀ ਕਿ ਆਪੋ ਆਪਣੇ ਅੰਦਾਜ਼ੇ ਲਾਉਣੇ ਸ਼ੁਰੂ ਕਰ ਦੇਣੇ ਪਹਿਲੇ ਹੀ ਆਪਣਾ ਮਨ ਬਣਾ ਲੈਣਾ ਕਿ ਸਰਕਾਰ ਤੈਦ ਕਿ ਉਹਨਾਂ ਦੀ ਬਣਣੀ ਹੈ ਇਹ ਇੱਕ ਗੱਲ ਤਾਂ ਪੱਕੀ ਹੈ ਕਿ ਸਰਕਾਰ ਜੇ ਦੀ ਮਰਜ਼ੀ ਹੋਵੇ ਲੋਕ ਰਹਿੰਦੇ ਦੁਖੀ ਆ ਜੀ ਲੋਕਾਂ ਦੇ ਵਿੱਚ ਖੁਸ਼ੀ ਨਾਲ ਦੀ ਚੀਜ਼ ਕੋਈ ਨਹੀਂ ਹੁੰਦੀ ਤੇ ਪਿੰਡਾਂ ਦੇ ਵਿੱਚ ਧੜੇ ਬੰਦੀਆਂ ਪਹਿਲਾਂ ਹੀ ਵੱਡ ਜਾਂਦੀਆਂ ਉਹਨਾਂ ਨੇ ਜੋ ਉੱਪਰ ਟਿਕਟਾਂ ਨਹੀਂ ਵੱਡੀਆਂ ਹੁੰਦੀਆਂ ਪਰ ਲੋਕ ਆਪ ਉਹ ਆਪਣੀਆਂ ਜਿਹੜੀਆਂ ਦਸ਼ਾਵਾਂ ਮਿੱਥ ਲੈਂਦੇ ਆ ਕਿ ਭਾਈ ਫਲਾਨੇ ਨੇ ਉਹਨੂੰ ਵੋਟਾਂ ਪਾਉਣੀਆਂ ਆਪਾਂ ਉਹਨਾਂ ਬੋਲਣਾ ਨਹੀਂ ਉਹਨੂੰ ਆਪਾਂ ਤੋੜਨਾ ਕਿਦਾਂ ਹੁਣ ਜਦੋਂ ਪੰਜਾਬ ਦਾ ਹਰ ਇੱਕ ਬੰਦਾ ਰਾਜਨੀਤਿਕ ਤੌਰ ਦੇ ਉੱਤੇ ਆਪਣੇ ਆਪ ਨੂੰ ਐਕਸਪਰਟ ਮੰਨ ਕੇ ਚੱਲਦਾ ਜੀ ਤਾਂ ਸਵਾਲ ਹੀ ਪੈਦਾ ਹੁੰਦਾ ਹੈ ਕਿ ਡੇਢ ਸਾਲ ਬਾਅਦ ਹੋਣ ਵਾਲੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦਾ ਨਤੀਜਾ ਕੀ ਰਹੂ ਜੀ ਉਹਦੇ ਤੋਂ ਪਹਿਲਾਂ ਦੋ ਪੰਜਾਬ ਦੇ ਵੱਡੇ ਲੀਡਰ ਸੱਚੀ ਮੁੱਚੀ ਕਸੂਤੇ ਫਸੇ ਹੋਏ ਨੇ ਇੱਕ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੇ ਦੂਸਰੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਹੁਣ ਦੋਵਾਂ ਲੀਡਰਾਂ ਦੇ ਕਸੂਤਾ ਫਸਣ ਦੀ ਗੱਲ ਕੀ ਹੈ ਜੀ ਕੀ ਉਹ ਇਸ ਘੁਮਣ ਕੇਰੀ ਚੋਂ ਨਿਕਲ ਸਕਣਗੇ ਜੇ ਇਹ ਇਹ ਦੋਵੇਂ ਲੀਡਰ ਬੈਣੀਪਾਲ ਸਾਹਿਬ ਕਸੂਤੇ ਫਸ ਗਏ ਆ ਤੇ ਇਹਦਾ ਮਤਲਬ ਹੈ ਕਿ ਕਿਸੇ ਤੀਸਰੀ ਧਿਰ ਦਾ ਦਾ ਲੱਗੂ ਜੀ ਤਾਂ ਤੀਸਰੀ ਧਿਰ ਤਾਂ ਪੰਜਾਬ ਦੇ ਵਿੱਚ ਕਿਤੇ ਲੱਭਦੀ ਨਹੀਂ ਹੁਣ ਕਾਰਨ ਕੀ ਹੈ ਸਭ ਤੋਂ ਵੱਡੀ ਗੱਲ ਹੋ ਸਕਦਾ ਕੋਈ ਬੰਦਾ ਕਹੇ 1.5 ਸਾਲ ਪਿਆ ਯਾਰ ਹੁਣੇ ਰੌਲਾ ਪਾਉਣ ਲੱਪੇ ਹੁਣ ਜੂਨ ਮਹੀਨਾ ਮੁੱਕ ਚੱਲਿਆ ਜੁਲਾਈ ਮਹੀਨਾ ਆ ਜਾਣਾ ਅਗਲੀ ਚਲਾਈ ਤੱਕ ਤਾਂ ਕੰਮ ਨਹੀਂ ਪੜੀ ਜਾਣਾ ਹੂੰ ਕਿਉਂਕਿ ਜੇ ਫਰਵਰੀ ਦੇ ਵਿੱਚ ਵੋਟਾਂ ਪੈਣੀਆਂ ਹੋਈਆਂ ਤਾਂ ਮੰਨ ਕੇ ਚੱਲਿਓ ਨਵੰਬਰ ਦਸੰਬਰ ਦੇ ਵਿੱਚ ਕੋਡ ਆਫ ਕੰਡਕਟ ਲੱਗ ਜਾਣਾ ਜੀ ਚੋਣ ਜ਼ਾਬਤਾ ਲੱਗ ਜਾਣਾ ਜੇ ਅਗਲੇ ਨਵੰਬਰ ਦਸੰਬਰ ਦੇ ਵਿੱਚ ਚੋਣ ਜ਼ਾਬਤਾ ਲੱਗ ਜਾਣਾ ਤੇ ਇਹਦਾ ਮਤਲਬ ਉਹ ਤੋਂ 3 ਕਮਹੀਨੇ ਪਹਿਲਾਂ ਠਾ 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 ਰੈਲੀਆਂ ਦਾ ਸਿਲਸਲਾ ਸ਼ੁਰੂ ਹੂੰ ਰੋਡ ਸ਼ੋਅ ਦਾ ਸਿਲਸਲਾ ਸ਼ੁਰੂ ਜੀ ਲੋਕਾਂ ਨੂੰ ਭੰਨਣ ਦਾ ਸਿਲਸਲਾ ਸ਼ੁਰੂ ਕਿ ਭਾਈ ਤੁਸੀਂ ਸਾਨੂੰ ਵੋਟਾਂ ਪਾਓ ਜੀ ਨਵੰਬਰ ਤੋਂ 3 ਮਹੀਨੇ ਪਹਿਲਾਂ 4 ਮਹੀਨੇ ਸ਼ੁਰੂ ਹੋ ਗਿਆ ਦਾ ਮਤਲਬ ਹੈ ਕਿ ਅਗਲੀ ਜੁਲਾਈ ਤੱਕ ਦਾ ਸਿਰਫ 1 ਸਾਲ ਬਾਕੀ ਹੈ ਉਹਦੇ ਵਿੱਚ 365 70 ਦਿਨ ਬਣਦੇ ਆ ਜੀ ਹੁਣ ਇਹ 365 70 ਦਿਨ ਹੀ ਆ ਜਿਹਦੇ ਵਿੱਚ ਸਿਆਸੀ ਪਾਰਟੀਆਂ ਨੇ ਡਿੱਗਣਾ ਹੈ ਜਿਹਦੇ ਵਿੱਚ ਸਿਆਸੀ ਪਾਰਟੀਆਂ ਨੇ ਉੱਠਣਾ ਹੈ ਜਿਹਦੇ ਵਿੱਚ ਸਿਆਸੀ ਪਾਰਟੀਆਂ ਨੇ ਲੋਕਾਂ ਦੇ ਉੱਤੇ ਆਪਣਾ ਹਿਸਾਬਕਤਾਬ ਲਾਉਣਾ ਹੈ ਇਸੇ ਕਰਕੇ ਭਾਵੇਂ ਕੋਵਿਡ 19 ਦਾ ਪ੍ਰਕੋਪ ਅਜੇ ਹੈਗਾ ਭਾਵੇਂ ਅਜੇ ਸਾਰੀਆਂ ਖੁੱਲਣ ਢਲਣ ਦਿੱਤੀਆਂ ਗਈਆਂ ਜੀ ਮੈਨੀਪਾਲ ਸਾਹਿਬ ਤੁਸੀਂ ਦੇਖੋ ਨਾ ਜੀ ਕੋਈ ਬੰਦਾ ਸਾਈਕਲ ਦੇ ਉੱਤੇ ਸੈਂਕੜੇ ਕਿਲੋਮੀਟਰ ਦਾ ਸਫ਼ਰ ਤੈਅ ਕਰੀ ਜਾਂਦਾ ਨਾਲ ਸੈਂਕੜੇ ਸਾਥੀਆਂ ਨੂੰ ਨਾਲ ਲੈ ਕੇ ਇੱਕ ਆਮ ਆਦਮੀ ਪਾਰਟੀ ਦੇ ਵਿਧਾਇਕ ਸਾਹਿਬ ਤਾਂ ਉਹ ਗੱਡਾ ਤੇ ਟਾਂਗਾ ਲੈ ਕੇ ਆਪਣੇ ਹਲਕੇ ਦੇ ਵਿੱਚ ਘੁੰਮ ਰਹੇ ਐ ਇਹਦੇ ਤੋਂ ਇਲਾਵਾ ਕਦੇ ਮਨਪ੍ਰੀਤ ਬਾਦਲ ਦਾ ਘਰ ਘੇਰ ਕਦੇ ਕੁਝ ਕਰ ਇਹਦੇ ਤੋਂ ਸਾਫ਼ ਨਜ਼ਰ ਆਉਂਦਾ ਕਿ ਹਰ ਇੱਕ ਸਿਆਸੀ ਪਾਰਟੀ ਨੇ ਅੰਦਰ ਖਾਤਾ ਹੀ ਸਹੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਪਤਾ ਉਹਨਾਂ ਨੂੰ ਹੈਗਾ ਕੀ ਹੱਦ ਕੀ ਹਾਲਾਤ ਕਿਸੇ ਦਲੇਵੀ ਸੁਖਾਵੇਂ ਨਹੀਂ ਬਾਦਸਬ ਦੇਖੋ ਤਿਆਰੀ ਕਰਨੀ ਲਾਜ਼ਮੀ ਵੀ ਹੈ ਜੰਗ ਛੋਟੀ ਹੋਵੇ ਜੰਗ ਵੱਡੀ ਹੋਵੇ ਸ਼ਿਕਾਰ ਭਾਵੇਂ ਤੁਸੀਂ ਸ਼ੇਰ ਦਾ ਕਰਨਾ ਭਾਵੇਂ ਗਿੱਦੜ ਦਾ ਕਰਨਾ ਸਾਮਾ ਤੁਹਾਨੂੰ ਉਨਾਂ ਹੀ ਲੈ ਜਾਣਾ ਪੈਂਦਾ ਹੈ ਇਹ ਤੁਹਾਨੂੰ ਪਤਾ ਨਹੀਂ ਕਿ ਰਸਤੇ 'ਚ ਤੁਹਾਨੂੰ ਟੱਕਰ ਕਿਨੇ ਜਾਣਾ ਜੀ ਹੁਣ ਜਦੋਂ ਆਪਾਂ ਗੱਲ ਕਰਦੇ ਆ ਸਿਆਸੀ ਪਾਰਟੀਆਂ ਦੀ ਤੁਸੀਂ ਮੁੱਖ ਦੋ ਸਿਆਸੀ ਪਾਰਟੀਆਂ ਦਾ ਜ਼ਿਕਰ ਕੀਤਾ ਸ਼੍ਰੋਮਣੀ ਅਕਾਲੀ ਦਲ ਦਾ ਅਤੇ ਕਾਂਗਰਸ ਪਾਰਟੀ ਜਿਹੜੀ ਇਸ ਵਕਤ ਪੰਜਾਬ ਦੇ ਵਿੱਚ ਸੱਤਾਧਰੀ ਪਾਰਟੀ ਹੈ ਜੀ ਆਪਾਂ ਨੂੰ ਇਹ ਪਤਾ ਹੈ ਪਾਵੇਂ ਕੋਈ ਮੰਨੇ ਪਾਵੇਂ ਨਾ ਮੰਨੇ ਆਮ ਤੌਰ ਤੇ ਕਿਸੇ ਵੀ ਪਾਰਟੀ ਲੀਡਰ ਨੂੰ ਪੁੱਛ ਲਿਓ ਕਿ ਤੁਹਾਡੀ ਪਾਰਟੀ ਦੇ ਵਿੱਚ ਧੜੇਬੰਦੀ ਹੈ ਆਹਰ ਲੋਕਾਂ ਨੂੰ ਸਾਹਮਣੇ ਨਜ਼ਰ ਵੀ ਆ ਰਿਹਾ ਹੁੰਦਾ ਹੈ ਕਈ ਵਾਰੀ ਸਿਆਸੀ ਰੈਲੀਆਂ ਦੇ ਵਿੱਚ ਜਿਹੜੇ ਲੀਡਰਾਂ ਦੇ ਪਹੁੰਚਣ ਦੀ ਉਮੀਦ ਹੁੰਦੀ ਹੈ ਉਹ ਪਹੁੰਚਦੇ ਵੀ ਨਹੀਂ ਬਾਅਦ ਦੇ ਵਿੱਚ ਕਿਹਾ ਜਾਂਦਾ ਨਹੀਂ ਨਹੀਂ ਉਹਦੀ ਤਾਂ ਅਸੀਂ ਡਿਊਟੀ ਕਿਸੇ ਪਾਸੇ ਹੋਰ ਲਾਈ ਹੁੰਦੀ ਸੀ ਪਰ ਦਰਸਰ ਗੱਲ ਇਹ ਹੁੰਦੀ ਨਹੀਂ ਹੁਣ ਜੇ ਆਪਾਂ ਦੇਖੀਏ ਕਿ ਸੱਤਾਧਾਰੀ ਪਾਰਟੀ ਕਾਂਗਰਸ ਪਾਰਟੀ ਹੈ ਆਮ ਤੌਰ ਤੇ ਤਾਂ ਕਪਨ ਅਮਰਿੰਦਰ ਸਿੰਘ ਵੀ ਇਹੀ ਕਹਿੰਦੇ ਨੇ ਕਾਂਗਰਸ ਪਾਰਟੀ ਦੇ ਕਿਸੇ ਵਰਕਰ ਨੂੰ ਪੁੱਛ ਲਓ ਉਹ ਵੀ ਇਹੀ ਕਹਿੰਦਾ ਕਿ ਸਾਡੀ ਪਾਰਟੀ ਦੇ ਵਿੱਚ ਧੜੇਬਾਜ਼ੀ ਜਾਂ ਧੜੇਬੰਦੀ ਦੀ ਇਸ ਵਕਤ ਕੋਈ ਗੁੰਜਾਇਸ਼ ਨਹੀਂ ਹੈ ਹੀ ਨਹੀਂ ਅਸੀਂ ਇੱਕੋ ਹੀ ਹਾਂ ਪਰ ਹੁਣ ਇਹ ਦੇਖੋ ਪੀਪਣੀਆਂ ਸਾਰੇ ਆਪੋ ਆਪਣੀਆਂ ਵਜਾ ਰਹੇ ਨੇ ਨਵਜੋਤ ਸਿੰਘ ਸਿੱਧੂ ਜੇਕਰ ਕੈਪਟਨ ਅਮਰਿੰਦਰ ਸਿੰਘ ਨਾਲ ਇੱਕਮ ਇੱਕ ਹੁੰਦੇ ਜਾਂ ਦੋਵਾਂ ਦੀ ਲੀਡਰਾਂ ਦੀ ਇੱਕ ਸੁਰਤਾ ਹੁੰਦੀ ਤਾਂ ਬੀਤੇ 3.5 ਸਾਲਾਂ ਦਾ ਇਤਿਹਾਸ ਤੇ ਨਜ਼ਰ ਮਾਰੀਏ ਜਦੋਂ ਤੋਂ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਵਿੱਚ ਆਏ ਨੇ ਕਿਹੜਾ ਦਿਨ ਸੀ ਜਿੱਦਣ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਦਾ ਇੱਕੋ ਹੀ ਬਿਆਨ ਆਇਆ ਹੋਵੇ ਉਹ ਕਿਹੜਾ ਦਿਨ ਸੀ ਜਦੋਂ ਨਵਜੋਤ ਸਿੰਘ ਸਿੱਧੂ ਦੀ ਹਾਂ ਦੇ ਵਿੱਚ ਹਾਂ ਕੈਪਟਨ ਅਮਰਿੰਦਰ ਸਿੰਘ ਨੇ ਮਲਾਈ ਹੋਵੇ ਜਾਂ ਪਾਉਲਟ ਵੀ ਕਹਿ ਸਕਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਕਿਹੜੀ ਗੱਲ ਸੀ ਜਿਹਦੇ ਵਿੱਚ ਹਾਂ ਦੇ ਹਾਂ ਨਵਜੋਤ ਸਿੰਘ ਸਿੱਧੂ ਨੇ ਮਲਾਈ ਹੋਵੇ ਇਹ ਲੋਕ ਜਾਣਦੇ ਨੇ ਲੀਡਰਾਂ ਨੂੰ ਪਤਾ ਵੀ ਹੁੰਦਾ ਕਿ ਕਿਹੜਾ ਲੀਡਰ ਸਹੀ ਗੱਲ ਕਰ ਰਿਹਾ ਕਿਹੜਾ ਲੋਕ ਪੱਖੀ ਗੱਲ ਕਰ ਰਿਹਾ ਲੋਕ ਹਿੱਤਾਂ ਦੀ ਗੱਲ ਕਰ ਰਿਹਾ ਪਰ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਜਦੋਂ ਨਾਂ ਬਣੀ ਜਿਹੜਾ ਕੁਝ ਉਹ ਕਰਨਾ ਚਾਹੁੰਦੇ ਸੀ ਉਹ ਡੇਵਨ ਤੋਂ ਕਹਿੰਦੇ ਰਹੇ ਕਿ ਆਹ ਮਹਿਕਮਾ ਮੈਨੂੰ ਦਿਓ ਲੱਗਦਾ ਤਾਂ ਲੋਕਾਂ ਨੂੰ ਇਹ ਸੀ ਕਿ ਜਿਹੜੇ ਤਰੀਕੇ ਨਾਲ ਉਲਾਮ ਲਸ਼ ਕਰਨ ਨਾਲ ਆਏ ਨੇ ਤੇ ਉੱਪਰਲੀ ਕਮਾਂਡ ਕੋਲ ਜਾ ਕੇ ਉਹਨਾਂ ਨੇ ਐਂਟਰੀ ਵਾਰੀ ਆ ਕਿ ਉਹ ਉਪ ਮੁੱਖ ਮੰਤਰੀ ਹੋਣਗੇ ਪਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਉਹ ਕੁਰਸੀ ਦਿੱਤੀ ਨਹੀਂ ਪਿਛਲੀ ਆਪਾਂ ਕਈ ਵਾਰੀ ਜੇਕਰ ਦੇਖਦੇ ਆਂ ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ ਉਪ ਮੁੱਖ ਮੰਤਰੀ ਵੀ ਵੀ ਰਜਿੰਦਰ ਕੌਰ ਭੱਟਲ ਵੀ ਰਹੇ ਨੇ ਸੁਖਬੀਰ ਸਿੰਘ ਬਾਦਲ ਵੀ ਉਪ ਮੁੱਖ ਮੰਤਰੀ ਰਹੇ ਨੇ ਪਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਕਿਸੇ ਨੂੰ ਉਪ ਮੁੱਖ ਮੰਤਰੀ ਨਹੀਂ ਬਣਾਇਆ ਇਹ ਜ਼ਰੂਰੀ ਵੀ ਨਹੀਂ ਇਹ ਜ਼ਰੂਰੀ ਨਹੀਂ ਕਿ ਹਰੇਕ ਸਰਕਾਰ ਦੇ ਵਿੱਚ ਉਪ ਮੁੱਖ ਮੰਤਰੀ ਹੋਵੇ ਵੀ ਪਰ ਨਵਜੋਤ ਸਿੰਘ ਸਿੱਧੂ ਦੀਆਂ ਸੁਰਾਂ ਲਗਾਤਾਰ ਤਿੱਖੀਆਂ ਹੁੰਦੀਆਂ ਗਈਆਂ ਕੈਪਟਨ ਅਮਰਿੰਦਰ ਸਿੰਘ ਵੀ ਐਨ ਉਸੇ ਸਪੀਡ 'ਚ ਰਹੇ ਉਹਨਾਂ ਨੇ ਵੀ ਈਨ ਨਹੀਂ ਮੰਨੀ ਆਖਰਕਾਰ ਨਵਜੋਤ ਸਿੰਘ ਸਿੱਧੂ ਨੂੰ ਇੱਕ ਪਾਸਾ ਕਰਨਾ ਪੈ ਗਿਆ ਆਪਣੀ ਕੈਬਨਟ ਮਿਨਿਸਟਰੀ ਤੋਂ ਅਸਤੀਫਾ ਦੇ ਕੇ ਇੱਕ ਪਾਸੇ ਹੋਣਾ ਪੈ ਗਿਆ ਪਹਿਲਾਂ ਚੁੱਪ ਰਹੇ ਉਧਰੋਂ ਪੈਂਡੈਮਿਕ ਦੇ ਦਿਨ ਵੀ ਸੀ ਪਰ ਹੁਣ ਉਹ ਲਗਾਤਾਰ ਸਰਗਰਮੀ ਤੇਜ਼ ਕਰ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਵਾਸਤੇ ਸੁਖਾਲਾ ਨਹੀਂ ਉਧਰ ਪ੍ਰਤਾਪ ਸਿੰਘ ਬਾਜਵਾ ਜਦੋਂ ਪੰਜਾਬ ਦੇ ਪ੍ਰਧਾਨ ਸੀ ਉਦੋਂ ਕੈਪਟਨ ਅਮਰਿੰਦਰ ਸਿੰਘ ਹੀ ਕਹਿੰਦੇ ਰਹੇ ਕਿ ਮੈਂ ਤਾਂ ਨੂੰ ਮੰਨਦਾ ਨਹੀਂ ਉਹ ਜਦੋਂ ਆਪਣੇ ਵਿਧਾਇਕ ਦਲ ਦੀ ਮੀਟਿੰਗ ਵੀ ਕਰਦੇ ਪੰਜਾਬ ਕਾਂਗਰਸ ਨੂੰ ਸੱਤਦੇ ਉਸ ਕਿਸੇ ਮੀਟਿੰਗ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜਾਂਦੇ ਵੀ ਨਹੀਂ ਸੀ ਹੁਣ ਟਿਟ ਫੋਰ ਟੈਟ ਅਦਲੇ ਦਾ ਬਦਲਾ ਹੋ ਰਿਹਾ ਹੁਣ ਜਿਹੜਾ ਕੰਮ ਕੈਪਟਨ ਅਮਰਿੰਦਰ ਸਿੰਘ ਕਰਨਾ ਚਾਹੁੰਦੇ ਨੇ ਉਹ ਹਾਂ ਚਾਹ ਘੱਟ ਮळाਉਂਦੇ ਆ ਚਿੱਠੀਆਂ ਜ਼ਿਆਦਾ ਲਿਖਦੇ ਆ ਮੈਨੂੰ ਇਹ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵਾਸਤੇ ਜਿੰਨੀ ਸੁਖਾਲੀ ਚੋਣ ਪਿਛਣੀ ਲੜਨੀ ਸੀ 2017 ਵਾਲੀ ਸੀ 2022 ਵਾਲੀ ਉਹ ਜੀ ਹੋਣੀ ਨਹੀਂ ਉਹਦਾ ਇੱਕ ਤਾਂ ਕਾਰਨ ਇਹ ਕਿ ਵਿਰੋਧੀ ਧਿਰ ਦੇ ਵਿੱਚ ਸੀ ਸਰਕਾਰ ਦੇ ਖਿਲਾਫ ਕਹਿਣ ਨੂੰ ਬਹੁਤ ਕੁਝ ਸੀ ਬੀਤੇ 10 ਵਰਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਾਂਝੀ ਸਰਕਾਰ ਦੇ ਖਿਲਾਫ ਲੋਕਾਂ ਦੇ ਵਿੱਚ ਗੁੱਸਾ ਵੀ ਸੀ ਉਹਨੂੰ ਕੈਸ਼ ਕਰ ਗਏ ਤੇ ਤੀਜੀ ਗੱਲ ਇਹ ਜੇ ਹੁਣ ਆਪਾਂ ਇਹ ਕਹੀਏ ਕਿ ਹੁਣ ਇਹੀ ਚੀਜ਼ ਜਿਹੜੀ ਉਹ ਲੋਕਾਂ ਨੂੰ ਦੱਸ ਰਹੇ ਸੀ ਇਹੀ ਭਾਵੇਂ ਉਹ ਸ਼੍ਰੋਮਣੀ ਅਕਾਲੀ ਦਲ ਭਾਜਪਾ ਵਾਲੇ ਨੇ ਭਾਵੇਂ ਆਪ ਜਾਂ बसपा ਵਾਲੇ ਨੇ ਹੁਣ ਉਹੀ ਕੁਝ ਜਿਹੜੀ ਕੈਪਟਨ ਅਮਰਿੰਦਰ ਸਿੰਘ ਚੋਣਾਂ ਤੋਂ ਪਹਿਲਾਂ ਕਹਿੰਦੇ ਸੀ ਉਹੀ ਕੁਝ ਹੁਣ ਬਾਕੀ ਦੀਆਂ ਪਾਰਟੀਆਂ ਵਾਲੇ ਕੈਪਟਨ ਸਰਕਾਰ ਦੇ ਖਿਲਾਫ ਕਹਿਣਗੇ ਬੈਰੀਪਾਲ ਸਾਹਿਬ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਜਿਹੜੀਆਂ ਉਦੋਂ ਇਹਨਾਂ ਦੇ ਪੱਖ 'ਚ ਗੱਲਾਂ ਭੁਗਤੀਆਂ ਸੀ ਇਹਨਾਂ ਦੇ ਖਿਲਾਫ ਭੁਗਤ ਸਕਦੀਆਂ ਹੁਣ ਕੈਪਟਨ ਅਮਰਿੰਦਰ ਸਿੰਘ ਦੇਖੋ ਪੰਜਾਬ ਦੇ ਮੁੱਖ ਮੰਤਰੀ ਆ ਕਿਰ ਕਿਵੇਂ ਸਕਦੇ ਆ ਨਾ ਇੱਕ ਬੰਦਾ ਮੁੱਖ ਮੰਤਰੀ ਹੋਵੇ ਡੂੜ ਸਾਲ ਉਹਦੇ ਕੋਲੇ ਪਿਆ ਹੋਵੇ ਸਾਰੀ ਪਾਰਟੀ ਦੇ ਬਹੁਤੇ ਵਿਧਾਇਕ ਜਿਹੜੇ ਉਹਨਾਂ ਦੇ ਅੰਗ ਸੰਗ ਘੁੰਮਦੇ ਹੋਣ ਜੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਕੋਈ ਬੋਲਦਾ ਤੇ ਐਨ ਝਈਆਂ ਲੈ ਲੈ ਕੇ ਉਹਨੂੰ ਪੈਂਦੇ ਹੁਣ ਮਜ਼ਬੂਤੀ ਕਮਜ਼ੋਰੀ ਦੇ ਵਿੱਚ ਕਿਵੇਂ ਬਦਲ ਸਕਦੀ ਹੈ ਤੁਸੀਂ ਨਵਜੋਤ ਸਿੰਘ ਸਿੱਧੂ ਦਾ ਬੜੀ ਵਿਸਥਾਰ ਦੇ ਨਾਲ ਜ਼ਿਕਰ ਕੀਤਾ ਇਹਦੇ ਤੋਂ ਇਲਾਵਾ ਦੋ ਤਿੰਨ ਮੁੱਦੇ ਹੈਗੇ ਆ ਜਿਹਦੇ ਕਰਕੇ ਕੈਪਟਨ ਅਮਰਿੰਦਰ ਸਿੰਘ ਦੇ ਲਈ ਸੌਖਾ ਨਹੀਂ ਹੋਏਗਾ ਰਾ ਕੰਡਿਆਂ ਭਰਪੂਰ ਹੋਏਗਾ ਪਹਿਲੀ ਗੱਲ ਕਾਂਗਰਸ ਪਾਰਟੀ ਜਿਨੇ ਇਲੈਕਸ਼ਨ ਲੜਨੀ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਇਕੱਲਿਆਂ ਨਹੀਂ ਲੜਨੀ 117 ਬੰਦੇ ਖੜੇ ਕਰਨੇ ਆ 117 ਦੇ ਵਿੱਚੋਂ 85 60 ਬੰਦੇ ਜੇਤੂ ਚਾਹੀਦੇ ਆ ਜਿਹੜੇ ਕੱਗੋ ਸਰਕਾਰ ਬਣਾਉਣ ਪਹਿਲਾ ਸਵਾਲ ਏ ਕਿ ਕੀ ਮੌਜੂਦਾ ਸਥਿਤੀਆਂ ਦੇ ਵਿੱਚ ਮੁੱਖ ਮੰਤਰੀ ਦੁਬਾਰਾ ਬਣ ਸਕਦੇ ਨੇ ਕੈਪਟਨ ਅਮਰਿੰਦਰ ਸਿੰਘ ਦੂਸਰਾ ਮੁੱਖ ਮੰਤਰੀ ਬਣਨ ਦੇ ਲਈ ਉਹਨਾਂ ਨੂੰ ਆਪਣੀ ਪਾਰਟੀ ਦੀ ਅਗਵਾਈ ਕਰਨੀ ਪਊਗੀ ਕੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਉਹਨਾਂ ਨੂੰ ਇਸ ਸਥਿਤੀ ਦੇ ਵਿੱਚ ਦੁਬਾਰਾ ਅਗਵਾਈ ਕਰਨ ਦੇ ਲਈ ਆਖੂ ਕਿਉਂਕਿ ਆਖੂ ਕੀ ਲੱਗਦਾ ਹੁਣ ਰੌਲਾ ਇਸ ਗੱਲ ਦਾ ਹੈ ਕਿ ਜਿਹੜੀ ਪਾਰਟੀ ਦੇ ਸਿਰ ਤੇ ਚੋਣ ਲੜਨੀ ਕਿਉਂਕਿ ਸਰਕਾਰ ਨੇ ਇਲੈਕਸ਼ਨ ਨਹੀਂ ਲੜਨੀ ਇਲੈਕਸ਼ਨ ਲੜਨੀ ਹੈ ਕਾਂਗਰਸ ਪਾਰਟੀ ਨੇ ਤੇ ਕਾਂਗਰਸ ਪਾਰਟੀ ਦੇ ਕੋਲ ਤਾਂ ਜਥੇਬੰਦਕ ਢਾਂਚਾ ਨਹੀਂ ਜਦੋਂ ਸੁਨੀਲ ਜਾਖੜ ਹੋਰਾਂ ਨੇ ਲੋਕ ਸਭਾ ਦੀ ਇਲੈਕਸ਼ਨ ਤੋਂ ਬਾਅਦ ਅਸਤੀਫਾ ਦਿੱਤਾ ਕਿ ਮੈਂ ਹਰ ਗਿਆ ਬਰਦਾਸਪੁਰ ਇਸ ਕਰਕੇ ਮੈਂ ਅਸਤੀਫਾ ਦਿੰਦਾ ਤੇ ਮੇਰੀ ਜਗ੍ਹਾ ਦੇ ਉੱਤੇ ਪ੍ਰਧਾਨਕ ਹੋਰ ਬਣਾਦਾ ਹੋਰ ਕੋ ਬਣਾਇਆ ਨਾ ਜਾਖੜ ਸਾਹਿਬ ਨੂੰ ਕਿਹਾ ਤਾ ਗਿਆ ਸੀ ਕਿ ਭਾਈ ਤੁਸੀਂ ਐਜ਼ ਅ ਪ੍ਰੈਜ਼ੀਡੈਂਟ ਕੰਮ ਕਰੋ ਦੱਬੀ ਚੱਲੋਗੇ ਹਾਂ ਕੈਪਟਨ ਸਾਹਿਬ ਨਾਲ ਸੀ ਉਹਦੇ ਤੋਂ ਬਾਅਦ ਢਾਂਚਾ ਭੰਗ ਕੀਤਾ ਇਹ ਤਾਂ ਬਣਿਆ ਹੀ ਨਾ ਕਾਂਗਰਸ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਕੌਣ ਹੈ ਜਨ ਸਕੱਤਰ ਕੌਣ ਹੈ ਜਨਕਟ ਸੈਕਟਰੀ ਕੌਣ ਹੈ ਸੈਕਟਰੀ ਕੌਣ ਹੈ ਅਜੇ ਤੱਕ ਕਿਸ ਨੂੰ ਨਹੀਂ ਪਤਾ ਮੀਤ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਕੌਣ ਹੈ ਜੇ ਬੰਦੇ ਦੇ ਕੋਲੇ ਅਹੁਦਾ ਹੋਵੇ ਬੰਦਾ ਨਾਂ ਦੀ ਪਲੇਟ ਪਾ ਕੇ ਬਣਾ ਕੇ ਵੀ ਘੁੰਮਦਾ ਤੇ ਨਾਲ ਦੀ ਨਾਲ ਲੋਕਾਂ ਦੇ ਵਿੱਚ ਜਾ ਕੇ ਪਾਰਟੀ ਲਈ ਕੰਮ ਵੀ ਕਰਦਾ ਹੈ ਟੌਟਪਾ ਟੌਟਪਾ ਹੁਣ ਜੇ ਢਾਂਚਾ ਹੀ ਹੈ ਨਹੀਂਗਾ ਤਾਂ ਲੜੂਗਾ ਕੌਣ ਕੈਪਟਨ ਅਮਰਿੰਦਰ ਸਿੰਘ ਦੇ ਲਈ ਜਾਖੜ ਸਾਹਿਬ ਦੇ ਰਾਹੀਂ ਢਾਂਚਾ ਬਣਾਉਣਾ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਪਿਛਲੇ ਦਿਨ ਹੀ ਅਕਾਲੀ ਦਲ ਨੇ ਆਪਣੇ ਬਹੁਤ ਸਾਰੇ ਵਿੰਗ ਜਿਹੜੇ ਉਹ ਬਣਾਤੇ ਆ ਉਹਨਾਂ ਨੇ ਯੂਥ ਅਕਾਲੀ ਦਲ ਬਾਦਲ ਦਾ ਦੁਬਾਰਾ ਇੱਕ ਨਵਾਂ ਪ੍ਰਧਾਨ ਪਰਮਬੰਦ ਸਿੰਘ ਬੰਟੀ ਰਮਾਣਾ ਨੂੰ ਬਣਾਇਆ ਪਹਿਲਾਂ 5 ਸੱਜਿਆਂ ਚ ਵੰਡਿਆ ਸੀ ਦੇਖਿਆ ਪ੍ਰਯੋਗ ਫੇਲ ਹੋ ਗਿਆ ਫਿਰ ਇੱਕ ਪ੍ਰਧਾਨ ਬਣਾਤਾ ਇਸਤਰੀ ਅਕਾਲੀ ਦਲ ਦੇ ਵਿੱਚ ਉਹਨਾਂ ਨੇ ਬਹੁਤ ਸਾਰੀਆਂ ਨਿਯੁਕਤੀਆਂ ਕਰ ਦਿੱਤੀਆਂ ਇਹਦੇ ਤੋਂ ਇਲਾਵਾ ਹੋਰ ਵੀ ਕਈ ਪਾਸੇ ਨਿਯੁਕਤੀਆਂ ਕਰਦੇ ਆ ਜਦੋਂ ਬਾਰ-ਬਾਰ ਨਿਯੁਕਤੀਆਂ ਕੀਤੀਆਂ ਹੈ ਕੋਰ ਕਮੇਟੀ ਵੀ ਤਾਂ ਬਣਾਈ ਹੈ ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨਾਂ ਦੀ ਲਿਸਟ ਜਾਰੀ ਕੀਤੀ ਹੈ ਜਾਨੀ ਕਿ ਬੰਦਿਆਂ ਨੂੰ ਪਤਾ ਹੈ ਕਿ ਅਸੀਂ ਪਾਰਟੀ ਦੇ ਵਿੱਚ ਕਿੱਥੇ ਫਿੱਟ ਆ ਅਸੀਂ ਪਾਰਟੀ ਦੇ ਵਿੱਚ ਕਿਸ ਲੈਵਲ ਦੇ ਉੱਤੇ ਕਿਹਦੇ ਅਧੀਨ ਤੇ ਕਿਹਨੂੰ ਆਪਣੇ ਅਧੀਨ ਰ ਜਾਖੜ ਸਾਹਿਬ ਨੇ ਪਿਛਲੇ ਦਿਨੀ ਆਖਿਆ ਕਿ ਅਸੀਂ ਬੜੀ ਜਲਦੀ ਜਥੇਵੰਦਕ ਢਾਂਚਾ ਬਣਾ ਦੇਣਾ ਬੈਣੀਪਾਲ ਸਾਹਿਬ ਜੇ ਜਾਖੜ ਸਾਹਿਬ ਪ੍ਰਧਾਨ ਰਹਿੰਦੇ ਆ ਜਿਹੜੇ ਕਿ ਕੈਪਟਨ ਸਾਹਿਬ ਦੇ ਖਾਸਮ ਖਾਸ ਨੇ ਕੈਪਟਨ ਸਾਹਿਬ ਦੇ ਹੁਕਮ ਤੋਂ ਬਾਹਰ ਉਹ ਨਹੀਂ ਹੁੰਦੇ ਜੇ ਉਹ ਢਾਂਚਾ ਬਣਾਉਂਦੇ ਤਾਂ ਸਭ ਤੋਂ ਵੱਡੀ ਗੱਲ ਆ ਕਿ ਕੀ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ਮੈਂਬਰ ਪਾਰਲੀਮੈਂਟਾਂ ਨੂੰ ਪਾਰਟੀ ਦੇ ਵੱਡੇ ਲੀਡਰਾਂ ਨੂੰ ਸੰਤੁਸ਼ਟ ਕਰ ਸਕਣਗੇ ਕਿਉਂਕਿ ਪ੍ਰਧਾਨਤਾ ਜ਼ਿਲ੍ਹੇ ਦਾ ਇੱਕੋ ਹੀ ਬਣਨਾ ਹੈ ਹੂੰ ਜ਼ਿਲ੍ਹੇ ਦੇ ਵਿੱਚ ਚਾਰ-ਚਾਰ ਪੰਜ-ਪੰਜ ਕਾਂਗਰਸ ਪਾਰਟੀ ਦੇ ਵਿਧਾਇਕ ਨੇ ਇੱਕ ਇੱਕ ਜ਼ਿਲ੍ਹੇ 'ਚ ਉਹ ਜਿਹੜੇ ਵਿਧਾਇਕ ਨੇ ਸਾਰੇ ਚਾਹੁੰਦੇ ਆ ਮ ਖਾਸ ਤੌਰ ਦੇ ਉੱਤੇ ਫਿਰੋਜ਼ਪੁਰ ਦੇ ਵਿੱਚ ਰੋਪੜ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਿ ਉਹਨਾਂ ਬੰਦਿਆਂ ਦਾ ਨਾਂ ਪ੍ਰਧਾਨਗੀ ਲਈ ਬੋਲਦਾ ਹੈ ਜਿਨ੍ਹਾਂ ਬੰਦਿਆਂ ਦੇ ਉੱਤੇ ਵਿਚ ਵਿਚਾਲੇ ਦੋਸ਼ ਵੀ ਲੱਗਦਾ ਸੀ ਕਿ ਉਹਨਾਂ ਨੇ ਵਿਧਾਨ ਸਭਾ ਦੀਆਂ ਵੋਟਾਂ ਦੇ ਦੌਰਾਨ ਆਪਣੇ ਬੰਦਿਆਂ ਨੂੰ ਜਿਤਾਉਣ ਲਈ ਘੱਟ ਤੇ ਹਰਾਉਣ ਲਈ ਵੱਧ ਕੰਮ ਕੀਤਾ ਹੈ ਦੋ ਸੱਚੇ ਨੇ ਝੂਠੇ ਨੇ ਵੱਖਰੀ ਗੱਲ ਹੈ ਇਹਦਾ ਮਤਲਬ ਹੈ ਕਿ ਜਥੇਬੰਦਕ ਢਾਂਚਾ ਜਦੋਂ ਕਾਂਗਰਸ ਬਣਾਉਂਦਾ ਉਦੋਂ ਹੋ ਸਕਦਾ ਹੈ ਕਿ 10 ਬੰਦੇ ਕਾਂਗਰਸ ਤੇ ਖੁਸ਼ ਹੋ ਜਾਣ 5 ਨਾਰਾਜ਼ ਵੀ ਹੋ ਜਾਣ ਜਾਨੀ ਕਿ ਉਹ ਗੱਲ ਜਿਹੜੀ ਬੈਨੀਫਿਟ ਦੇ ਵਿੱਚ ਲੱਗਦੀ ਆ ਉਹ ਘਾਟੇ ਦਾ ਸੌਦਾ ਵੀ ਸਾਬਤ ਹੋ ਸਕਦੀ ਹੈ ਜੀ ਦੂਸਰਾ ਬੈਨੀਪਾਲਸਾ ਨੂੰ ਕਾਂਗਰਸ ਪਾਰਟੀ ਦਾ ਪ੍ਰਧਾਨ ਕੌਣ ਹੋਏਗਾ ਕਿਉਂਕਿ ਜਾਖੜ ਸਾਹਿਬ ਨੂੰ ਕਿਹਾ ਗਿਆ ਸੀ ਕਿ ਤੁਸੀਂ ਪ੍ਰਧਾਨ ਰਹੋ ਕਹਿੰਦੇ ਸੀ ਮੈਂ ਨਹੀਂ ਰਹਿਣਾ ਹੁਣ ਪਤਾ ਲੱਗਿਆ ਕਿ ਕੈਪਟਨ ਸਾਹਿਬ ਦੇ ਧੜੇ ਨੇ ਹਾਈ ਕਮਾਂਡ ਨੂੰ ਤਜਵੀਜ਼ ਭੇਜੀ ਸੀ ਕਿ ਤੁਸੀਂ ਮਨੀਸ਼ ਦਿਵਾੜੀ ਨੂੰ ਕਾਂਗਰਸ ਪਾਰਟੀ ਦਾ ਪ੍ਰਧਾਨ ਲਾ ਦਿਓ ਉਹਦੇ ਦੋ ਤਿੰਨ ਕਾਰਨ ਸੀ ਇੱਕ ਉਹਨਾਂ ਦਾ ਦਿੱਲੀ ਦੀ ਹਾਈ ਕਮਾਂਡ ਨਾਲ ਰਾਬਤਾ ਮੈਂਬਰ ਪਾਰਲੀਮੈਂਟ ਵੀ ਨੇ ਹੁਣ ਪੰਜਾਬ ਵੀ ਆਉਂਦੇ ਜਾਂਦੇ ਆ ਜੇ ਇਥੋਂ ਪੰਜਾਬ ਕਾਂਗਰਸ ਦਾ ਕੋਈ ਲੀਡਰ ਗੁੱਸੇ ਵੀ ਹੁੰਦਾ ਤਾਂ ਉਹਨੂੰ ਮਨਾਉਣ ਦੀ ਸਮਰੱਥਾ ਰੱਖਦੇ ਆ ਸਾਰੀ ਧੜਿਆਂ ਦੇ ਨਾਲ ਤਕਰੀਬਨ ਉਹ ਤਾਂ ਸਬੰਧ ਹੈਗਾ ਪਰ ਹੁਣ ਆਖਰੀ ਮੌਕੇ ਦੇ ਉੱਤੇ ਜਾ ਕੇ ਪਤਾ ਲੱਗਾ ਕਿ ਉਹ ਤਜਵੀਜ਼ ਫਿਰ ਵਾਪਸ ਲੈ ਕੇ ਕਿਤੇ ਨਾ ਕਿਤੇ ਜਾਖੜ ਸਾਹਿਬ ਦੇ ਧੜੇ ਵੱਲੋਂ ਵੀ ਫਿਰ ਕਾਂਗਰਸ ਪਾਰਟੀ ਦਾ ਕੈਪਟਨ ਧੜਾ ਮੋੜਿਆ ਕਿ ਜਾਖੜ ਸਾਹਿਬ ਨੂੰ ਰਹਿਣ ਦਿਓ ਪਰ ਇੱਕ ਚਰਚਾ ਇੱਥੇ ਵੀ ਚੱਲਦੀ ਹੈ ਕਿ ਕਿਉਂ ਨਾ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਪਾਰਟੀ ਦੇ ਵਿੱਚੋਂ ਕਿਰਨ ਤੋਂ ਬਚਾਉਣ ਦੇ ਲਈ ਹਾਈ ਕਮਾਂਡ ਆਪਣੇ ਅਸਰ ਰਸੂਖ ਦਾ ਇਸਤੇਮਾਲ ਕਰਕੇ ਕਹਿ ਦਵੇ ਕਿ ਕੈਪਟਨ ਸਾਹਿਬ ਤੁਸੀਂ ਮੁੱਖ ਮੰਤਰੀ ਹੋ ਮੁੱਖ ਮੰਤਰੀ ਰਹੋ ਜਾਖੜ ਸਾਹਿਬ ਕਿਤੇ ਬਾਹਰ ਨਹੀਂ ਜਾਣਗੇ ਭੜਕ ਨੂੰ ਕਿਤੇ ਰਾਜ ਸਭਾ ਦੀ ਚੋਣ ਹੋਈ ਮੈਂਬਰ ਬਣਾ ਦੇਣਗੇ ਜਾਂ ਵਿਧਾਨ ਸਭਾ ਦੀ ਚੋਣ ਲੜਨੀ 1.5 ਸਾਲ ਬਾਅਦ ਉੱਤਾਰ ਬੈਠੇ ਆ ਨਵਜੋਤ ਸਿੰਘ ਸਿੱਧੂ ਨੂੰ ਵੀ ਕਾਂਗਰਸ ਪਾਰਟੀ ਦੇ ਸੂਬੇ ਦਾ ਪ੍ਰਧਾਨ ਬਣਾਈ ਜਾਣ ਦੀਆਂ ਚਰਚਾਵਾਂ ਨੇ ਪਰ ਜੇ ਸਿੱਧੂ ਸਾਹਿਬ ਪ੍ਰਧਾਨ ਬਣਦੇ ਆ ਕਿਉਂਕਿ ਅਜੇ ਤੱਕ ਤਾਂ ਉਹਨਾਂ ਨੇ ਪੱਤੇ ਨਹੀਂ ਖੋਲੇ ਤਾਂ ਫਿਰ ਕੀ ਜਦੋਂ ਕਾਂਗਰਸ ਪਾਰਟੀ ਨੇ ਵਿਧਾਨ ਸਭਾ ਦੀਆਂ ਟਿਕਟਾਂ ਵੰਡਣੀਆਂ ਐ ਕੈਪਟਨ ਸਾਹਿਬ ਦੀ ਚੱਲੂਗੀ ਜਾਂ ਨਵਜੋਤ ਸਿੰਘ ਸਿੱਧੂ ਦੀ ਚੱਲੂਗੀ ਕਿਉਂਕਿ ਸਿੱਧੂ ਸਾਹਿਬ ਨੇ ਇਦਾਂ ਤਾਂ ਹੈ ਨਹੀਂ ਕਿ ਜੇ ਪ੍ਰਧਾਨ ਬਣ ਗਿਆ ਤਾਂ ਜੋ ਕਰਕੇ ਬੈਠ ਰਹਿਣਗੇ ਕਿ ਕਮੈ ਪ੍ਰਧਾਨ ਬਣ ਗਿਆ ਅਗਲੇ ਨੇ ਕਹਿਣਾ ਕਿ ਭਾਈ ਪਾਰਟੀ ਮੇਰੇ ਮੁਤਾਬਕ ਚੱਲੇ ਅਗਲੇ ਬੰਦੇ ਨੇ ਕਹਿਣਾ ਕਿ ਭਾਈ ਜਿੱਥੇ ਮੈਨੂੰ ਸਰਕਾਰ ਦੀ ਕਾਰਗੁਜ਼ਾਰੀ ਚਾਹੀਦੀ ਨਹੀਂ ਲੱਗਦੀ ਮੈਂ ਉਹ ਕੰਮ ਕਰਾਂ ਮੈਂ ਉਧਰਲੇ ਪਾਸੇ ਨੂੰ ਤੁਰਾਂ ਇਸ ਕਰਕੇ ਜੇ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਬਣਨ ਨੂੰ ਤਿਆਰ ਹੁੰਦੇ ਐ ਤੇ ਗੱਲ ਕਿੱਧਰ ਜਾਊ ਜੇ ਜਾਖੜ ਸਾਹਿਬ ਦੀ ਜਗ੍ਹਾ ਦੇ ਉੱਤੇ ਤਿਵਾੜੀ ਸਾਹਿਬ ਜਾਂ ਕਿਸੇ ਹੋਰ ਦਾ ਨੰਬਰ ਲੱਗਦਾ ਗੱ ਬੈਨੀਪਾਲਸਾ ਹੌ ਕੈਪਟਨ ਅਮਰਿੰਦਰ ਸਿੰਘ ਦੇ ਲਈ ਜਿਹੜੀ ਔਖੀ ਘੜੀ ਹੈ ਚਿੱਠੀ ਤੇ ਚਿੱਠੀ ਬਾਜਵਾ ਸਾਹਿਬ ਲਿਖੀ ਜਾਂਦੇ ਆ ਤਿੰਨ ਚਾਰ ਵਿਧਾਇਕਾਂ ਨੂੰ ਨਾਲ ਤੁਰਨ ਦੀ ਗੱਲ ਉਹਨਾਂ ਦੀ ਸ਼ੁਰੂ ਹੋ ਗਈ ਹੈ ਇਹਦੇ ਤੋਂ ਇਲਾਵਾ ਦੂਲੋ ਸਭ ਕੋਈ ਮੌਕਾ ਇਦਾਂ ਦਾ ਖੁੰਝਦਾ ਹੀ ਨਹੀਂ ਪੰਜ ਸੱਤ ਹੋਰ ਲੀਡਰ ਨੇ ਜਿਹੜੇ ਕਹਿੰਦੇ ਆ ਕਿ ਭਾਈ ਸਾਨੂੰ ਲੱਗਦਾ ਕਿ ਇਹਨਾਂ ਸਥਿਤੀਆਂ ਦੇ ਵਿੱਚ ਸਾਡੇ ਤੋਂ ਦੁਬਾਰਾ ਜਿੱਤਣਾ ਜਿਹੜਾ ਔਖਾ ਹੈ ਉਹਨਾਂ ਸਾਰਿਆਂ ਦੀ ਨਾਰਾਜ਼ਗੀ ਨੂੰ ਦੂਰ ਕਿਵੇਂ ਕਰਨਾ ਹੈ ਤੇ ਸਭ ਤੋਂ ਵੱਡੀ ਗੱਲ ਭਾਵੇਂ ਉਹ ਬਾਈਬਲ ਕਲਾ ਕਾਂਡ ਹੈ ਭਾਵੇਂ ਕੋਟਕਪੂਰਾ ਕਾਂਡ ਹੈ ਭਾਵੇਂ ਬੱਚਿਆਂ ਨੂੰ ਮੋਬਾਈਲ ਫੋਨ ਦੇਣ ਦੀ ਗੱਲ ਹੈ ਭਾਵੇਂ ਘਰ ਘਰ ਨੌਕਰੀ ਦੇਣ ਦੀ ਗੱਲ ਹੈ ਭਾਵੇਂ ਹਰ ਹਲਕੇ ਦੇ ਵਿੱਚ ਵਿਕਾਸ ਤੇ ਲਈ ਗਰੰਟਾ ਦੇਣ ਦੀ ਗੱਲ ਹੈ ਉਸ ਮੁੱਦੇ ਤੇ ਵੱਖ-ਵੱਖ ਕਰਨਾਂ ਦੇ ਕਰਕੇ ਕੈਪਟਨ ਸਾਹਿਬ ਦੀ ਅਗਵਾਈ ਦੇ ਵਿੱਚ ਸਰਕਾਰ ਆਸਾਂ ਤੇ ਖਰੀ ਨਹੀਂ ਉਤਰ ਸਕੀ ਉਹ ਸਾਰੀਆਂ ਚੀਜ਼ਾਂ ਨੂੰ ਸੈਟਿੰਗ ਕਿਵੇਂ ਕਰਨੀ ਹੈ ਜੇ ਤਾਂ ਸੈਟਿੰਗ ਕਰ ਸਕੇ ਠੀਕ ਹੈ ਨਹੀਂ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਲਈ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਪੰਧ ਸੱਚੀ ਔਖਾ ਬਾਟ ਸਾਹਿਬ ਹੋ ਸਕਦਾ ਹੈ ਕਿ ਪੰਜਾਬ ਦੇ ਲੋਕ ਉਦੋਂ ਤੱਕ ਇਹ ਭੁੱਲ ਜਾਣ ਕਿ ਮੋਬਾਈਲ ਫੋਨ ਮਿਲਿਆ ਜਾਂ ਨਹੀਂ ਹਮ ਹਮ ਹੋ ਸਕਦਾ ਹੈ ਇਹ ਵੀ ਭੁੱਲ ਜਾਣ ਕਿ ਘਰ ਘਰ ਰੋਜ਼ਗਾਰ ਦੇਣ ਵਿੱਚ ਸਰਕਾਰ ਕਾਮਯਾਬ ਰਹੀ ਸੀ ਜਾਂ ਨਹੀਂ ਕਿਉਂਕਿ ਸਰਕਾਰ ਕੋਲ ਵਸੀਲੇ ਬਹੁਤ ਹੁੰਦੇ ਆ ਜੀ ਪਤਾ ਨਹੀਂ ਕਿੱਡੇ ਕਿੱਡੇ ਕੋਹ ਹੋਲਡਿੰਗ ਲੱਗਣਗੇ ਕਿਹੋ ਜੀਆਂ ਰੈਲੀਆਂ ਹੋਣਗੀਆਂ ਕਿਸ ਤਰ੍ਹਾਂ ਦੇ ਪਦਾਰਥ ਵੰਡ ਦਿੱਤੇ ਜਾਣਗੇ ਜਾਂ ਕਿਸ ਤਰ੍ਹਾਂ ਦੇ ਲੋਭ ਲਾਲਚ ਦੇ ਦਿੱਤੇ ਜਾਣ ਜੀ ਜਾਂ ਇਹ ਇਹ ਵਾਸਤੇ ਪਾਏ ਜਾਣ ਕਿ ਪਿਛਲੇ 10 ਸਾਲਾਂ ਦੀ ਸਰਕਾਰ ਨੇ ਖਜ਼ਾਨੇ 'ਚ ਛੱਡੀ ਕੁਝ ਨਹੀਂ ਸੀ ਸਾਨੂੰ ਤੇ ਅੰਦਰ ਵੜ ਕੇ ਪਤਾ ਲੱਗਿਆ ਸੀ ਤੁਹਾਡੇ ਨਾਲ ਵਾਅਦੇ ਤਾਂ ਕਰ ਗਏ ਜੀ ਪਰ ਜਦੋਂ ਅਸੀਂ ਅੰਦਰ ਦੇਖਿਆ ਤੇ ਖਜ਼ਾਨਾ ਖਾਲੀ ਸੀ ਇਸ ਕਰਕੇ ਅਸੀਂ ਖਜ਼ਾਨਾ ਭਰਨ ਵਿੱਚ ਲੱਗੇ ਰਹੇ ਸਰਕਾਰ ਨੂੰ ਚਲਾਉਣ ਵਿੱਚ ਲੱਗੇ ਰਹੇ ਆ ਅਗਲੇ 5 ਸਾਲ ਸਾਨੂੰ ਦਿਓ ਜੀ ਆ 5 ਸਾਲ ਤਾਂ ਅਸੀਂ ਉਹ ਕੱਪਾ ਪੂਰਾ ਕੀਤਾ ਤੇ ਹੁਣ ਅਸੀਂ ਉਹਦੇ ਤੇ ਮੱਲਮ ਪੱਟੀ ਕਰਕੇ ਹੁਣ ਐਨ ਸੂਤ ਕਰਕੇ ਕੰਮ ਤੋੜਾਂਗੇ ਹਮਮ ਪਰ ਇੱਕ ਕਹਾਵਤ ਹੈ ਕਿ ਘਰ ਦਾ ਭੇਤੀ ਤੇ ਲੰਕਾ ਟਾਹੀ ਆਹ ਇਹ ਲੰਕਾ ਘਰਦਿਆਂ ਨੇ ਟਾਹੋਣੀ ਹੈ ਜਿਨ੍ਹਾਂ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਕਿ ਬਹੁਤ ਸਾਰੇ ਇਸ ਤਰ੍ਹਾਂ ਦੇ ਵਿੱਚੋਂ ਕਾਂਗਰਸ ਦੇ ਬੰਦੇ ਨੇ ਜਿਹੜੇ ਇਹ ਨਹੀਂ ਚਾਹੁੰਦੇ ਕਿ ਮੁੱਖ ਮੰਤਰੀ ਦੀ ਕੁਰਸੀ ਤੇ ਦੁਬਾਰਾ ਕੈਪਟਨ ਅਮਰਿੰਦਰ ਸਿੰਘ ਬੈਠ ਜਾਣ ਹੁਣ ਤੁਸੀਂ ਗੱਲ ਕੀਤੀ ਕਿ ਸੁਨੀਲ ਜਾਖੜ ਨੇ ਚੋਣਾਂ ਹਾਰਨ ਤੋਂ ਚੋਣਾਂ ਤੋਂ ਬਾਅਦ ਇਹ ਕਹਿ ਦਿੱਤਾ ਸੀ ਕਿ ਮੈਂ ਭਾਈ ਪ੍ਰਧਾਨ ਨਹੀਂ ਰਹਿਣਾ ਹੁਣ ਤੁਸੀਂ ਜਿਹਨੂੰ ਮਰਜ਼ੀ ਪ੍ਰਧਾਨ ਬਣਾ ਦਿਓ ਉਹਦਾ ਕਾਰਨ ਇੱਕ ਸੀ ਉਧਰ ਸੋਨੀਆ ਗਾਂਧੀ ਹੋਰਾਂ ਦੀ ਕਾਰਗੁਜ਼ਾਰੀ ਵੀ ਦੇਖੀ ਆਪਾਂ ਹੋਰ ਨਾ ਥਾਵਾਂ ਤੇ ਵੀ ਕਾਰਗੁਜ਼ਾਰੀ ਦੇਖੀ ਜੇਕਰ ਉਹ ਸੁਨੀਲ ਜਾਖੜ ਨੂੰ ਲਾਂਭੇ ਕਰਦੇ ਸੀ ਤਾਂ ਫਿਰ ਕੱਲ ਕੱਲਾਂ ਨੂੰ ਆਪ ਵੀ ਉਸ ਪਰਿਵਾਰ ਨੂੰ ਲਾਂਭੇ ਹੋਣਾ ਪੈ ਸਕਦਾ ਸੀ ਜੀ ਕਿਉਂਕਿ ਜਦੋਂ ਅਸੀਂ ਆਪਣੇ ਆਪ ਨੂੰ ਬਚਾਉਣਾ ਹੋਵੇ ਤੇ ਕਈਆਂ ਨੂੰ ਹੋਰ ਆਪਣੇ ਆਪ ਬਚਾਉਣਾ ਪੈਂਦਾ ਹੁਣ ਅਗਲੀ ਗੱਲ ਮਨੀਸ਼ ਤਿਵਾੜੀ ਵਾਲੀ ਉਹਨਾਂ ਨੇ ਗੱਲ ਪਿੱਛੇ ਕਰ ਲਈ ਤੇ ਜਾਖੜ ਸਾਹਿਬ ਕਿਉਂਕਿ ਜਾਖੜ ਸਾਹਿਬ ਕੈਪਟਨ ਅਮਰਿੰਦਰ ਸਿੰਘ ਤੋਂ ਕਦੇ ਬਾਹਰ ਗਈ ਨਹੀਂ ਕੈਪਟਨ ਅਮਰਿੰਦਰ ਸਿੰਘ ਕਦੇ ਵੀ ਇਹ ਸੱਲ ਅਲੂਣੀ ਚੱਟਣ ਗਈ ਨਹੀਂ ਕਿ ਪੰਜਾਬ ਕਾਂਗਰਸ ਦਾ ਪ੍ਰਧਾਨ ਕੋਈ ਉਹ ਬਣਾ ਦਿੱਤਾ ਜਾਵੇ ਜਿਹੜਾ ਜੋ ਮੈਂ ਕਹਾ ਉਹ ਨਾ ਕਰਦਾ ਹੋਵੇ ਹੁਣ ਗੱਲ ਆਈ ਨਵਜੋਤ ਸਿੰਘ ਸਿੱਧੂ ਦੀ ਨਵਜੋਤ ਸਿੰਘ ਸਿੱਧੂ ਨੂੰ ਜੇਕਰ ਉਹ ਪ੍ਰਧਾਨ تسلیم ਕਰ ਲੈਣਾ ਮੈਨੂੰ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਆਮਦੀ ਕੋਈ ਅਹਮियत ਕੋਈ ਨਹੀਂ ਰਹਿਣੀ ਹੁਣ ਜਾਖੜ ਸਾਹਿਬ ਪ੍ਰਧਾਨ ਸੀ ਜੀ ਲਗਭਗ ਜਿੰਨੇ ਉਮੀਦਵਾਰਾਂ ਨੂੰ ਟਿਕਟਾਂ ਦਵਾਈਆਂ ਕਿਹਨੂੰ ਟਿਕਟ ਦੇਣੀ ਸੀ ਕੈਪਟਨ ਅਮਰਿੰਦਰ ਸਿੰਘ ਦੀ ਚੱਲੀ ਹੈ ਭਾਵੇਂ ਉਹਦੀ ਸਹਿਮਤੀ ਦਬੀ ਜ਼ੁਬਾਨ ਦੇ ਵਿੱਚ ਜਾਖੜ ਸਾਹਿਬ ਨੂੰ ਦੇਣੀ ਪਈ ਹੋਵੇ ਜੇ ਕਿਤੇ ਸਥਿਤੀ ਇਹ ਹੋ ਗਈ ਨਾ ਕਿ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਤੋਂ ਬਾਹਰ ਜਾਣ ਵਿਚਾਲਾ ਨਾ ਜਾਵੇ ਉਹ ਰੋਕਣ ਦੇ ਵਾਸਤੇ ਉਹਨੂੰ ਸੁਰੱਖਿਅਤ ਰੱਖਣ ਦੇ ਵਾਸਤੇ ਕਿਤੇ ਪਾਰਟੀ ਪ੍ਰਧਾਨ ਬਣਾ ਦਿੱਤਾ ਫਿਰ ਕੈਪਟਨ ਅਮਰਿੰਦਰ ਸਿੰਘ ਜਿਹੜੀਆਂ ਚੰਮ ਦੀਆਂ ਚਲਾਉਂਦੇ ਨੇ ਇਹ ਨਹੀਂ ਚਲਣੀਆਂ ਇਹ ਗੱਲ ਸਾਰੇ ਮੰਨ ਕੇ ਚੱਲਣਾ ਜੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਨੇ ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਆ ਜਿਹੜਾ ਮੁੱਖ ਸਕੱਤਰ ਵਾਲਾ ਵੀ ਜਿਹੜਾ ਹੁਣ ਤੱਕ ਰੌਲਾ ਪੈਂਦਾ ਰਿਹਾ ਆਖਰਕਾਰ ਬਲੀਦਤੀ ਆ ਉਹਦੀ ਜੇ ਕਿਤੇ ਉਹ ਇੰਡੀ ਪਾਵਰ ਚ ਹੁੰਦੇ ਨਾ ਆ ਸਿਚੁਏਸ਼ਨ ਕੋਈ ਹੋਰ ਹੋਣੀ ਸੀ ਕਿਉਂਕਿ ਇੱਕ ਤਾਂ ਉਹ ਹੈਗੇ ਕਿ ਬਹੁਤ ਸਾਰੇ ਲੋਕ ਤਾਂ ਹੁੰਦੇ ਨੇ ਇਹ ਇਮਾਨਦਾਰੀ ਦਾ ਜਾਮਾ ਹੀ ਪਹਿਨ ਕੇ ਰੱਖਦੇ ਆ ਇੱਕ ਇਹ ਹੁੰਦਿਆ ਕਿ ਬੰਦੇ ਠੀਕ ਨੇ ਕੰਮ ਕਰਦੇ ਨੇ ਆਪਣੇ ਮਹਿਕਮੇ ਤੱਕ ਸੀਮਤ ਰਹਿੰਦੇ ਨੇ ਤੇ ਉਹ ਬੋਲਦੇ ਨਹੀਂ ਨਵਜੋਤ ਸਿੰਘ ਸਿੱਧੂ ਇਹ ਗੱਲ ਮੰਨਣੀ ਪੋ ਕਿ ਬੋਲਦੇ ਪੁਰਖ ਨੇ ਹੂੰ ਹੂੰ ਭਾਵੇਂ ਉਹਨਾਂ ਦੇ ਮਹਿਕਮੇ ਦੀ ਗੱਲ ਹੋਵੇ ਭਾਵੇਂ ਕੋਈ ਗੱਲ ਹੋਰ ਹੋਵੇ ਉਹਨਾਂ ਨੇ ਹਰ ਇੱਕ ਥਾਂ ਤੇ ਬਿਆਨ ਦੇਣਾ ਹੀ ਦੇਣਾ ਜੀ ਜਦੋਂ ਪੰਜਾਬ ਕਾਂਗਰਸ ਦੀ ਫਿਰ ਟਿਕਟਾਂ ਦੀ ਵੰਡ ਦਾ ਰੌਲਾ ਪੈਣਾ ਨੇ ਉਹਨਾਂ ਨੇ ਕਿਹਾ ਕੈਪਟਨ ਅਮਰਿੰਦਰ ਸਿੰਘ ਜੀ ਤੁਸੀਂ ਆਪਣੇ ਇਲਾਕੇ ਤੱਕ ਮਹਦੂਦ ਰਹੋ ਜੇਕਰ ਪਾਰਟੀ ਜਿੱਤ ਗਈ ਤਾਂ ਤੁਸੀਂ ਮੁੱਖ ਮੰਤਰੀ ਦੇ ਦਾਅਵੇਦਾਰ ਹੋ ਪਾਰਟੀ ਨੂੰ ਚਲਾਉਣ ਦਾ ਜਮਾ ਮੇਰੇ ਮੋਢਿਆਂ ਤੇ ਐ ਇਹ ਮੈਂ ਦੇਖਣਾ ਕਿਹਨੂੰ ਇੱਥੇ ਟਿਕਟ ਦੇਣੀ ਹੈ ਕਿਹਨੂੰ ਨਹੀਂ ਦੇਣੀ ਮੈਨੂੰ ਲੱਗਦਾ ਕਿ ਇੱਕ ਕਮਿਆਨਚ ਦੋ ਤਲਵਾਰਾਂ ਰਹਿਣੀਆਂ ਨਹੀਂ ਜੀ ਪਾਰਟੀ ਹੋ ਸਕਦਾ ਹੈ ਕਿ ਇਸ ਤਰ੍ਹਾਂ ਦਾ ਫੈਸਲਾ ਕਰ ਲਵੇ ਇਹ ਪਾਰਟੀ ਦੀ ਮਰਜ਼ੀ ਹੈ ਜੀ ਪਰ ਜਿੱਥੇ ਤੱਕ ਆਮ ਆਪਾਂ ਧਾਰਨਾ ਦੀ ਗੱਲ ਕਰੀਏ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਦੇ ਰੇਗੜ ਲੈਣੇ ਨੇ ਉਹ ਕਹਿਣਗੇ ਕੁਝ ਹੋ ਜੇ ਆਹ ਕੰਮ ਕਰਦੇ ਹੋ ਤੇ ਆਹ ਨਹੀਂ ਹੋਣਾ ਮੈਨੂੰ ਲੱਗਦਾ ਕਿ ਪਾਰਟੀ ਚਾਹੁੰਦੇ ਹੋਏ ਵੀ ਸ਼ਾਇਦ ਨਵਜੋਤ ਸਿੰਘ ਸਿੱਧੂ ਦੇ ਉੱਤੇ ਪੱਤੇ ਨਾ ਖੇਡੇ। ਬਿਲਕੁਲ ਬੈਨੀਪਾਲ ਸਾਹਿਬ ਇਸ ਕਰਕੇ ਆਪਾਂ ਜੇ ਗੱਲ ਨੂੰ ਕੈਪਟਨ ਸਾਹਿਬ ਦੀ ਨੂੰ ਕਾਂਗਰਸ ਦੀ ਨੂੰ ਨਵੇੜਨਾ ਹੋਵੇ ਤਾਂ ਇੱਕ ਨਵਜੋਤ ਸਿੰਘ ਸਿੱਧੂ ਜੇ ਪਾਰਟੀ ਤੋਂ ਬਾਹਰ ਜਾਂਦੇ ਆ ਘਟਾ। ਜੇ ਪਾਰਟੀ ਦੇ ਅੰਦਰ ਰਹਿ ਕੇ ਪ੍ਰਧਾਨ ਬਣਦੇ ਆ ਕੈਪਟਨ ਸਾਹਿਬ ਨੂੰ ਤਾਂ ਵੀ ਘਟਾ। ਤਾਂ ਵੀ ਘਟਾ। ਦੂਸਰੇ ਪਾਸੇ ਜੇ ਬਾਜਵਾ ਸਾਹਿਬ ਦੇ ਧੜੇ ਨੂੰ ਜਾਂ ਦੂਲੋ ਸਾਹਿਬ ਦੇ ਧੜੇ ਨੂੰ ਟਿਕਟਾਂ ਦਿੱਤੀਆਂ ਜਾਂਦੀਆਂ ਕੈਪਟਨ ਸਾਹਿਬ ਦੇ ਧੜੇ ਦੀਆਂ ਟਿਕਟਾਂ ਘਟਣੀਆਂ ਤਾਂ ਵੀ ਘਟਾ। ਜੀ ਉਹਨਾਂ ਨੂੰ ਨਹੀਂ ਦਿੰਦੇ ਉਹ ਕਿੰਨਾ ਗੁੱਸੇ ਹੁੰਦੇ ਆ ਤਾਂ ਵੀ ਘਟਾ ਉਹ ਜ਼ਿਲ੍ਹਿਆਂ ਦੇ ਪ੍ਰਧਾਨਗੀ ਦੇ ਵਿੱਚੋਂ ਬਗਾਵਤ ਕਿੰਨੀ ਕੁੱਟ ਕੇ ਖਲੁੱਤੀ ਹੋਏਗੀ ਉਹ ਵੀ ਘਟਾ ਹੈ ਜਿਹੜਾ ਪ੍ਰਸ਼ਾਂਤ ਕਿਸ਼ੋਰ ਦੇ ਕਹਿਣ ਦੇ ਉੱਤੇ ਵੱਡਾ ਵੱਡਾ ਵਾਅਦਾ ਦਾਵਾ ਕਰ ਦਿੱਤਾ ਗਿਆ ਸੀ ਕਿ ਭਾਈ ਅਸੀਂ ਆ ਵੀ ਦੇ ਦਿਆਂ ਗਿਆ ਵੀ ਦੇ ਦੇਾਂਗੇ ਹੁਣ ਭਾਵੇਂ ਪ੍ਰਸ਼ਾਂਤ ਕਿਸ਼ੋਰ ਦੂ ਆ ਜਾਣ ਪੰਜਾਬ ਦੇ ਲੋਕ ਸ਼ਾਇਦ ਪਹਿਲਾਂ ਵਾਂਗੂ ਨਹੀਂ ਕਹਿਣਗੇ ਪਰ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਨਿਰਪਰ ਕਰੂਗੀ ਕਿ ਵਿਰੋਧੀ ਧਿਰਾਂ ਦਾ ਸਟੈਂਡ ਕੀ ਰਹਿੰਦਾ ਹੈ ਵਿਰੋਧੀ ਧਿਰਾਂ ਕਿੰਨੀਆਂ ਕ ਮਜ਼ਬੂਤ ਰਹਿੰਦੀਆਂ ਕਿਉਂਕਿ ਕਈ ਵਾਰੀ ਵਿਰੋਧੀ ਧਿਰਾਂ ਚ ਖਲਾਰਾ ਪਿਆ ਹੋਵੇ ਤਾਂ ਸੂਤ ਲੱਗ ਜਾਂਦਾ ਹੁੰਦਾ ਹੈ ਹੁਣ ਸੁਖਵੀਰ ਸਿੰਘ ਬਾਦਲ ਹੋਣਾ ਦੇ ਬਲ ਚੱਲੀਏ ਕਿ ਜਿਹੜੇ ਕਹਿੰਦੇ ਨੇ ਕਿ ਪਾਈ ਅਗਲੀ ਕੁਰਸੀ ਤਾਂ ਸਾਡੀ ਐ ਅਸਕਾਲੀਦਲ ਦੀ ਸਰਕਾਰ ਬਣਨੀ ਐ ਹੁਣ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇਸ ਗੱਲ ਨੂੰ ਭਾਂਪ ਲਿਆ ਸੀ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਸਲਾਹ ਦਿੰਦੇ ਆ ਠੋਕੇ ਦਿੰਦੇ ਆ ਜੀ ਉਹਨਾਂ ਨੇ ਜੇਸੇ ਤਰੀਕੇ ਦੇ ਨਾਲ ਉਹ ਸਾਰੀਆਂ ਗੱਲਾਂ ਕੀਤੀਆਂ ਕਿ ਪਾਈ ਆਪਣਾ ਜਥੇਬੰਦ ਦੇ ਘਟਾਂਚਾ ਮਜ਼ਬੂਤ ਕਰ ਲਓ ਦੇਖੋ ਇਹ ਗੱਲ ਪੱਕੀ ਐ ਕਾਂਗਰਸ ਦੇ ਯੂਥ ਵਿੰਗ ਦੇ ਪ੍ਰਧਾਨ ਨੇ ਬਰਿੰਦਰ ਸਿੰਘ ਢਿੱਲੋਂ ਰੋਪੜ ਵਾਲੇ ਜੀ ਇਧਰਲੇ ਪਾਸੇ ਪਰਮਭੰਦ ਸਿੰਘ ਮੰਟੀ ਰਮਾਣਾ ਇਲੈਕਸ਼ਨ ਬਜ਼ੁਰਗਾਂ ਨੇ ਨਹੀਂ ਲੜਨੀ ਹੁੰਦੀ ਇਲੈਕਸ਼ਨ ਲੜਨੀ ਐ ਚੋਣ ਲੜ ਖਰਿਆਵਲ ਦਸਤਾ ਅਕਾਲੀ ਦਲ ਦਾ ਉਹ ਪਿਛਲੇ ਸਮੇਂ 'ਚ ਜਦੋਂ ਵੀ ਭਾਵੇਂ 2007 ਦੀ ਚੋਣ ਅਕਾਲੀ ਦਲ ਨੇ ਜਿੱਤੀ ਹੈ ਭਾਵੇਂ 12 ਦੀ ਜਿੱਤੀ ਹੈ ਉਹ ਸਾਰੀਆਂ ਚੋਣਾਂ ਦੇ ਵਿੱਚ ਜਿੰਨਾ ਯੋਗਦਾਨ ਯੂਥ ਅਕਾਲੀ ਦਲ ਦਾ ਸੀ ਔਰ ਕਿਸੇ ਦਾ ਨਹੀਂ ਰਿਹਾ ਕਿਉਂਕਿ ਜਿਹੜਾ ਨੌਜਵਾਨ ਹੈ ਉਹਨੇ ਘਰ ਘਰ ਜਾ ਕੇ ਬੂਏ ਵੀ ਕੜਕਾਈਆਂ ਨੇ ਹਾਂ ਐਸਾ ਹੁੰਦਾ ਜੀ ਉਹਨੇ ਪੋਸਟਰ ਵੀ ਲਾ ਦੇਣੇ ਆ ਉਹਨੇ ਦੂਜੇ ਬੰਦੇ ਨਾਲ ਬਹਿਸ ਵੀ ਕਰ ਲੈਣੀ ਆ ਉਹਨੇ ਮਾੜਾ ਮੋਟਾ ਜਿਹੜਾ ਟੁੱਟਣ ਵਾਲਾ ਬੰਦਾ ਉਹ ਦੇਰ ਸਵੇਰੇ ਜਾ ਕੇ ਤੋੜ ਵੀ ਲੈਣਾ ਉਹਨੇ ਰੈਲੀ 'ਚ ਵੀ ਚਲੇ ਜਾਣਾ ਸਭ ਤੋਂ ਵੱਡੀ ਗੱਲ ਹੈ ਕਿ ਅੱਜ ਦੀ ਸਿਆਸੀ ਲੜਾਈ ਆ ਸੋਸ਼ਲ ਮੀਡੀਆ ਦੀ ਉਹ ਬ੍ਰਿੰਦਰ ਸਿੰਘ ਢਿੱਲੋਂ ਕਾਂਗਰਸ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਦੇ ਤੌਰ ਤੇ ਜੀ ਨੌਜਵਾਨ ਵਰਗ ਨੂੰ ਕਾਂਗਰਸ ਪਾਰਟੀ ਲਈ ਕਿੰਨਾ ਕੁ ਸਰਗਰਮ ਕਰਨ ਚ ਕਾਮਯਾਬ ਹੁੰਦੇ ਆ ਪਰਮਭੰਦ ਸਿੰਘ ਮੰਟੀ ਰਮਾਣਾ ਕੀ ਅਕਾਲੀ ਦਲ ਦੇ ਹਰਿਆਵਲ ਦਸਤੇ ਦੇ ਵਿੱਚ ਪਹਿਲਾਂ ਵਰਗੀ ਰੂਹ ਫੂਕਣ ਚ ਕਾਮਯਾਬ ਹੋਣਗੇ ਇਹਦੇ ਉੱਤੇ ਵੀ ਲੜਾਈ ਬਹੁਤ ਵੱਡੀ ਪੱਧਰ ਤੱਕ ਨਿਰਪਰ ਰਹਿਣੀ ਹੈ ਹੁਣ ਸੁਖਵੀਰ ਸਿੰਘ ਬਾਦਲ ਕਹਿੰਦੇ ਨੇ ਕਿ ਕਾਂਗਰਸ ਕਈ ਤੀਸਰੀ ਤਰ ਕੋਈ ਹੈ ਨਹੀਂ ਸਰਕਾਰ ਸਾਡੀ ਹੈ ਪਰ ਉਹਨਾਂ ਦੇ ਸਾਹਮਣੇ ਪੰਜ ਵੱਡੀਆਂ ਚੁਣੌਤੀਆਂ ਹਮ ਪਹਿਲੀ ਚੁਣੌਤੀ ਬੈਨੀਪਾਲ ਸਾਹਿਬ ਜਿਹੜੀ ਇਸ ਵੇਲੇ ਉਹ ਹੈਗੀ ਆ ਜਿਹੜੇ ਤਿੰਨ ਆਰਡੀਨੈਂਸ ਪਾਸ ਕੀਤੇ ਆ ਕੇਂਦਰ ਦੀ ਸਰਕਾਰ ਨੇ ਹਾਲਾਂਕਿ ਬੀਜੇਪੀ ਤੇ ਅਕਾਲੀ ਠੋਕੇ ਕਹਿੰਦੇ ਆ ਕਿ ਨਾ ਫਸਲ ਦਾ ਮੁੱਲ ਖਤਮ ਹੋਣਾ ਨਾ ਸਰਕਾਰੀ ਖਰੀਦ ਖਤਮ ਹੋਣੀ ਆ ਪਰ ਇਹ ਗੱਲ ਅਕਾਲੀ ਦਲ ਮੰਨ ਕੇ ਚੱਲੇ ਕਿ ਅਕਾਲੀ ਦਲ ਦੇ ਕੋਲ ਦੋ ਵਰਗਾਂ ਦਾ ਹੀ ਵੋਟ ਬੈਂਕ ਹੈ ਇੱਕ ਹੈਗਾ ਜਿਹੜੇ ਪੰਥਕ ਵੋਟ ਬੈਂਕ ਵਾਲੇ ਆ ਦੂਜੀ ਹੈਗੀ ਕਿਸਾਨੀ ਵੋਟ ਬੈਂਕ ਹੁਣ ਪੰਥਕ ਵੋਟ ਬੈਂਕ ਕਿੰਨੀ ਕ ਅਕਾਲੀ ਦਲ ਦੇ ਨਾਲ ਤੁਰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸੂ ਪਰ ਕਿਸਾਨੀ ਵੋਟ ਬੈਂਕ ਦੇ ਪੱਖ ਤੋਂ ਜਦੋਂ ਬਾਕੀ ਸਾਰੀਆਂ ਧਿਰਾਂ ਇੱਕ ਪਾਸੇ ਖੜੀਆਂ ਅਕਾਲੀ ਭਾਜਪਾ ਇੱਕ ਪਾਸੇ ਖੜੇ ਆ ਤਾਂ ਕੀ ਕਿਸਾਨੀ ਵੋਟ ਬੈਂਕ ਨੂੰ ਸੁਖਵੀਰ ਸਿੰਘ ਬਾਦਲ ਐਸ ਗੰਭੀਰ ਸਥਿਤੀ ਦੇ ਵਿੱਚ ਕਾਇਮ ਰੱਖ ਸਕਣਗੇ ਜੇ ਤਾਂ ਦੇਖੋ ਕਿਸਾਨੀ ਦੇ ਪੱਖ 'ਚ ਖੜਦੇ ਆ ਜੇ ਕਹਿੰਦੇ ਆ ਕਿ ਭਾਈ ਸਾਨੂੰ ਸਾਰਾ ਸਪਸ਼ਟੀ ਕਰਨ ਦਿਓ ਫਿਰ ਉੱਪਰਲੇ ਪਾਸਿਓ ਕੁਰਸੀ ਹਿਲਦੀ ਹੈ ਫਿਰ ਭਾਰਤੀ ਜਨਤਾ ਪਾਰਟੀ ਦੂਜੇ ਪਾਸਿਓ ਕੁਰਸੀ ਹਲਾਉਗੀ ਬੀਬੀ ਬਾਦਲ ਦੀ ਤੇ ਕੁਰਸੀ ਅਜੇ 4 ਸਾਲ ਹੋ ਰਿਹਾ ਉੱਚਾਈ ਦੀ ਹੈ ਕਿਉਂਕਿ ਪਾਰਟੀ ਵੱਡੀ ਹੈ ਪੰਜਾਬ ਚ ਸਿਆਸੀ ਤੌਰ ਤੇ ਦੁਸ਼ਮਣੀਆਂ ਬਧੇਰੀਆਂ ਹੁਣ ਜੇ ਪੰਜਾਬ ਚ ਸਰਕਾਰ ਨਹੀਂ ਹੈਗੀ ਘੱਟੋ ਘੱਟ ਕੇਂਦਰ ਸਰਕਾਰ ਦੇ ਵਿੱਚ ਤਾਂ ਕਿਹਦੀ ਕੁਰਸੀ ਹੋਵੇ ਆਕਾਲੀ ਦਲ ਦੀ ਲਈ ਜ਼ਰੂਰੀ ਵੀ ਹੈ ਕਿ ਕਿਤਨੇ ਕਿਤੋਂ ਤਾਕਤ ਦਾ ਕੋ ਕੇਂਦਰ ਹੋਵੇ ਕੱਲ ਨੂੰ ਮੰਨ ਲਓ ਪੰਜਾਬ ਦੇ ਵਿੱਚ ਕੋ ਵੱਡਾ ਪ੍ਰੋਜੈਕਟ ਲੱਗਣਾ ਘੱਟੋ ਘੱਟ ਬੀਬੀ ਬਦਲ ਦੀ ਕੁਰਸੀ ਦਾ ਬਰਾਬਰ ਰੈਂਦੀ ਆ ਨਾ ਸਟੇਜ ਤੇ ਕੱਲ ਨੂੰ ਆਕਾਲੀ ਦਲ ਕਹਿਣ ਜੋਗਾ ਤਾਂ ਹੋਊਗਾ ਕਿ ਭਾਈ ਪ੍ਰੋਜੈਕਟ ਅਸੀਂ ਨੂੰ ਆਇਆ ਇਸ ਕਰਕੇ ਆਕਾਲੀ ਦਲ ਉਧਰ ਦੇਖਦਾ ਹੈ ਦੂਸਰਾ ਜੀਐਸਟੀ ਦੇ ਮੁੱਦੇ ਤੇ ਸੂਬੇ ਦੀ ਸਰਕਾਰ ਜਿਸ ਤਰੀਕੇ ਕਹਿੰਦੀ ਆ ਕਿ ਵਾਅਦਾ ਕਰਕੇ ਮੁਕਰਿਆ ਸਾਡੇ ਲੋ ਕੇਂਦਰ ਲੈ ਕੇ ਜਾਂਦੀ ਹੈ ਸਾਨੂੰ ਸਾਡਾ ਬੰਦਾ ਹਿੱਸਾ ਵੇਲੇ ਸਰ ਨਹੀਂ ਦਿੰਦੇ ਉਹਦੇ ਕਰਕੇ ਵੀ ਰੌਲਾ ਪੈਣਾ ਤੇ ਸਭ ਤੋਂ ਇੰਪੋਰਟੈਂਟ ਗੱਲ ਹੈ ਸੁਖਦੇਵ ਸਿੰਘ ਢੀਂਡਸਾ ਜਿਵੇਂ ਕੈਪਟਨ ਅਮਰਿੰਦਰ ਸਿੰਘ ਦੇ ਲਈ ਕਾਂਗਰਸ ਪਾਰਟੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਮੁਸੀਬਤ ਨੇ ਉਸੇ ਤਰੀਕੇ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਲਈ ਸੁਖਦੇਵ ਸਿੰਘ ਢੀਂਡਸਾ ਮੁਸੀਬਤ ਨੇ ਢੀਂਡਸਾ ਸਾਹਿਬ ਪਾਰਟੀ ਤੋਂ ਬਾਹਰ ਨਹੀਂ ਪਰ ਪਿਛਲੇ ਦਿਨਾਂ ਦੇ ਵਿੱਚ ਜੋ ਉਹਨਾਂ ਨੇ ਪੈਂਤੜੇ ਖੇਡੇ ਆ ਬੈਨੀਪਾਲ ਸਾਹਿਬ ਮੋਗੇ ਤੋਂ ਨਧੜਕ ਸਿੰਘ ਬਰਾੜ ਨੂੰ ਸ਼ਾਮਲ ਕੀਤਾ ਜੀ ਇਹਦੇ ਤੋਂ ਇਲਾਵਾ ਇੱਕ ਹੋਰ ਜਿਹੜੇ ਰਖੜਾ ਸਾਹਿਬ ਨੇ ਧੀਰ ਸਿੰਘ ਹੋਰੀ ਉਹ ਪਟਿਆਲੇ ਤੋਂ ਸ਼ਾਮਲ ਕੀਤੇ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਇੱਕ ਲੰਮੀ ਚੌੜੀ ਅਕਾਲੀਆਂ ਦੀ ਜਿਹੜੀ ਰੁੱਸੀ ਹੋਈ ਜਮਾਤ ਸੀ ਉਹਨੂੰ ਸ਼ਾਮਲ ਕੀਤਾ ਹੋਰ ਵੀ ਕਈ ਪਾਸੇ ਜਾ ਰਹੇ ਨੇ ਲੁਧਿਆਣੇ ਵੀ ਚੱਕਰ ਮਾਰ ਰਹੇ ਆ ਬਠਿੰਡੇ ਵੀ ਚੱਕਰ ਮਾਰ ਰਹੇ ਆ ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਅਕਾਲੀ ਦਲ ਦਾ ਇੱਕ ਵੱਖਰਾ ਵੋਟ ਬੈਂਕ ਹਾਲਾਂਕਿ ਆਪਾਂ ਫਿਰ ਕਹਿ ਦਈਏ ਕਿ ਢੀਂਸਾ ਸਾਹਿਬ ਦੀ ਮੌਜੂਦਾ ਤਾਕਤ ਜਿੱਤਣ ਯੋਗੀ ਨਹੀਂ ਲੱਗਦੀ ਪਰ ਕੁਝ ਸੀਟਾਂ ਤੋਂ ਅਕਾਲੀ ਦਲ ਨੂੰ ਹਰਾਉਣ ਯੋਗੀ ਲੱਗਦੀ ਹੈ ਹੁਣ ਬੈਨੀਪਾਲ ਸਾਹਿਬ ਢੀਂਸਾ ਸਾਹਿਬ ਜਿੱਤਦੇ ਆ ਹਾਰਦੇ ਉਹ ਵੱਖਰੀ ਗੱਲ ਪਰ ਜੋ ਸੰਭਾਵਨਾਵਾਂ ਨੇ ਜਿਵੇਂ ਢੀਂਡਸਾ ਸਾਹਿਬ ਨੇ ਆਖਿਆ ਸੀ ਕਿ ਮੈਂ ਵੱਖਰੀ ਪਾਰਟੀ ਬਣਾ ਲੈਣੀ ਆ 20 ਅਕਾਲੀ ਦਲ ਬਣਿਓ ਆ ਹੋਰ ਬਣ ਜੂ ਇੱਕ ਪਰ ਜੇ ਅਕਾਲੀ ਦਲ ਟਕਸਾਲੀ ਜਾਨੀ ਕਿ ਬਰਮਪੁਰਾ ਸਾਹਿਬ ਸੇਖਵਾ ਸਾਹਿਬ ਬੱਬੀ ਬਾਦਲ ਜਿਹੜੇ ਹੋਰ ਬਹੁਤ ਸਾਰੇ ਲੀਡਰ ਨੇ ਨਾਲ ਜੁੜੇ ਹੋਏ ਵੀਰ ਦਵਿੰਦਰ ਸਿੰਘ ਹੋਰੀ ਜਿਓ ਢੀਂਡਸਾ ਸਾਹਿਬ ਦੇ ਖੇਮੇ ਚ ਆਉਂਦੇ ਨੇ ਅਕਾਲੀ ਦਲ 1920 ਦੇ ਪ੍ਰਧਾਨ ਜਿਹੜੇ ਰਵਿੰਦਰ ਸਿੰਘ ਹੋਰੀ ਜੀ ਆਪਣੀ ਪਾਰਟੀ ਇਧਰਲੇ ਪਾਸੇ ਆ ਕੇ ਮਰਜ ਕਰਦੇ ਆ ਜੇ ਸੁਖਦੇਵ ਸਿੰਘ ਢੀਂਡਸਾ ਨੂੰ ਆਪਣਾ ਮੁਖੀ ਮੰਨਦੇ ਆ ਅਕਾਲੀ ਦਲ ਬਾਦਲ ਦੇ ਰੁੱਸੇ ਹੋਏ ਲੀਡਰਾਂ ਦਾ ਇੱਕ ਵਰਗ ਇਧਰਲੇ ਪਾਸੇ ਆਉਂਦਾ ਤਾਂ ਉਹਦੇ ਨਾਲ ਕੀ ਹੋਏਗਾ ਢੀਂਡਸਾ ਸਾਹਿਬ ਜਿੱਤਣ ਯੋਗ ਨਹੀਂ ਹੋਣਗੇ ਪਰ ਇੱਕ ਗੱਲ ਹੋਈ ਹੋਏਗੀ ਕਿ ਭਾਰਤੀ ਜਨਤਾ ਪਾਰਟੀ ਦੇ ਕੋਲ ਅਕਾਲੀ ਦਲ ਬਾਦਲ ਤੋਂ ਇਲਾਵਾ ਇੱਕ ਬਦਲ ਹੋਏਗਾ ਕਿਉਂਕਿ ਇਹ ਗੱਲ ਤਾਂ ਸਾਨੂੰ ਮੰਨ ਕੇ ਚੱਲਣੀ ਪਊ ਅਕਾਲੀ ਦਲ ਦੀ ਤਾਕਤ ਭਾਰਤੀ ਜਨਤਾ ਪਾਰਟੀ ਹੈ ਕਿਉਂਕਿ ਉਹਨਾਂ ਦੇ ਕੋਲ ਸੈਂਟਰ ਦੇ ਵਿੱਚ ਪਾਵਰ ਹੈ ਪਰ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਲਈ ਅਕਾਲੀ ਦਲ ਇਹ ਤਾਂ ਹੈਗਾ ਕਿ ਘਟਗਣਤੀ ਭਾਈਚਾਰਾ ਸਾਡੇ ਨਾਲ ਜੁੜਿਆ ਅਸੀਂ ਧਰਮ ਨਿਰਪੱਖਤਾ ਦੇ ਆਧਾਰ ਤੇ ਚੱਲਦੇ ਹਾਂ ਪਰ ਉਹ ਕਦੇ ਵੀ ਪੰਜਾਬ ਦੇ ਵਿੱਚ ਅਕਾਲੀ ਦਲ ਤੋਂ ਬਾਅਦ ਦੂਸਰੇ ਨੰਬਰ ਦੇ ਹਾਂਡੀ ਬਣ ਕੇ ਨਹੀਂ ਰਹਿਣਾ ਚਾਹੁੰਦੇ ਅਕਾਲੀ ਦਲ ਤੈਨਾਂ ਤੋਂ ਸੀਟਾਂ ਦੇ ਕਾਜ਼ੀ ਨਹੀਂ ਜੇ ਟੀਨ ਸਾਹਿਬ ਦੇ ਨਾਲ ਟਕਸਾਲੀ ਅਕਾਲੀ ਦਲ 1920 ਵਾਲੇ ਤੇ ਕੁਝ ਹੋਰ ਲੀਡਰ ਰਲਦੇ ਆ ਹੋ ਸਕਦਾ ਹੈ ਕਿ ਕੁਝ ਮੁੱਦਿਆਂ ਦੇ ਉੱਤੇ ਡਿਸਪਿਊਟ ਪੈਦਾ ਹੋ ਕੇ ਆਖਰੀ ਮੌਕੇ ਤੇ ਭਾਰਤੀ ਜਨਤਾ ਪਾਰਟੀ ਅਕਾਲੀਆਂ ਨੂੰ ਕਹੇ ਕਿ ਭਾਈ ਜਾਂ ਤਾਂ 50 ਸੀਟਾਂ ਇੱਥੇ ਰੱਖੋ 103 ਤੋਂ ਬਾਅਦ 27 ਨਵੀਆਂ ਸੀਟਾਂ ਕਿਹੜੀਆਂ ਦਿੰਦੇ ਹੋ ਜਾਂ ਘੱਟੋ-ਘੱਟ 40 ਦਿਓ ਤੇ ਜੇ ਤੁਸੀਂ ਸਾਨੂੰ ਸੀਟਾਂ ਵਧ ਨਹੀਂ ਦੇਣੀਆਂ ਸਾਡੇ ਕੋਲੇ ਸੁਖਦੇਵ ਸਿੰਘ ਢੀਂਡਸਾ ਹੈਗਾ ਅਸੀਂ ਐਤਕੀ ਭਾਵੇਂ ਸਾਰੀਆਂ ਹਰਜਾਈਏ ਪਰ ਘੱਟੋ-ਘੱਟ 50-60 ਸੀਟਾਂ ਤੇ ਚੋਣਤਾ ਲੜਾਂਗੇ 15-15 10-10 ਹਜ਼ਾਰ ਵੋਟਾਂ ਲੈ ਕੇ ਅਗਲੇ 5 ਸਾਲਾਂ ਦੇ ਵਿੱਚ 227 ਤੱਕ ਅਸੀਂ ਆਪਣੀ ਪਾਰਟੀ ਨੂੰ ਮਜ਼ਬੂਤ ਕਰਾਂਗੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਲਈ ਬਹੁਤ ਵੱਡੀ ਇਹ ਚੁਣੌਤੀ ਹੈ ਕਿ ਸੁਖਦੇਵ ਸਿੰਘ ਢੀਂਡਸਾ ਨੂੰ ਆਪਣੇ ਬੰਦੇ ਤੋੜਨ ਤੋਂ ਰੋਕਣਾ ਕਿਵੇਂ ਹੈ ਤੇ ਭਾਰਤੀ ਜਨਤਾ ਪਾਰਟੀ ਦੇ ਨਾਲ ਇੱਕ ਸੁਰਤਾ ਰੱਖਣੀ ਕਿਵੇਂ ਹੈ ਤੇ ਜੇ ਬੀਜੇਪੀ ਦੇ ਨਾਲ ਇੱਕ ਸੁਰਤਾ ਰੱਖਣੀ ਹੈ ਤਾਂ ਬੈਨੀਪਾਲ ਸਾਹਿਬ ਕਿੱਡੀ ਵੱਡੀ ਮੁਸੀਬਤ ਹੈ ਕਿ ਪੰਜਾਬ ਦੇ ਕਿਸਾਨਾਂ ਨਾਲ ਕੀ ਰੱਖਣਾ ਕਿਉਂਕਿ ਇੱਕ ਪਾਸੇ ਯੂਪੀ ਦੇ ਵਿੱਚ ਪੰਜਾਬੀ ਕਿਸਾਨਾਂ ਦੇ ਉਜਾੜੇ ਦੀ ਗੱਲ ਹੈ ਦੂਸਰੇ ਪਾਸੇ ਫਸਲਾਂ ਦੀ ਕੀਮਤ ਤੇ ਉਹਨਾਂ ਦੀ ਖਰੀਦ ਦੀ ਗੱਲ ਹੈ ਤੀਸਰੇ ਪਾਸੇ ਜੀਐਸਟੀ ਦੇ ਵਿੱਚੋਂ ਪੰਜਾਬ ਦੇ ਹਿੱਸੇ ਦੀ ਗੱਲ ਹੈ ਜੇ ਬੀਜੇਪੀ ਦੀ ਮੰਨਣਗੇ ਲੋਕਾਂ ਦੇ ਮਨ 'ਚ ਸ਼ੱਕ ਹੈ ਤੇ ਜੇ ਬੀਜੇਪੀ ਦੀ ਨਹੀਂ ਮੰਨਣਗੇ ਤਾਂ ਫਿਰ ਘੱਟ ਜੁੜਦਾ ਔਖਾ ਵਾਟਸਐਪ ਇੱਕ ਕਹਾਵਤ ਹੈ ਪੰਜਾਬੀ ਦੀ ਕਿ ਗੱਲ ਸਹੇ ਦੀ ਨਹੀਂ ਗੱਲ ਪਹੇ ਦੀ ਹੈ ਜੀ ਹੁਣ ਮੈਨੂੰ ਲੱਗਦਾ ਹੈ ਕਿ ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਜਿਹਨਾਂ ਤੁਸੀਂ ਜ਼ਿਕਰ ਕਰ ਰਹੇ ਹੋ ਨਿਰਾਜ਼ਗੀਆਂ ਤੋਂ ਬਾਅਦ ਆਖਰਕਾਰ ਪਿਓ ਪੁੱਤ ਦੋਵੇਂ ਵੱਖਰੇ ਹੋ ਗਏ ਨੇ ਜੀ ਤੇ ਹੁਣ ਆਪਣਾ ਉਹ ਢਾਂਚਾ ਤਿਆਰ ਕਰਦੇ ਫਿਰਦੇ ਆ ਹਮ ਇੱਕ ਇੱਕ ਕਰਕੇ ਜਿਹੜੇ ਨਿਰਾਜ਼ ਹੋਏ ਅਕਾਲੀ ਨੇ ਕਿਉਂਕਿ ਜਦੋਂ ਅਕਾਲੀ ਦਲ ਦੇ ਵਿੱਚ ਵੀ ਸੀ ਕੰਸੋਆਂ ਤਾਂ ਹੁੰਦੀਆਂ ਨੇ ਕਿ ਕਿਹੜਾ ਵਿਅਕਤੀ ਨਿਰਾਜ਼ ਹੈ ਕਿਹੜਾ ਕਿਸ ਪਾਰਟੀ ਦੇ ਕਿੰਨਾ ਇੱਕ ਅੰਦਰੋਂ ਇੱਕ ਮਿਕਾ ਹੁਣ ਉਹਨਾਂ ਨੂੰ ਉਹ ਸਾਰੀਆਂ ਦੁੱਖ ਦੀਆਂ ਰਗਾਂ ਦਾ ਪਤਾ ਕਿਉਂਕਿ ਉਹ ਸਾਰੇ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਚੀਰੇ ਆ ਸੁਖਦੇਵ ਸਿੰਘ ਢੀਂਸਾ ਤੇ ਪਰਮਿੰਦਰ ਸਿੰਘ ਢੀਂਸਾ ਹੁਣ ਉਹ ਇੱਕ ਵੱਖਰਾ ਪੈਂਤੜਾ ਤਾਂ ਜ਼ਰੂਰ ਖੇਡਣਗੇ ਮੈਂ ਗੱਲ ਕੀਤੀ ਹੈ ਕਿ ਗੱਲ ਸਹੇਦ ਹੀ ਨਹੀਂ ਗੱਲ ਪੈਸੇ ਦੀ ਹੈ ਕਿਉਂਕਿ ਭਾਜਪਾ ਵਾਲੇ ਵਾਰ-ਵਾਰ ਆਖ ਰਹੇ ਆ ਕਿ ਜਾਂ ਤਾਂ ਅਸੀਂ ਲੜਨਾ ਹੈ ਇਕੱਲਿਆਂ ਨੇ ਜਾਂ ਲੈਣੀਆਂ ਨੇ ਬਰਾਬਰ ਦੀਆਂ ਸੀਟਾਂ ਹੁਣ ਜਦੋਂ ਗੁਰਚਰਨ ਸਿੰਘ ਟੋੜਾ ਹੋਰੀ ਵੱਖਰੇ ਹੋਏ ਸੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਉਦੋਂ ਵੀ ਉਹ ਕਹਿੰਦੇ ਸੀ ਹੋ ਸਕਦਾ ਸੀ ਜਿੱਤੀਏ ਨਾ ਪਰ ਇੰਨੀ ਤਾਕਤ ਜਰੂਰ ਰੱਖਦੇ ਆ ਜੀ ਕਿ ਬਾਦਲਾਂ ਨੂੰ ਸੱਤਾ ਤੋਂ ਬਾਹਰ ਕਰਦੇ ਆ ਤੇ ਕਰ ਵੀ ਦਿੱਤਾ ਸੀ ਹੁਣ ਉਹੀ ਸਿਚੁਏਸ਼ਨ ਇੱਕ ਵਾਰੀ ਫੇਰ ਆ ਜਾਣੀ ਹੈ ਇਸ ਵਾਰ ਹੋ ਸਕਦਾ ਹੈ ਕਿ ਭਾਜਪਾ ਵਾਲੇ ਇਹ ਦਾਅ ਖੇੜ ਹੀ ਲੈਣ ਕਿ ਗੱਲ ਸਹੇ ਵਾਲੇ ਪੈਸੇ ਵਾਲੀ ਜੀ ਕਿ ਇਸ ਵਾਰ ਭਾਵੇਂ ਸਾਨੂੰ ਸੀਟਾਂ 5 ਦੀ بجائے 2 ਰਹਿ ਜਾਣ ਭਾਵੇਂ ਰਾਜ਼ਤੀਏ ਪਰ ਅਗਲੀ ਵਾਰ ਨੂੰ ਅਸੀਂ ਕਹਿਣ ਜੋਗੇ ਹੋ ਜਾਾਂਗੇ ਕਿ ਸੀਟਾਂ 50 ਲੈਣੀਆਂ ਨੇ ਸੁਖਦੇਵ ਸਿੰਘ ਢੀਂਡਸਾ ਉਹਨਾਂ ਨੇ 50 ਦਿੱਤੀਆਂ ਸੀ ਜੀ ਇੱਕ ਤਾਂ ਗੱਲ ਇਹ ਹੂੰ ਹੂੰ ਦੂਸਰੀ ਤੁਸੀਂ ਗੱਲ ਕੀਤੀ ਹੈ ਕਿ ਉਹਨਾਂ ਦੇ ਦੋ ਵੋਟ ਬੈਂਕ ਨੇ ਇੱਕ ਕਿਸਾਨੀ ਤੇ ਦੂਸਰਾ ਪੰਥਕ ਮੈਨੂੰ ਲੱਗਦਾ ਪੰਥਕ ਬੋਰਡ ਦਾ ਆਧਾਰ ਉਹਨਾਂ ਨੇ ਉਦੋਂ ਤੋਂ ਕਾਫੀ ਗਵਾ ਲਿਆ ਕਾਫੀ ਖੁਰਾ ਲੱਗਿਆ ਜਦੋਂ ਡੇਰਾ ਮੁਖੀ ਬਾਬਾ ਰਾਮ ਰਹੀਮ ਨੂੰ ਮੁਆਫੀ ਦੇ ਦਿੱਤੀ ਗਈ ਉਦੋਂ ਤੋਂ ਬਾਅਦ ਬਹੁਤ ਸਾਰੇ ਜਿਹੜੇ ਕਟੜ ਪੰਥੀ ਲੋਕ ਸੀ ਪੰਥਕ ਲੋਕ ਸੀ ਉਹਨਾਂ ਨੇ ਤੇ ਉਸ ਵਕਤ ਕਨਾਰਾ ਕਰ ਲਿਆ ਸੀ ਕਿ ਨਹੀਂ ਇਹਨਾਂ ਨਾਲ ਹੁਣ ਹੋਰ ਨਹੀਂ ਉਦੋਂ ਤੋਂ ਬਾਅਦ ਜਦੋਂ ਬਾਦਲਾਂ ਦੀ ਉਹ ਸਰਕਾਰ ਸੀ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਜਦੋਂ ਬਰਗਾੜੀ ਕਾਹੜ ਬਾਪੜਦਾ ਬਾਈਬਲ ਕਲਾ ਕਾਹੜ ਬਾਪੜਦਾ ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਲਗਾਤਾਰ ਇੱਕ ਤੋਂ ਬਾਅਦ ਇੱਕ ਖਬਰਾਂ ਆਉਣ ਲੱਗੀਆਂ ਉਦੋਂ ਤੋਂ ਬਾਅਦ ਲੋਕਾਂ ਦੇ ਵਿੱਚ ਗੁੱਸਾ ਏ ਸੀ ਕਿ ਪਹਿਲਾਂ ਪੋਸਟਰ ਲੱਗੇ ਨੇ ਤੁਸੀਂ ਤਾਂ ਵੀ ਰੱਖਿਆ ਨਹੀਂ ਕਰ ਸਕੇ ਸਾਡੀ ਰੱਖਿਆ ਤੁਸੀਂ ਕੀ ਕਰਨੇ ਤੁਸੀਂ ਸਾਡੇ ਗੁਰੂ ਦੀ ਰੱਖਿਆ ਨਹੀਂ ਕਰ ਸਕੇ ਉਦੋਂ ਤੋਂ ਬਾਅਦ ਵੀ ਵੱਡੇ ਪੱਧਰ ਤੇ ਪੰਥਕ ਵੋਟ ਉਹਨਾਂ ਦੇ ਪਾਸਿਓਂ ਕਿਰੀ ਐ ਖੁਰੀ ਐ ਉਹਦਾ ਜੇ ਆਪਾਂ ਰਿਜ਼ਲਟ ਦੇ ਆਧਾਰ ਤੇ ਗੱਲ ਕਰੀਏ ਆਪਾਂ ਸਾਹਮਣੇ ਵੇਖ ਸਕਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਉਹਨਾਂ ਨਾਲੋਂ ਵੱਧ ਨਵੀਂ ਪਾਰਟੀ ਪਹਿਲੀ ਵਾਰੀ ਜਿਹਨੇ ਪੰਜਾਬ ਵਿਧਾਨ ਸਭਾ ਦੀ ਚੋਣ ਲੜੀ ਆਮ ਆਦਮੀ ਪਾਰਟੀ ਵੱਧ ਸੀਟਾਂ ਲਾਏਗੀ ਤੇ ਪੰਜਾਬ ਦੇ ਵਿੱਚ ਵਿਰੋਧੀ ਧਿਰ ਦਾ ਰੁਤਬਾ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਆਮ ਆਦਮੀ ਪਾਰਟੀ ਨੂੰ ਮਿਲਿਆ ਜੀ ਦੂਸਰੀ ਗੱਲ ਰਹਿੰਦੀ ਖੁੰਦੀ ਕਸਰਾ ਆਰਡੀਨਸਾਂ ਨੇ ਕੱਢ ਦਿੱਤੀ ਕਿਸਾਨੀ ਵਾਲੇ ਮੁੱਦੇ ਤੇ ਕਿਉਂਕਿ ਆਮ ਤੌਰ ਤੇ ਅੱਜ ਤੱਕ ਇਹੀ ਗੱਲ ਪ੍ਰਚਾਰੀ ਜਾਂਦੀ ਰਹੀ ਹੈ ਇਹ ਸ਼ਰੋਮਣੀ ਅਕਾਲੀ ਦਲ ਕਿਸਾਨ ਪੱਖੀ ਪਾਰਟੀ ਹੈ ਹੁਣ ਭਗਵੰਤ ਮਾਨ ਨੂੰ ਮੈਂ ਵੇਖ ਰਿਹਾ ਸੀ ਸੁਣ ਰਿਹਾ ਸੀ ਭਗਵੰਤ ਮਾਨ ਕਹਿੰਦੇ ਸੁਖਵੀਰ ਬਾਦਲ ਦੀ ਬਿੱਲੀ ਥੈਲਿਓ ਬਾਹਰ ਆ ਗਈ ਹੈ ਸਰਪਾਰਟੀ ਮੀਟਿੰਗ ਦੇ ਵਿੱਚ ਜਦੋਂ ਅਸੀਂ ਗੱਲਬਾਤ ਕੀਤੀ ਕਹਿੰਦੇ ਉਹ ਤਾਂ ਸ਼ਰਿਆ ਵੀ ਉੱਥੇ ਮੁਕਰ ਗਿਆ ਉਹ ਤਾਂ ਕਹਿੰਦੇ ਇਸ ਤਰ੍ਹਾਂ ਦੀ ਇਹਦੇ ਵਿੱਚ ਕੋਈ ਗੱਲ ਹੀ ਹੈ ਨਹੀਂ ਹੁਣ ਉਹਨਾਂ ਦੀ ਇਸ ਵਕਤ ਜਿਹੜੀ ਆਨ ਹੈ ਜਾਂ ਸ਼ਾਨ ਹੈ ਜਾਂ ਇੱਜ਼ਤ ਦਾ ਤੇ ਲੱਗੀ ਹੋਈ ਹੈ ਪੰਥਕ ਵੋਟ ਵੱਡੇ ਪੱਦਰ ਤੇ ਟੁੱਟੀ ਹੈ ਇਸਾਨੀ ਦੇ ਮੁੱਦੇ ਤੇ ਸਪਸ਼ਟ ਸਟੈਂਡ ਉਹ ਲੈ ਨਹੀਂ ਸਕੇ ਆਖਰਕਾਰ ਇਹ ਕਹਿਣਾ ਪਾਗਾ ਕਾਨੂੰਨੀ ਸਲਾਹ ਲਵਾਂਗੇ ਹੁਣ ਦੋਵੇਂ ਵੱਡਾ ਵੋਟ ਬੈਂਕ ਨੇ ਜਿਹੜੇ ਉਹਨਾਂ ਦੇ ਦੋਵੇਂ ਉਹਨਾਂ ਕੋਲੋਂ ਖੁੱਸਦੇ ਜਾ ਰਹੇ ਤੇ ਤੀਸਰੀ ਤੁਸੀਂ ਗੱਲ ਕੀਤੀ ਹੈ ਕਿ ਪੰਜਾਬ ਦੇ ਵਿੱਚ ਤੀਜੀ ਧਿਰ ਕੋਈ ਹੈ ਹੀ ਨਹੀਂ ਤੀਜੀ ਧਿਰ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਵੀ ਹੈ ਨਹੀਂ ਸੀ ਹਮ ਪਰ ਵਿਰੋਧੀ ਧਿਰ ਬਣ ਕੇ ਬਹਿ ਗਏ ਅਗਲੇ ਹੁਣ ਮੈਨੂੰ ਇਹ ਲੱਗਦਾ ਹੈ ਕਿ ਸੁਖਬੀਰ ਬਾਦਲ ਵਾਸਤੇ ਕੈਪਟਨ ਅਮਰਿੰਦਰ ਸਿੰਘ ਨਾਲੋਂ ਵੀ ਵੱਡੀ ਚੁਣੌਤੀ ਉਹਨਾਂ ਦੇ ਸਾਹਮਣੇ ਖੜੀ ਹੈ ਟਕਸਾਲੀ ਪਹਿਲਾਂ ਹੀ ਰੁੱਸੇ ਹੋਏ ਨੇ ਜੀ ਉਦੇ ਨਾਲ ਨਾਲ ਸੁਖਦੇਵ ਸਿੰਘ ਢੀਂਡਸਾ ਉਹਨੇ ਵੱਖਰਾ ਆਪਣਾ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ ਹੈ। ਉਹਦੇ ਨਾਲ ਜਿਹੜਾ ਉਹਨਾਂ ਦੇ ਭਾਈਵੰਦ ਨੇ ਨੌ ਮਾਸ ਦੇ ਰਿਸ਼ਤੇ ਵਾਲੇ ਉਹ ਉਹਨਾਂ ਨਾਲ ਟੁੱਟਣ ਨੂੰ ਫਿਰਦੇ ਆ। ਜਦੋਂ ਇੱਕ ਇੱਕ ਕਰਕੇ ਤੁਹਾਡੇ ਖੇਮੇ ਦੇ ਵਿੱਚੋਂ ਬੰਦੇ ਕਰਨ ਲੱਗ ਜਾਣ ਭਾਵੇਂ ਉਹਨਾਂ ਕੋਲ ਵੋਟਾਂ ਵੱਧ ਹੋਣ ਭਾਵੇਂ ਘੱਟ ਹੋਣ ਕਈ ਦੇਖਾ ਦੇਖੀ ਕਰਨ ਲੱਗ ਜਾਂਦੇ ਆ। ਜਰ ਇਹਨਾਂ ਦੇ ਨਾਲ ਤਾਂ ਲਗਾਤਾਰ ਇੱਕ ਇੱਕ ਕਰਕੇ ਟੁੱਟ ਰਿਹਾ ਸਰਕਾਰ ਇਹਨਾਂ ਦੀ ਬਣਨੀ ਨਹੀਂ ਹਮਮ ਜਦ ਇਹਨਾਂ ਦੀ ਬਣਨੀ ਨਹੀਂ ਵੋਟਾਂ ਇਧਰ ਪਾ ਦਿੰਦੇ ਆ ਬਿਲਕੁਲ ਮੈਨੀਪਲ ਸਾਹਿਬ ਪੰਜਾਬ ਦੇ ਵਿੱਚ ਨਾ ਹਮੇਸ਼ਾ ਪੈਂਡੂਲਮ ਵੋਟ ਰਹੀ ਹੈ ਹਮੇਸ਼ਾ ਲਟਕਦੀ ਵੋਟ ਰਹੀ ਹੈ ਜਿਹੜੀ ਐਨ ਆਖਰੀ ਮੌਕੇ ਤੇ ਦੇਖਦੀ ਹੈ ਕਿ ਹਾਲਾਤ ਕਿਦਾਂ ਠੀਕ ਜਿਤਾਉਂਦੀ ਤੇ ਹਰਾਉਂਦੀ ਦਰਅਸਲ ਉਹ ਜਿਹੜੀ ਲਕshmi ਵੋਟ ਉਹੀ ਹੈ ਉਹੀ ਹੈ ਹੁਣ ਮੈਨੀਪਲ ਸਾਹਿਬ ਜੇ ਆਪਾਂ ਸੁਖਵੀਰ ਸਿੰਘ ਬਾਦਲ ਹੋਰਾਂ ਦੀ ਚੁਣੌਤੀ ਦੇਖ ਲਈ ਜੀ ਕਿ ਬੰਦੇ ਟੁੱਟਣੋਂ ਵੀ ਬਚਾਉਣੇ ਆ ਪੰਥਕ ਵੋਟ ਬੈਂਕ ਦਾ ਕੀ ਕਰਨਾ ਹੈ ਕਿਸਾਨੀ ਵੋਟ ਬੈਂਕ ਦਾ ਕੀ ਕਰਨਾ ਹੈ ਬ ਕੇਂਦਰ ਦੇ ਵਿੱਚ ਇੱਕ ਕੁਰਸੀ ਕਾਇਮ ਰੱਖਣੀ ਤੇ ਪੰਜਾਬ ਦੇ ਲੋਕਾਂ ਦੇ ਨਾਲ ਤਾਲਮੇਲ ਰੱਖਣਾ ਬੀਜਪੀ ਨਾਲ ਗੱਠਜੋੜ ਬਚਾਉਣਾ ਬਹੁਤ ਜ਼ਰੂਰੀ ਹੈ ਉਹਨੂੰ ਬਚਾਉਣ ਦੇ ਲਈ ਕੀ ਕੁਝ ਤਿਆਗ ਕਰਨਾ ਪਊਗਾ ਵੱਡੀ ਗੱਲ ਹੈ ਪਰ ਇੱਥੇ ਇੱਕ ਹੋਰ ਦਿਸ਼ਾ ਤੋਂ ਜੇ ਆਪਾਂ ਦੇਖੀਏ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਕੀ ਹੋ ਸਕਦਾ ਹੈ ਜੀ ਮੈਨੀਪਾਲ ਸਾਹਿਬ ਮੈਂ ਦੇਖ ਰਿਹਾ ਸੀ ਕਿ ਜੇ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਦੇ ਵਿੱਚ ਐਡਜਸਟ ਨਹੀਂ ਹੁੰਦੇ ਅਕਾਲੀ ਦਲ ਜਾਣਾ ਨਹੀਂ ਬੀਜਪੀ 'ਚ ਉਹ ਆਏ ਆ ਆਮ ਆਦਮੀ ਪਾਰਟੀ ਦੇ ਵਿੱਚ ਅਜੇ ਬਣਦੀ ਨਹੀਂ ਲੱਗਦੀ ਗੱਲ ਕਿਉਂਕਿ ਲੀਡਰ ਤਾਂ ਉਹੀ ਨੇ ਜਿਹੜੇ 2017 'ਚ ਸੀ ਜੀ ਜੀ ਫਿਰ ਇੱਕ ਤੀਸਰੀ ਗੱਲ ਕਿਤੇ ਨਾ ਕਿਤੇ ਨਜ਼ਰ ਆਉਂਦੀ ਹੈ ਕਿ ਜੇ ਸੁਖਦੇਵ ਸਿੰਘ ਢੀਂਡਸਾ ਜਿਵੇਂ ਰੌਲਾ ਪੈਂਦਾ ਸੀ ਪਿਛਲੇ ਸਮੇਂ ਦੇ ਵਿੱਚ ਕਿ ਕਿਤੇ ਨਾ ਕਿਤੇ ਕੇਂਦਰ ਸਰਕਾਰ ਦੇ ਵਿੱਚ ਹੈ ਕੁਛ ਨਾ ਕੁਛ ਨਾ ਵੀ ਜਾਨੀ ਦਿੱਲੀ ਰਹੇ ਆ ਰਾਜ ਸਭਾ ਦੇ ਮੈਂਬਰ ਰਹੇ ਆ ਵੀ ਕਿਤੇ ਚਾਹ ਪਾਣੀ ਪੀ ਆਉਂਦੇ ਕੱਪ ਜੇ ਉਹ ਕੇਂਦਰ ਦੀ ਸਰਕਾਰ ਦੇ ਕੋਲੇ ਜਾ ਕੇ ਗੁਜ਼ਾਰਿਸ਼ ਕਰਕੇ ਅਕਾਲੀ ਦਲ ਬਾਦਲ ਤੋਂ ਬਿਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਵਿਗਲ ਬਜਵਾਉਣ ਦੇ ਵਿੱਚ ਕਾਮਯਾਬ ਹੋ ਜਾਂਦੇ ਆ ਵਿਧਾਨ ਸਭਾ ਦੀ ਚੋਣ ਤੋਂ ਪਹਿਲਾਂ ਜੀ ਇਹ ਇੱਕ ਬਹੁਤ ਵੱਡਾ ਮੋੜ ਹੋਏਗਾ ਟਰਨਿੰਗ ਟਰਨਿੰਗ ਪੁਆਇੰਟ ਹੋਏਗਾ ਇੱਕ ਪਲਟਾ ਹੋਏਗਾ ਅਕਾਲੀ ਦਲ ਆਪਣੇ ਹਿਸਾਬ ਨਾਲ ਦੇਖਦਾ ਪਰ ਜੇ ਭਾਜਪਾ ਨੂੰ ਲੱਗਿਆ ਕਿ ਸਾਨੂੰ ਸੀਟਾਂ ਦੇ ਪੱਖ ਤੋਂ ਉਹਨਾਂ ਭਾਅ ਨਹੀਂ ਮਿਲ ਰਿਆ ਤੇ ਉਹ ਫਿਰ ਬਦਲਵਾ ਕੋਈ ਨਾ ਕੋ ਰਾਹ ਖੋਲ ਸਕਦੇ ਆ ਬਹੁਤ ਸਾਰੀਆਂ ਸੂਬਿਆਂ 'ਚ ਉਹਨਾਂ ਨੇ ਖੋਲੇ ਜੀ ਜੇ ਸੁਖਦੇਵ ਸਿੰਘ ਢਿੰਡਸਾ ਟਕਸਾਲੀਆਂ ਨੂੰ ਅਕਾਲੀ ਦਲ 1920 ਨੂੰ ਨਾਲ ਲੈ ਕੇ ਉਧਰਲੇ ਪਾਸੇ ਤੁਰਦਿਆ ਬੈਂਸ ਭਰਾਵਾਂ ਦੇ ਵਿੱਚੋਂ ਇੱਕ ਪ੍ਰਾਈਸੀਪੀਸੀ ਦਾ ਮੈਂਬਰ ਵੀ ਆ ਜੀ ਉਹ ਦੇਖੋ ਇੱਕ ਗੱਲ ਮੰਨਣੀ ਪਊਗੀ ਸਾਨੂੰ ਕਿ ਬੈਂਸ ਭਰਾ ਬੜੇ ਅਗਰੈਸਿਵ ਨੇ ਬਹੁਤ ਹਮਲਾਵਰ ਸ਼ੈਲੀ ਦੇ ਵਿੱਚ ਰਾਜਨੀਤੀ ਕਰਦੇ ਆ ਪਰ ਉਹ ਸਾਰੇ ਪੰਜਾਬ 'ਚ ਹੈ ਨਹੀਂਗੇ ਉਹ ਲੁਧਿਆਣੇ ਤੋਂ ਜਲੰਧਰ ਤੋਂ ਜਾਨੀ ਕਿ ਨੇੜੇ-ਨੇੜੇ ਦੇ ਮੰਨ ਲਓ 20 ਵਿਧਾਨ ਸਭਾ ਹਲਕਿਆਂ ਦੇ ਵਿੱਚ ਤਾਂ ਉਹ ਹੈਗੇ ਆ ਪਰ ਬਾਕੀ 97 ਵਿਧਾਨ ਸਭਾ ਹਲਕਿਆਂ ਦੇ ਵਿੱਚ ਅਜੇ ਉਹਨਾਂ ਦੀ ਹੋਂਦ ਉਨੀ ਨਹੀਂ ਤੇ ਉਹਨਾਂ ਨੂੰ ਵੀ ਆਖਰੀ ਮੌਕੇ ਕੋਈ ਨਾ ਕੋਈ ਸਿਆਸੀ ਤਰਚਾਈ ਦੀ ਹੋਣੀ ਹੈ ਜੇ ਸੁਖਦੇਵ ਸਿੰਘ ਢੀਂਡਸਾ ਬਣਦਾ ਸਰਦਾ ਵੋਟ ਬੈਂਕ ਕਾਇਮ ਕਰਨ ਦੇ ਵਿੱਚ ਕਾਮਯਾਬ ਹੁੰਦੇ ਆ ਜੇ ਬੈਂਸਪਰਾ ਉਹਨਾਂ ਦੇ ਨਾਲ ਆਉਂਦੇ ਆ ਜੇ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਪਾਰਟੀ ਦੇ ਵਿੱਚ ਢੋਈ ਉਸ ਤਰੀਕੇ ਦੀ ਨਹੀਂ ਮਿਲਦੀ ਨਵੀਂ ਪਾਰਟੀ ਬਣਾਉਣੀ ਉਹਨਾਂ ਦੇ ਲਈ ਵੀ ਓਕੇ ਹੋ ਸਕਦਾ ਹੈ ਕੇ ਪੰਥਕ ਮੁੱਦੇ ਦੇ ਉੱਤੇ ਜੋ ਮੈਨੂੰ ਲੱਗ ਰਿਹਾ ਸੀ ਜੇ ਐਸਪੀਸੀ ਦੀਆਂ ਵੋਟਾਂ ਆਉਂਦੀਆਂ ਕਿਉਂਕਿ ਸਿੱਧੂ ਸਾਹਿਬ ਨੇ ਸਿੱਧੇ ਉਹਦੇ ਵਿੱਚ ਪੈਣਾ ਨਹੀਂ ਸੇਵਾ ਸਿੰਘ ਸੇਖਵਾ ਨੂੰ ਉਧਰਲੇ ਪਾਸੇ ਢੀਂਡਸਾ ਸਾਹਾ ਅਗਵਾਈ ਕਰਨ ਲਈ ਅੱਗੇ ਤੋਰ ਸਕਦੇ ਆ ਕਿਉਂਕਿ ਉਹ ਹਮੇਸ਼ਾ ਐਸਪੀਸੀ ਦੇ ਵਿੱਚ ਰਹੇ ਨੇ ਕਈ ਵਾਰੀ ਬਣਦੇ ਬਣਦੇ ਪ੍ਰਧਾਨ ਰਹੇ ਆ ਕਿ ਸੇਵਾ ਸਿੰਘ ਸੇਖਵਾ ਨੂੰ ਅੱਗੇ ਲਾਈਏ ਉਨਾ ਨੂੰ ਐਸਪੀਸੀ ਪੀਸੀ ਦੀਆਂ ਚੋਣਾਂ ਦੇ ਵਿੱਚ ਸਾਰੇ ਪਾਸਿਓਂ ਜਿਹੜਾ ਉੱਪਰ ਲਾ ਕੇ ਸੰਤ ਸਮਾਜ ਦਾ ਇੱਕ ਕਿਸਾ ਨਾਲ ਜੋੜ ਸਕਦੇ ਆ। ਬਾਕੀ ਸਾਰੀਆਂ ਧਿਰਾਂ ਭਾਵੇਂ ਬੈਂਸਪਰਾਵ ਨੇ, ਭਾਵੇਂ ਸਿੱਧੂ ਸਾਹਿਬ ਨੇ ਉਹ ਸਿੱਧੇ ਤਰੀਕੇ ਦੇ ਨਾਲ ਉਹਨਾਂ ਦੀ ਮਦਦ ਕਰਨ। ਤੇ ਜਦੋਂ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣ। ਉਦੋਂ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਲਾ ਕੇ ਭਾਵੇਂ ਉਹ ਢੀਂਸਾ ਸਾਹਿਬ ਨੇ, ਟਕਸਾਲੀ ਨੇ, ਅਕਾਲੀ ਦਲ 1920 ਵਾਲੇ ਆ, ਬੈਂਸਪਰਾ ਆ ਜਾਂ ਹੋਰ ਜਿੰਨੀਆਂ ਵੀ ਧਿਰਾਂ ਨੇ ਕਿਉਂਕਿ ਸੁਖਬਾਲ ਸਿੰਘ ਖੜਾ ਵੀ ਕਈ ਵਾਰੀ ਕਹਿ ਚੁੱਕਿਆ। ਇਹ ਸਾਰੀਆਂ ਧਿਰਾਂ ਉਹ ਨੇ ਜਿਹੜੀਆਂ ਪੰਜਾਬ 'ਚ ਸਰਗਰਮ ਨੇ ਪਰ ਸਾਰੇ ਪ ਜੇ ਇਕੱਠੇ ਹੁੰਦੇ ਆ ਤਾਂ ਕੁਝ ਨਾ ਕੁਝ ਗੱਲ ਜਿਹੜੀ ਉੱਤਰ ਵੀ ਸਕਦੀ ਹੈ ਉਸ ਸਥਿਤੀ ਦੇ ਵਿੱਚ ਹੋ ਸਕਦਾ ਕਿ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਲਾ ਕੇ ਉਤਰਨ ਤੇ ਜਿਹੜਾ ਕੇਂਦਰ ਵਾਲਾ ਮਹਿਕਮਾ ਭੜਕ ਨੂੰ ਲੋਕ ਸਭਾ ਦੀ ਚੋਣ ਲੜਨੀ ਆ ਜਾਂ ਕੁਝ ਵੀ ਹੋਣਾ ਹੈ ਉੱਥੇ ਸੁਖਦੇਵ ਸਿੰਘ ਢੀਂਡ ਸਾਹਕੇ ਹੋ ਸਕਦੇ ਆ ਜਿਆਨੀ ਕਿ ਧਾਰਮਿਕ ਪੱਖ ਤੋਂ ਸੇਵਾ ਸਿੰਘ ਸੇਖਵਾ ਜਿਹੜੇ ਆ ਉਹਨਾਂ ਨੂੰ ਅੱਗੇ ਲਾਇਆ ਜਾ ਸਕਦਾ ਹੈ ਪੰਜਾਬ ਦੀ ਰਾਜਨੀਤੀ ਦੇ ਪੱਖ ਤੋਂ ਕਿਉਂਕਿ ਸਿੱਧੂ ਸਾਹਿਬ ਕਹਿੰਦੇ ਮੈਂ ਛੱਡ ਕੇ ਜਾਣਾ ਨਹੀਂ ਤੇ ਪੰਜਾਬ ਦੀ ਲੋਕਾਂ ਤੇ ਪ੍ਰਭਾਵੀ ਹੈ ਉਹਨਾਂ ਨੂੰ ਅੱਗੇ ਲਾਇਆ ਜਾ ਸਕਦਾ ਤੇ ਕੇਂਦਰ ਦੇ ਵਿੱਚ ਰਾਜਨੀਤੀ ਕਿਹਨੇ ਕਰਨੀ ਆ ਉਧਰਲੇ ਪਾਸੇ ਸੁਖਦੇਵ ਸਿੰਘ ਢੀਂਡਸਾ ਨੂੰ ਕਮਾਂਡ ਜਿਹੜੀ ਦਿੱਤੀ ਜਾ ਸਕਦੀ ਹੈ ਇਹ ਬੜਾ ਉਲਝਿਆ ਹੋਇਆ ਸਵਾਲ ਹੈ ਇਹਨਾਂ ਸੁਖਾਲਾ ਨਹੀਂ ਹੈ ਪਰ ਇਹ ਸਾਰੇ ਲੀਡਰ ਉਹ ਨੇ ਜਿਨ੍ਹਾਂ ਨੂੰ ਮੁੱਖ ਪਾਰਟੀਆਂ ਚ ਢੋਈ ਨਹੀਂ ਹੈ ਨਾ ਉਹ ਮੁੱਖ ਪਾਰਟੀਆਂ ਦੇ ਵਿੱਚ ਵਾਪਸ ਜਾਣਾ ਚਾਹੁੰਦੇ ਆ ਤੇ ਨਾਲ ਦੀ ਨਾਲ ਮੈਨੀਪਾਲ ਸਾਹਿਬ ਇੱਥੇ ਇੱਕ ਹੋਰ ਗੱਲ ਜਿਹੜੀ ਹੈ ਕਿ ਕੀ ਅਕਾਲੀ ਦਲ ਦੇ ਕੋਲ ਕੋਈ ਬਦਲ ਹੈ ਅਕਾਲੀ ਦਲ ਦੇ ਕੋਲ ਕੋਈ ਆਲਟਰਨੇਟਿਵ ਹੈ ਜੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਆਪਣੀਆਂ ਜੜ੍ਹਾਂ ਲਾਉਣ ਦੇ ਲਈ ਅਕਾਲੀ ਦਲ ਦੀ ਥਾਂ ਤੇ ਕੋਈ ਕਦਮ ਚੁੱਕਦੀ ਹੈ ਇੱਕ ਬਦਲ ਹੈਗਾ ਜੀ ਉਹ ਬੋਧਨ ਸਮਾਜ ਪਾਰਟੀ ਦਾ ਹੈ ਚੋਣ ਨਿਸ਼ਾਨ ਹਾਥੀ ਦਾ ਕਿਉਂਕਿ ਪਹਿਲਾਂ ਵੀ ਸਨ 2000 ਤੋਂ ਪਹਿਲਾਂ ਇੱਕ ਵਾਰੀ ਦੋਵੇਂ ਧਿਰਾਂ ਇਕੱਠੀਆਂ ਹੋ ਕੇ ਲੋਕ ਸਭਾ ਦੀ ਚੋਣ ਲੜ ਕੇ ਠੋਕੇ ਜਿੱਤ ਵੀ ਚੁੱਕੀਆਂ ਹੁਣ ਬੋਧਨ ਸਮਾਜ ਪਾਰਟੀ ਦੇ ਪ੍ਰਧਾਨ ਨੇ ਜਸਵੀਰ ਸਿੰਘ ਗੜੀ ਹਾਲਾਂਕਿ ਬਸਪਾ ਦਾ ਕੋਈ ਵੀ ਸੂਬਾ ਪ੍ਰਧਾਨ ਆਪਣੇ ਤੌਰ ਤੇ ਕੋਈ ਦਾਵਾ ਨਹੀਂ ਕਰ ਸਕਦਾ ਕਿਉਂਕਿ ਜਿਹੜੀ ਵੀ ਗੱਲ ਨਿਕਲ ਕੇ ਆਉਣੀ ਹੈ ਲਖਨਊ ਤੋਂ ਆਉਣੀ ਹੈ ਬੀਬੀ ਮਾਇਆਵਤੀ ਤੋਂ ਹੋ ਕੇ ਆਣੀ ਹੈ ਬੀਬੀ ਮਾਇਆਵਤੀ ਕਈ ਵਾਰੀ ਕਹਿ ਚੁੱਕੇ ਕਿ ਅਸੀਂ ਆਪਣੇ ਸਿਰ ਤੇ ਖਲੋਣਾ ਹੈ ਅਸੀਂ ਗੱਠਜੋੜ ਨਹੀਂ ਕਰਨਾ ਸਾਨੂੰ ਘਾਟਾ ਪੈਂਦਾ ਪਰ ਜਸਵੀਰ ਸਿੰਘ ਗੜੀ ਨੇ ਇੱਕ ਬੜੀ ਕੰਮ ਦੀ ਗੱਲ ਆਖੀ ਹੈ ਉਹ ਕਹਿੰਦੇ ਜੇ ਅਕਾਲੀ ਦਲ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਨਾਲੋਂ ਆਪਣਾ ਗੱਠਜੋੜ ਤੋੜ ਲੈ ਤੋੜ ਵਿਛੋੜਾ ਕਰ ਲੈ ਤਾਂ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਨਾਲ ਗੱਠਜੋੜ ਕਰਨ ਬਾਰੇ ਸੋਚ ਸਕਦੀ ਹੈ ਜੇ ਭਾਜਪਾ ਛੱਡ ਕੇ ਜਾਂਦੀ ਹੈ ਅਕਾਲੀ ਦਲ ਨੂੰ ਧਿਰ ਦੀ ਲੋੜ ਹੈ ਬਸਪਾ ਦੇ ਕੋਲੇ ਭਾਵੇਂ 2% ਵੋਟਾਂ ਭਾਵੇਂ 5% ਵੋਟਾਂ ਹੈ ਉਹ 2 ਜਾਂ 5% ਵੋਟਾਂ ਹੀ ਜਿੱਤ ਹਾਰ ਤੈਅ ਕਰਨਗੀਆਂ ਬਹੁਤ ਸਾਰੇ ਜ਼ਿਲ੍ਹੇ ਚ ਤੈਅ ਕਰਨਗੀਆਂ ਅਕਾਲੀ ਦਲ ਨੂੰ ਲੋੜ ਹੁਣੀ ਹੈ ਤੇ ਬਸਪਾ ਤਾਂ ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਦੇ ਵਿੱਚ ਸੀਟ ਭਾਰ ਦੀ ਫਿਰਦੀ ਹੈ ਸੀਟ ਕੋਈ ਨਹੀਂ ਲੱਭਦੀ ਉਹਨਾਂ ਨੂੰ ਕਿਸੇ ਵੱਡੀ ਪਾਰਟੀ ਦੀ ਲੋੜ ਹੈ ਇਸ ਕਰਕੇ ਕਿਤੇ ਨਾ ਕਿਤੇ ਜੇ ਭਾਜਪੀ ਕਿਸੇ ਹੋਰ ਪਾਸੇ ਤੁਰਦੀ ਹੈ ਤਾਂ ਅਕਾਲੀ ਦਲ ਦੇ ਕੋਲ ਵੀ ਬਦਲ ਹੈਗਾ ਜਾਨੀ ਕਿ ਆਉਣ ਵਾਲਾ ਡੂੜ ਸਾਲ ਪੰਜਾਬ ਦੇ ਵਿੱਚ ਕਈ ਸਿਆਸੀ ਰੁੱਟੀਆਂ ਸੜਨੀਆਂ ਕਈ ਕੱਚੀਆਂ ਰਹਿ ਜਾਣੀਆਂ ਤੇ ਕਈ ਫੁੱਲ ਫੁੱਲ ਕੇ ਲਿੱਧਣੀਆਂ ਦੇਖੋ WhatsApp ਗੱਲ ਇਹ ਹੈ ਮੈਨੂੰ ਇਹ ਲੱਗਦਾ ਕਿ ਜਿਹੜੀ ਸਥਿਤੀ ਇਸ ਵਕਤ ਸ਼੍ਰੋਮਣੀ ਅਕਾਲੀ ਦਲ ਜਾਂ ਅਕਾਲੀ ਦਲ ਬਾਦਲ ਕਹੀਏ ਉਹਨਾਂ ਦੀ ਬਣੀ ਹੋਈ ਹੈ ਉਹ ਅੰਦਰੋਂ ਅੰਦਰੀ ਭਾਜਪਾ ਨੂੰ ਛੱਡਣਾ ਨਹੀਂ ਚਾਹੁੰਗੇ ਹੂੰ ਹੂੰ ਭਾਜਪਾ ਭਾਵੇਂ ਉਹਨਾਂ ਨੂੰ ਛੱਡਣ ਨੂੰ ਕਈ ਵਾਰਿਆਂ ਦੀ ਫਰਦੀ ਹੈ ਜੀ ਪਰ ਜੇਕਰ ਹੁਣ ਭਾਜਪਾ ਵਾਲੇ ਹੱਥ ਛੁਡਾ ਗਏ ਜੇ ਸਿਚੁਏਸ਼ਨ ਇਹ ਬਣ ਗਈ ਫਿਰ ਉਹਨਾਂ ਨੂੰ ਇੱਕ ਤਰ੍ਹਾਂ ਲੱਭਣੀ ਜ਼ਰੂਰ ਪੈਣੀ ਹੈ ਪਰ ਉਹਨਾਂ ਦੀ ਬਹੁਜਨ ਸਮਾਜ ਪਾਰਟੀ ਨਾਲ ਕਿੰਨੀ ਕਸੂਤ ਆਉਂਦੀ ਹੈ ਇਹ ਗੱਲ ਬਾਅਦ ਦੀ ਹੈ ਪਰ ਹਾਲੇ ਆਪਾਂ ਨੂੰ ਇਹ ਦੇਖਣ ਦੀ ਜ਼ਰੂਰਤ ਹੈ ਕਿ ਪੰਜਾਬ ਦੇ ਲੋਕ ਜਦੋਂ ਆਪਾਂ ਗੱਲ ਕਰਦੇ ਆ ਨਾ ਕਿ ਹੁਣ ਆਮ ਤੌਰ ਤੇ ਨਹੀਂ ਦੋ ਵੱਡੀਆਂ ਪਾਰਟੀਆਂ ਨੇ ਕਾਂਗਰਸ ਵਾਲੇ ਜਾਂ ਸ਼੍ਰੋਮਣੀ ਅਕਾਲੀ ਦਲ ਇਹ ਇਹ ਸਮਝਦੇ ਨੇ ਜਿਵੇਂ ਇਹਨਾਂ ਨੇ ਪਟਾ ਲਖਾਇਆ ਹੋਵੇ ਜੀ ਕਿ ਸਾਡਾ ਪੱਕਾ ਹੀ ਵੋਟ ਬੈਂਕ ਹੈ ਬੇ ਜੀ 99 ਸਾਲ ਹੀ ਪੜੇ ਤੇ ਲੈ ਲਈ ਹੈ ਪੜੇ ਤੇ ਲਿਆ ਹੋਇਆ ਹੈ ਵੀ ਪੰਜਾਬ ਸਾਡਾ ਦਿਲ ਕਰਦਾ 5 ਸਾਲ ਤੂੰ ਚੱਲ ਵੀ 5 ਸਾਲ ਤੂੰ ਚੱਲ ਤੁਸੀਂ 10 ਲਾ ਲੈ ਹੁਣ 10 ਸਾਡੇ ਬਣਦੇ ਆ ਹਮ ਹਮ ਸੁਖਵੀਰ ਸਿੰਘ ਬਾਦਲ ਨੂੰ ਤਾਂ 25 ਸਾਲ ਕਹਿੰਦੇ ਸੀ ਉਹ ਤਾਂ ਇਹ ਵੀ ਕਹਿੰਦੇ ਤੁਸੀਂ ਪੰਜਾਬ ਨੂੰ ਕੈਲੀਫੋਰਨੀਆ ਬਣਾ ਦੇਵਾਂਗਾ ਅਸੀਂ ਤੁਹਾਡੇ ਤੋਂ ਟਿੱਪਣੀਆਂ ਚਾਹੁੰਦੇ ਆ ਕਿ ਕੀ ਜਿਹੜਾ 10 ਸਾਲਾਂ ਦਾ ਰਾਜ ਤੁਸੀਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਸਾਂਝਾ ਦੇਖਿਆ ਕੀ ਉਹ ਤੁਹਾਨੂੰ ਚੰਗਾ ਲੱਗਦਾ ਸੀ ਜੀ ਜਾਂ ਹੁਣ ਤੁਸੀਂ ਬੀਤੇ ਸਾਢੇ 3 ਸਾਲਾਂ ਤੋਂ ਕੈਪਟਨ ਅਵਰਿੰਦਰ ਸਿੰਘ ਦੀ ਸਰਕਾਰ ਦੇ ਰਾਜ ਵੇਲੇ ਦਾ ਜਿਹੜਾ ਰਾਜ ਪ੍ਰਬੰਧ ਹੈ ਉਹ ਤੁਹਾਨੂੰ ਚੰਗਾ ਲੱਗਦਾ ਹੈ ਕਿਉਂਕਿ ਦੋਵਾਂ ਨੂੰ ਕੰਪੇਅਰ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਕਰ ਸਕਦੇ ਹੋ ਤੁਸੀਂ 10 ਸਾਲ ਵੀ ਦੇਖ ਲਿਆ ਸਾਢੇ 3 ਸਾਲ ਵੀ ਦੇਖ ਲਿਆ ਤੇ 1.5 ਸਾਲ ਵੀ ਤੁਹਾਡਾ ਦੇਖਦੇ ਆਂਦਾ ਲੰਘ ਜਾਣਾ ਜੀ ਤੇ ਅਗਲੇ 5 ਸਾਲ ਤੁਸੀਂ ਕੀ ਹੋ ਜੇ ਦੇਖਣੇ ਨੇ ਕਿਉਂਕਿ ਫੈਸਲਾ ਤੁਹਾਡੇ ਹੱਥ ਹੈ ਸੁਖਵੀਰ ਸਿੰਘ ਬਾਦਲ ਭਾਵੇਂ ਕੁਝ ਕਹੀ ਜਾਣ ਕੈਪਟਨ ਅਮਰਿੰਦਰ ਸਿੰਘ ਭਾਵੇਂ ਕੁਝ ਵੀ ਕਹੀ ਜਾਣ ਮਸ਼ੀਨ ਦਾ ਬਟਨ ਇਹਨਾਂ ਨੇ ਦਬਣਾ ਇਹਨਾਂ ਨੇ 10 ਸਾਲ ਵੀ ਦੇਖ ਲਿਆ 5 ਵੀ ਦੇਖ ਲਏ ਤੇ 15 ਸਾਲ ਦੇਖ ਲਏ ਆ ਇਹ 15 ਸਾਲਾਂ ਦੇ ਵਿੱਚੋਂ ਕੀ ਕੱਢਿਆ ਕੀ ਪਾਇਆ ਕੀ ਗਵਾਇਆ ਕਿ ਅੱਗੇ ਨੂੰ ਕੋਈ ਗੇਨ ਕਰਨਾ ਚਾਹੁੰਦੇ ਆ ਕੁਝ ਪ੍ਰਾਪਤ ਕਰਨਾ ਚਾਹੁੰਦੇ ਆ ਜਾਂ ਫਿਰ ਆਪਣੀ ਜ਼ਿੰਦਗੀ ਦੇ 20 ਸਾਲ ਉਸੇ ਥਾਂ ਤੇ ਧੱਕ ਦੇਣਾ ਚਾਹੁੰਦੇ ਆ ਜਿਹੜਿਆਂ ਦੇ ਆਪਾਂ ਆਮ ਤੌਰ ਤੇ ਕਹਿੰਦੇ ਆ ਕਿ ਪੰਜਾਬ ਦੇ ਲੋਕ ਨੁਕਤਾਚੀਨੀ ਕਰਦੇ ਆ ਹੁਣ ਬਹੁਤ ਜ਼ਿਆਦਾ ਸਮਾਜ ਪਾਰਟੀ ਦਾ ਪੰਜਾਬ ਦੇ ਵਿੱਚ ਕਦੇ ਸੂਤ ਨਹੀਂ ਆਇਆ ਹਮ ਆਮ ਆਦਮੀ ਪਾਰਟੀ ਦਾ ਜੇ ਤੁਸੀਂ ਜ਼ਿਕਰ ਕੀਤਾ ਆਮ ਆਦਮੀ ਪਾਰਟੀ ਦਾ ਵੀ ਹਾਲੇ ਜਿਸ ਪੱਧਰ ਤੇ ਉਹ ਸੂਤ ਲਿਆਉਣਾ ਚਾਹੁੰਦੇ ਸੀ ਭਾਵੇਂ ਉਹਨਾਂ ਦੀਆਂ ਗਲਤੀਆਂ ਸੀ ਭਾਵੇਂ ਪੰਜਾਬੀਆਂ ਨੂੰ ਲੱਗਿਆ ਕਿ ਜੋ ਅਸੀਂ ਇਹਨਾਂ ਕੋਲੋਂ ਚਾਹਨੇ ਆ ਉਹ ਹਾਲੇ ਸਾਨੂੰ ਬਦਲ ਦੇ ਨਹੀਂ ਸਕਦੇ ਪਰ ਜਿੰਨੀ ਦੇਰ ਤੱਕ ਤਾਂ ਅਸੀਂ ਇਹੀ ਸੋਚਦੇ ਰਹਿਣਾ ਕਿ ਆਹ ਪਾਰਟੀ ਬਦਲ ਨਹੀਂ ਦੇ ਸਕਦੀ ਆਹ ਪਾਰਟੀ ਬਦਲ ਨਹੀਂ ਦੇ ਸਕਦੀ ਆਹ ਪਾਰਟੀ ਬਦਲ ਨਹੀਂ ਦੇ ਸਕਦੀ ਓਨੀ ਦੇਰ ਆ ਪਾਣੀ ਚ ਵਧਾਣੀ ਪਈ ਰਹਿਣੀ ਹੈ ਜੀ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਨੂੰ ਅੱਕ ਚੱਪਣਾ ਪਊ ਭਾਵੇਂ ਉਹ ਇੱਕ ਧਿਰ ਨੂੰ ਅੱਗੇ ਲਿਆਉਣ ਭਾਵੇਂ ਦੂਸਰੀ ਨੂੰ ਧਿਆਉਣ ਇਹ ਮਰਜ਼ੀ ਉਹਨਾਂ ਦੀ ਹੈ ਕਿ ਬਾਸਪਾ ਨੂੰ ਲਿਆਉਣਾ ਹੈ ਟਕਸਾਲੀਆਂ ਨੂੰ ਲਿਆਉਣਾ ਹੈ ਢੀਂਡਸਿਆਂ ਨੂੰ ਲਿਆਉਣਾ ਹੈ ਆਮ ਆਦਮੀ ਨੂੰ ਲਿਆਉਣਾ ਹੈ ਦੇਖੋ ਮਰਜ਼ੀ ਉਹਨਾਂ ਦੀ ਵੋਟ ਉਹਨਾਂ ਦੀ ਕਿਉਂਕਿ ਜਮਹੂਰੀ ਹੱਕ ਹੈ ਕਿ ਕਿਹੜੇ ਬੰਦੇ ਨੂੰ ਚੁਣ ਕੇ ਉਹਨਾਂ ਨੇ ਕਿੱਥੇ ਭੇਜਣਾ ਪਰ ਬਾਅਦ ਦੇ ਵਿੱਚ ਜਿਹੜਾ ਆਪਾਂ ਸ਼ਿਕਾਇਤਾਂ ਕਰਦੇ ਆਂ ਸ਼ਿਕਾਇਤ ਕਰਨ ਦਾ ਵੀ ਸਾਡਾ ਲੋਕਤੰਤਰ ਦੇ ਵਿੱਚ ਪੂਰਨ ਹੱਕ ਹੈ ਹਮਮ ਪਰ ਗੱਲ ਇੱਥੇ ਆ ਕਿ ਕੋਈ ਵਿਕੀ ਹੋਈ ਚੀਜ਼ ਦੇ ਉੱਤੇ ਅਸੀਂ ਹੱਕ ਨਾ ਜਤਾਈਏ ਜੀ ਵੋਟਾਂ ਵੇਲੇ ਅਸੀਂ ਵਿਕਣਾ ਨਹੀਂ ਹਮਮ ਆਪਣੀਆਂ ਜ਼ਮੀਰਾਂ ਨਹੀਂ ਵੇਚਣੀਆਂ ਵੋਟਾਂ ਦੇ ਵੇਲੇ ਬਸ ਠੋਕ ਵਜਾ ਕੇ ਇਹ ਦੇਖਿਓ ਕਿ ਬਾਦਲ ਚੰਗੇ ਲੱਗਦੇ ਆ ਬਾਦਲਾਂ ਨੂੰ ਵੋਟ ਹੈ ਹਮ ਹਮ ਕੈਪਟਨ ਚੰਗਾ ਲੱਗਦਾ ਕੈਪਟਨ ਦਾ ਰਾਜ ਪ੍ਰਬੰਧ ਚੰਗਾ ਲੱਗਦਾ ਕੈਪਟਨ ਦੀ ਵੋਟ ਹੈ ਜੇ ਤੁਹਾਨੂੰ ਆਮ ਆਦਮੀ ਪਾਰਟੀ ਵਾਲੇ ਚੰਗੇ ਲੱਗਦੇ ਤਾਂ ਆਪ ਦੀ ਵੋਟ ਹੈ ਬਸਪਾ ਵਾਲੇ ਚੰਗੇ ਲੱਗਦੇ ਬਸਪਾ ਦੀ ਵੋਟ ਹੈ ਗੱਠਜੋੜ ਹੋਣੇ ਵੀ ਬਥੇਰੇ ਆ ਕਿਰਨਾ ਵੀ ਬਥੇਰੀਆਂ ਨਹੀਂ ਐ ਜੁੜਨਾ ਵੀ ਬਥੇਰੀਆਂ ਨਹੀਂ ਐ ਪਰ ਕਿਹੜਾ ਕਿਹਨੂੰ ਜੋੜਨ ਦੇ ਵਿੱਚ ਕਾਮਯਾਬ ਹੋ ਜਾਂਦਾ ਇਹ ਜਿਹੜੀਆਂ ਹੁਣ ਸਰਗਰਮੀਆਂ ਆਪਣੇ ਸਾਹਮਣੇ ਆ ਰਹੀਆਂ ਨੇ ਇਹ ਸਰਗਰਮੀਆਂ ਇਹਨਾਂ ਚੀਜ਼ਾਂ ਦੀ ਹੀ ਨੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਲਿਪੀਆਂ ਪੋਚੀਆਂ ਗੱਲਾਂ ਸਾਰੀਆਂ ਪਾਰਟੀਆਂ ਕਰਨ ਗਈਆਂ ਕਿਉਂਕਿ ਹੁਣ ਸਮਾਂ ਆ ਗਿਆ ਚੋਣਾਂ ਨੇੜੇ ਆ ਗਈਆਂ ਨੇ ਬਹੁਤ ਸਾਰੀਆਂ ਤੁਸੀਂ ਕਾਰਵਾਈਆਂ ਦੇਖ ਲਈਆਂ ਹੋਣੀਆਂ ਜਿਹੜੀਆਂ ਪਿਛਲੇ 3 ਸਵਾ 3 ਸਾਲ ਵਿੱਚ ਨਹੀਂ ਸੀ ਪੈ ਰਹੀਆਂ ਪੈਣ ਲੱਗ ਪਈਆਂ ਬਿਲਕੁਲ ਬੈਨੀਪਾਲ ਸਾਹਿਬ ਦੇਖੋ ਇਹ ਇਸ ਵੇਲੇ ਭਾਜਪਾ ਬਸਪਾ ਅਕਾਲੀ ਕਾਂਗਰਸ ਚਾਰ ਤਰ੍ਹਾਂ ਆਪਾਂ ਦੇਖ ਲਈਆਂ ਜੀ ਇਹਦੇ ਤੋਂ ਬਿਨਾ ਆਮ ਆਦਮੀ ਪਾਰਟੀ ਹੈ ਜਿਹੜੀ ਇਸ ਵੇਲੇ ਸਭ ਤੋਂ ਵੱਧ ਸਰਗਰਮ ਹੈ ਹਾਲਾਂਕਿ ਉਹ ਸਾਰੇ ਪੰਜਾਬ ਚ ਸਰਗਰਮ ਨਹੀਂ ਉਹ ਕੁਝ ਵਿਸ਼ੇਸ਼ ਹਿੱਸਿਆਂ ਦੀ ਸਰਗਰਮ ਹੈ ਬਾਕੀ ਪਾਸੇ ਉਹਨਾਂ ਨੇ ਸਰਗਰਮੀ ਕਰਨੀ ਹੈ ਉਹ ਭਾਵੇਂ ਇਲੈਕਸ਼ਨ ਕੱਲਿਆਂ ਲੜੇ ਭਾਵੇਂ ਕਿਸੇ ਦੇ ਨਾਲ ਗੱਠਜੋੜ ਚ ਲੜੇ ਉਹ ਠੋਕੇ ਪ੍ਰਭਾਵ ਪਾਉਂ ਨਿਰਪਰ ਕਰਦਾ ਹੈ ਕਿ ਆਉਣ ਵਾਲੇ 500 ਦਿਨ ਆਮ ਆਦਮੀ ਪਾਰਟੀ ਪੰਜਾਬ ਚ ਫੈਸਲੇ ਕੀ ਲੈਂਦੀ ਹੈ ਕਿਹਨੂੰ ਨਾਲ ਜੋੜਦੀ ਹੈ ਕਿਹਨੂੰ ਨਾਲ ਨਹੀਂ ਜੋੜਦੀ ਆਪਸ ਚ ਲੜਦੇ ਆ ਜਾਂ ਵੱਜ ਕੇ ਚੱਲਦੇ ਆ ਪਰ ਉਹ ਪੂਰਾ ਪ੍ਰਭਾਵ ਪਾਉ ਆਪਾਂ ਮੰਨ ਕਰਨੀ ਹੋ ਸਕਦੇ ਡਾਕਟਰ ਧਰਮਵੀਰ ਗਾਂਧੀ ਕਾਮਰੇਡਾਂ ਦੀਆਂ ਧਿਰਾਂ ਸੁਖਪਾਲ ਸਿੰਘ ਖਹਿਰਾ ਬਲਵੰਤ ਸਿੰਘ ਰਾਮੂ ਵਾਲੀਆ ਸੁਚਾ ਸਿੰਘ ਛੋਟੇਪੁਰ ਇਸ ਤਰ੍ਹਾਂ ਦੇ ਬਹੁਤ ਸਾਰੇ ਲੀਡਰ ਨੇ ਜਿਨ੍ਹਾਂ ਦਾ ਜ਼ਿਕਰ ਅਸੀਂ ਮੁੱਖ ਧਾਰਾ ਦੇ ਵਿੱਚ ਇਸ ਕਰਕੇ ਨਹੀਂ ਕੀਤਾ ਕਿਉਂਕਿ ਉਹਨਾਂ ਨੇ ਅਜੇ ਆਪਣੀ ਰਾਹ ਤਲਾਸ਼ ਲਈ ਹੈ ਕਿ ਅਸੀਂ ਇਕੱਲੇ ਤੁਰਨਾ ਹੈ ਰਲ ਕੇ ਤੁਰਨਾ ਹੈ ਪਾਰਟੀ ਮੁਤਾਬਕ ਤੁਰਨਾ ਹੈ ਗੱਠ ਚੋੜ ਦੇ ਵਿੱਚ ਤੁਰਨਾ ਹੈ ਪਰ ਜਿਵੇਂ ਜਿਵੇਂ ਪੰਜਾਬ ਦਾ ਸਿਆਸੀ ਸੀਨ ਜਿਹੜਾ ਉਹ ਸਪਸ਼ਟ ਹੋਏਗਾ ਮੈਨੀਪਲ ਸਾਹਿਬ ਆਪਾਂ ਉਧਰ ਦੀ ਗੱਲਬਾਤ ਕਰੀ ਰਹਾਂਗੇ ਪਰ ਇੰਨੀ ਗੱਲ ਜ਼ਰੂਰ ਹੈ ਕਿਸਾਨਾਂ ਦੇ ਮੁੱਦਿਆਂ ਤੇ ਪਾਰਟੀਆਂ ਦਾ ਲਿਆ ਸਟੈਂਡ ਲੀਡਰਾਂ ਦਾ ਲਿਆ ਸਟੈਂਡ ਬਾਬਲ ਕਲਾਂ ਤੇ ਕੂਟਕਪੁਰਾ ਕਾਂਡ ਦੇ ਮੁੱਦੇ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਕੀ ਰਹੂਗੀ ਪਹੁੰਚ ਇਹ ਦੋਵੇਂ ਮੁੱਦੇ 2022 ਦੀ ਪੰਜਾਬ ਵਿਧਾਨ ਸਭਾ ਜਿਹੜਾ ਪ੍ਰਭਾਵ ਪਾਉਣਗੇ ਦੇਖੋ 2022 ਦੇ ਵਿੱਚ ਜਦੋਂ ਵੀ ਚੋਣਾਂ ਹੋਣੀਆਂ ਨੇ ਤਾਂ ਆਪਾਂ ਨੂੰ ਵੀ ਪਤਾ ਹੈ ਜੀ ਕਿ ਇਹ ਮੁੱਦੇ ਲੋਕਾਂ ਦੇ ਵੱਡੇ ਮੁੱਦੇ ਆ ਹਮਮ ਲੋਕ ਇਨਸਾਫ ਸਿਰਫ ਇਹਨਾਂ ਮੁੱਦਿਆਂ ਤੇ ਨਹੀਂ ਚਾਹੁੰਦੇ ਲੋਕ ਇਨਸਾਫ ਉਹਦੇ ਤੇ ਵੀ ਚਾਹੁੰਦੇ ਆ ਕਿ ਸਾਡੇ ਨਾਲ ਚੋਣਵਾ ਦੇ ਕਿਹੜੇ ਕੀਤੇ ਸੀ ਤੇ ਮੁਕਰੇ ਕਿਹੜਿਆਂ ਤੋਂ ਆ ਜੀ ਪਰ ਜਦੋਂ ਵਾਅਦੇ ਕੀਤੇ ਜਾਂਦੇ ਨੇ ਇੱਕ ਗੱਲ ਤਾਂ ਮੰਨਣੀ ਪਊਗੀ ਕਿ ਜਿਹੜੀਆਂ ਸਿਆਸੀ ਧਰਾਨੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਮੇਰਾ ਖਿਆਲ ਇਹ ਵੀ ਹੁਣ ਤਾਂ ਕਾਫੀ ਪੁਰਾਣੀ ਹੋ ਚੱਲੀ ਹੈ ਇਹਨਾਂ ਨੂੰ ਇੰਨਾ ਪਤਾ ਲੱਗਾ ਕਿ ਲੋਕਾਂ ਦੀ ਨਬਜ਼ ਕਿੱਥੇ ਆ ਆਪਾਂ ਕਈ ਵਾਰੀ ਦੇਖਿਆ ਕੋਈ ਪਿੰਡ ਦੇ ਨੇੜੇ ਕੋਈ ਵੈਦ ਹੁੰਦਾ ਕੋਈ ਹਕੀਮ ਹੁੰਦਾ ਉਹ ਕਹਿੰਦੇ ਨੇ ਨਬਜ਼ ਦੇਖ ਕੇ ਰੋਗ ਦੱਸ ਦਿੰਦਾ ਇਹ ਬੰਦੇ ਨਾ 20 20 ਸਾਲ ਤੋਂ 50 50 ਸਾਲ ਤੋਂ 70 70 ਸਾਲ ਤੋਂ ਪੰਜਾਬ ਦੇ ਲੋਕਾਂ ਚ ਵਿਚਰਦੇ ਆ ਪ੍ਰਕਾਸ਼ ਸਿੰਘ ਬਾਦਲ ਬਾਰੇ ਤਾਂ ਇਹ ਵੀ ਗੱਲ ਪ੍ਰਚਲਿਤ ਹੈ ਕਿ ਉਹ ਪਿੰਡਾਂ ਦੇ ਵਿੱਚ ਜਦੋਂ ਜਾਂਦੇ ਆ ਲੋਕਾਂ ਨੂੰ ਨਾਂ ਨਾਲ ਜਾਣਦੇ ਆ ਆ ਵੀ ਕਾਕਾ ਤੋਂ ਫਲਾਣੇ ਦਾ ਮੁੰਡਾ ਹੈ ਜੀ ਬਾਪੂਦਰਾ ਦੇਖਿਆ ਨਹੀਂ ਜਦੋਂ ਨਾ ਸਾਨੂੰ ਸਾਡਾ ਕੋਈ ਲੀਡਰ ਆਵੇ ਉਹ ਸਾਡਾ ਨਾਂ ਲੈ ਕੇ ਬੁਲਾ ਲੇ ਜਾਂ ਜਾਂਦਾ ਜਾਂਦਾ ਘਰ ਦੇ ਮੂਹਰੇ ਕਾਰ ਰੋਕੇ ਕਹੇ ਪੁੱਤ ਚਾਹ ਦਾ ਕੱਪ ਰੱਖੋ ਮੈਂ ਮੜਾ ਜਾ ਜਾ ਕੇ ਗਾਂਹ ਆਇਆ ਤੇ ਆਉਣਾ ਜਾਂ ਤੁਹਾਡੇ ਘਰ ਕੋਈ ਅਫਸੋਸ ਕਰਨ ਆ ਜਾਏ ਸਾਨੂੰ ਲੱਗਦਾ ਕਿ ਨਹੀਂ ਮੈਨੂੰ ਯਾਦ ਆ ਇਥੋਂ ਕੋਈ ਬੰਦਾ ਗਿਆ ਮੈਨੂੰ ਕਹਿੰਦਾ ਆਪਾਂ ਅਖੰਡ ਪਾਠ ਸਾਫ ਕਰਾਇਆ ਸੀ ਮਾ ਬਹੁਤ ਵਧੀਆ ਗੱਲ ਹੈ ਕਰਾਉਣਾ ਚਾਹੀਦੇ ਕਾ ਤੁਹਾਨੂੰ ਪਤਾ ਵੀ ਸਾਡੇ ਬਾਦਲ ਵੀ ਆਇਆ ਸੀ ਹੂੰ ਹੂੰ ਮੈਂ ਕਿਹਾ ਇਹ ਤੂੰ ਵੀ ਵਧੀਆ ਗੱਲ ਹੈ ਹੂੰ ਹੂੰ ਮੈਂ ਕਿਹਾ ਫੇਰ ਹਗਾ ਹੋਰ ਰਿਸ਼ਤੇਦਾਰ ਕਿੰਨੇ ਆਏ ਕਹਿੰਦਾ ਹੋਰ ਰਿਸ਼ਤੇਦਾਰ ਨੂੰ ਮੈਨੂੰ ਤਾਂ ਸਮਝ ਨਹੀਂ ਲੱਗਿਆ ਕਿਉਂਕਿ ਡੇਢ ਦੋ ਘੰਟੇ ਰਹੇ ਮੈਂ ਉਹਨਾਂ ਦੇ ਕੋਲ ਬੈਠ ਕੇ ਗੱਲਾਂ ਬਾਤਾਂ ਕੀਤੀਆਂ ਹੁਣ ਇਹ ਨਹੀਂ ਪਤਾ ਉਹ ਗੱਲਾਂ ਬਾਤਾਂ ਸਿਆਸਤ ਦੀਆਂ ਕੀਤੀਆਂ ਨੇ ਜਾਂ ਪਰਿਵਾਰਕ ਕੀਤੀਆਂ ਨੇ ਕਿਉਂਕਿ ਤੁਹਾਡੇ ਪਰਿਵਾਰ ਦੇ ਕੋਈ ਬੰਦਾ ਨੇੜੇ ਹੋ ਸਕਦਾ ਪਰ ਸਵਾਲ ਇਹ ਹੈ ਕਿ ਅਸੀਂ ਮੁੱਦਿਆਂ ਤੋਂ ਕਿਵੇਂ ਭਟਕਦੇ ਹਾਂ ਜਾਂ ਸਾਨੂੰ ਪਟਕਾਉਣਾ ਕਿਵੇਂ ਹੈ ਇਹਨਾਂ ਸਿਆਸੀ ਧਰਾਨੂੰ ਤੇ ਸਿਆਸੀ ਲੀਡਰਾਂ ਨੂੰ ਸਾਡੀ ਨਬਜ਼ ਉਹ ਵੈਦ ਵਾਂਗੂ ਉਹ ਹਕੀਮ ਵਾਂਗੂ ਕਿ ਕਿਹੜੀ ਨਾੜ ਇਹਨਾਂ ਦੀ ਦਬਣੀ ਆ ਕਿੱਥੋਂ ਦੁੱਖ ਲੱਗਦਾ ਹੈ ਕਿਹੜੀ ਨਾਬਜ਼ ਜਦੋਂ ਕਿੰਨੇ ਦੇ ਉੱਤੇ ਟਸ ਟਸ ਕਰਦੀ ਹੈ ਜੀ ਤੇ ਸਾਨੂੰ ਮੈਨੂੰ ਲੱਗਦਾ ਕਿ ਹੁਣ ਬਰਗਾਰੀ ਕਾਂਡ ਵਾਲਾ ਜਿਹੜਾ ਮੁੱਦਾ ਨਾ ਇਹ ਤੇ ਤੁਸੀਂ ਦੇਖਿਓ ਲਗਾਤਾਰ ਕੰਮ ਲਗਾਤਾਰ ਵਧੂ ਕਿਉਂਕਿ ਸਾਲ ਡੇਢ ਸਾਲ ਦੇ ਵਿੱਚ ਹੋਰ ਭਾਵੇਂ ਕਿਸੇ ਪਾਸੇ ਰਿਪੋਰਟ ਘਾਟ ੱਲਾ ਰਹਿ ਜੇ ਸ਼ਰੋਮਣੀ ਅਕਾਲੀ ਦਲ ਵੱਡੀਤਰ ਹੈ ਸਭ ਤੋਂ ਵੱਡੀ ਵੋਟ ਪੰਥਕ ਆ ਉਹਨਾਂ ਦੀ ਹੂੰ ਹੂੰ ਉਹ ਪੰਥਕ ਵੋਟ ਭੰਨਣ ਦੇ ਵਾਸਤੇ ਕੁਝ ਪਹਿਲਾਂ ਪੰਨੀ ਗਈ ਕੁਝ ਹੋਰ ਭੰਨਣ ਦੇ ਵਾਸਤੇ ਮੈਨੂੰ ਲੱਗਦਾ ਤੇਜ਼ੀ ਆਉ ਭਾਵੇਂ ਇਸ ਕਰਕੇ ਤੇਜ਼ੀ ਆ ਜਾਏ ਜੀ ਪਰ ਹੋ ਠੀਕ ਰਿਹਾ ਬੈਣੀਪਾਲ ਸਾਹਿਬ ਜਦੋਂ ਨਾ ਝੋਨਾ ਲਾਈਦਾ ਜੀ ਉਦੋਂ ਪਹਿਲਾਂ ਸਾਰਿਆਂ ਦੀ ਕੋਸ਼ਿਸ਼ ਹੁੰਦੀ ਹੈ ਕਿ ਖੇਤ ਚੰਗੀ ਤਰ੍ਹਾਂ ਵਾਹ ਲਈਏ ਹੂੰ ਕਰਾ ਲਾਉਣਾ ਪਵੇ ਲਾ ਦਈਏ ਕਿਉਂਕਿ ਪਾਣੀ ਝੋਨੇ ਦੇ ਵਿੱਚ ਖੜਾ ਕਰਨਾ ਹੁੰਦਾ ਇਹ ਨਾ ਹੋਵੇ ਕਿ ਖੇਤ ਦਾ ਇੱਕ ਪਾਸਾ ਨੀਵਾ ਤੇ ਦੂਜਾ ਪਾਸਾ ਉੱਚਾ ਤੇ ਮੁੜ ਕੇ ਫਿਰ ਪਾਣੀ ਨੂੰ ਬਹੁਤ ਔਖ ਹੁੰਦੀ ਹੈ ਕਦੇ ਬੱਟਾਂ ਟੁੱਟਦੀਆਂ ਰਹਿਣ ਇੱਕ ਪਾਸੇ ਹੋ ਗਿਆ ਜੀ ਜੀ ਜੇ ਮਨ ਲੋਕ ਕਿ ਇੱਕ ਵਾਰੀ ਅਸੀਂ ਕੱਦੂ ਵੀ ਕੀਤਾ ਖੇਤ ਵਾਇਆ ਵੀ ਹੈ ਪਹਿਲਾਂ ਕਰਾਹ ਵੀ ਲਾਇਆ ਪਰ ਖੇਤ ਸੂਤ ਨਹੀਂ ਆਇਆ ਫਿਰ ਸਾਨੂੰ ਪਤਾ ਲੰਦਾ ਕਿ ਉਹ ਪਾਸਾ ਨਹੀਂ ਵੇ ਦੂਸਰੇ ਸਾਲ ਅਸੀਂ ਫੇਰ ਉਥੇ ਝੋਨਾ ਲਾਉਣਾ ਜੀ ਜਦੋਂ ਦੂਸਰੇ ਸਾਲ ਵੀ ਬੈਣੀਪਾਲ ਸਾਹਿਬ ਉਥੇ ਝੋਨਾ ਲਾਉਣਾ ਤੇ ਸਿਆਣਪ ਸਾਡੀ ਇਸ ਗੱਲ ਦੇ ਵਿੱਚ ਹੈ ਕਿ ਅਸੀਂ ਝੋਨਾ ਲਾਉਣ ਤੋਂ ਪਹਿਲਾਂ ਕੱਦੂ ਕਰਨ ਤੋਂ ਪਹਿਲਾਂ ਜਦੋਂ ਕਣਕ ਵੱਢ ਕੇ ਅਸੀਂ ਖੇਤ ਤਿਆਰ ਕਰਨਾ ਚੰਗੇ ਤਰੀਕੇ ਨੂੰ ਲੈਵਲ ਕਰ ਲਈਏ ਪਧਰਾ ਕਰ ਲਈਏ ਪਧਰਾ ਕਰ ਲਈਏ ਤੇ ਜੇ ਅਸੀਂ ਦੂਜੇ ਸਾਲ ਵੀ ਲੈਵਲ ਨਹੀਂ ਕਰਦੇ ਦੂਜੇ ਸਾਲ ਵੀ ਸਾਡਾ ਖੇਤ ਦਾ ਇੱਕ ਪਾਸਾ ਨੀਮਾ ਰਹਿੰਦਾ ਹੈ ਇੱਕ ਤਾਂ ਉਹਦੇ ਵਿੱਚ ਸਾਨੂੰ ਪਾਣੀ ਵੱਧ ਚਾਹੀਦਾ ਮੰਨ ਲਓ ਇਧਰਲੇ ਪਾਸੇੋਂ ਖੇਤ ਨੀਮਾ ਪਹਿਲਾਂ ਸਾਰਾ ਭਰੂਗਾ ਤੇ ਦੂਜੇ ਪਾਸੇ ਨੂੰ ਪਾਣੀ ਫੇਰ ਜਾਊਗਾ ਕਿਉਂਕਿ ਪਾਣੀ ਨੇ ਲੈਵਲ ਹੋਣਾ ਹੈ ਲੈਵਲ ਹੋਣਾ ਹੈ ਦੂਸਰਾ ਉਧਰਲੇ ਪਾਸੇ ਬਾਰ ਬਾਰ ਵਟਾਂ ਟੁੱਟਣਗੀਆਂ ਵਟਾਂ ਟੁੱਟਣਗੀਆਂ ਤਾਂ ਗੌਂਡੀਆਂ ਦੇ ਪਾਣੀ ਜਾਊਗਾ ਤੇ ਆਪਾਂ ਨੂੰ ਪਾਣੀ ਫੇਰ ਵੱਧ ਚਾਹੀਦਾ ਬਿਜਲੀ ਵੀ ਵੱਧ ਲੱਗੂਗੀ ਧਰਤੀ ਏਠੋਂ ਪਾਣੀ ਨੁਕਸਾਨ ਦੇਖੋ ਕਿੰਨੇ ਹੁਣ ਇਹੀ ਗੱਲ ਪੰਜਾਬ ਦੀ ਸਰਕਾਰ ਦੇ ਉੱਤੇ ਜਾਂ ਪੰਜਾਬ ਦੇ ਪ੍ਰਸ਼ਾਸਨ ਤੇ ਟੁੱਕ ਸਤਲੁਜ ਦਰਿਆ ਨੇ ਕਹਿਰ ਟਾਇਆ ਕਹਿਰ ਕੱਲਾ ਰੂਪਰਚ ਨਿਟਾਇਆ ਕੱਲਾ ਜਲੰਧਰ ਚ ਨਿਟਾਇਆ ਕੱਲੇ ਨਵੇਂ ਸ਼ਹਿਰ ਚ ਨਿਟਾਇਆ ਫਿਰੋਜ਼ਪੁਰ ਤੱਕ ਸਮੱਸਿਆ ਖੜੀ ਹੋਈ ਕਿਉਂਕਿ ਪਿੱਛੋਂ ਇੱਕ ਡੰਮ ਪਾਣੀ ਛੱਡਣਾ ਪਿਆ ਮੀਂਹ ਪੈ ਗਿਆ ਸੀ ਪਹਾੜੀ ਖੇਤਰਾਂ ਦੇ ਵਿੱਚ ਬਹੁਤ ਜ਼ਿਆਦਾ ਇਹ ਫਿਰ ਸਤਲੁਜ ਦਰਿਆ ਦੇ ਕੰਢੇ ਟੁੱਟੇ ਪਿੰਡਾਂ ਦੇ ਵਿੱਚ ਪਾਣੀ ਗਿਆ ਨੁਕਸਾਨ ਹੋਇਆ ਬਹਾਵਾ ਸਰਕਾਰ ਕਹਿੰਦੀ ਹੈ ਕਿ ਅਸੀਂ ਬਹੁਤ ਵਧੀਆ ਕੰਮ ਕੀਤਾ ਪਰ ਲੋਕਾਂ ਨੂੰ ਪਤਾ ਹੈ ਕਿ ਸਰਕਾਰ ਦੇ ਅਧਿਕਾਰੀ ਦਿਨ ਰਾਤ ਲੱਗੇ ਰਹੇ ਪਰ ਉਹਨਾਂ ਕੋ ਜਿੰਨਾ ਕ ਢਾਂਚਾ ਸੀ ਜਿੰਨਾ ਕ ਪ੍ਰਬੰਧ ਸੀ ਕੰਮ ਉਹਨਾਂ ਕੀ ਹੋਣਾ ਸੀ ਬਹੁਤੀਆਂ ਸਮਾਜ ਸੇਵੀ ਜਥੇਬੰਦੀਆਂ ਨੇ ਪਸ਼ੂਆਂ ਨੂੰ ਤੂੜੀ ਵੀ ਪਹਚਾਈ ਪੱਠੇ ਵੀ ਪਹਚਾਏ ਲੋਕਾਂ ਨੂੰ ਰੋਟੀ ਵੀ ਪਹਚਾਈ ਪਰ ਸਵਾਲ ਬੈਨੀਪਾਲ ਸਾਹਿਬ ਇਹ ਪੈਦਾ ਹੁੰਦਾ ਸੀ ਕਿ ਬਰਸਾਤ ਦੁਆਰਾ ਸਿਰ ਤੇ ਖੜੀ ਹੈ ਵਿਭਾਗ ਕਹਿੰਦਾ ਹੈ ਕਿ ਐਤਕੀ ਇੱਕ ਹਫਤਾ ਪਹਿਲਾਂ ਮੌਨਸੂਨ ਪੰਜਾਬ ਚ ਪਹੁੰਚ ਗਈ ਹੈ ਵਿਭਾਗ ਕਹਿੰਦਾ ਹੈ ਕਿ ਐਤਕੀ ਪਿਛਲੀ ਵਾਰ ਦੇ ਮੁਕਾਬਲੇ ਵੱਧਮੀ ਪਊਗਾ ਐਤਕੀ ਔਸਤ ਤੋਂ ਵੱਧਮੀ ਪਏਗਾ ਕੀ ਪੰਜਾਬ ਦੇ ਲੋਕ ਖਾਸ ਤੌਰ ਦੇ ਉੱਤੇ ਦਰਿਆਵਾਂ ਦੇ ਨੇੜੇ ਤੇੜੇ ਦੇ ਪਿੰਡਾਂ ਦੇ ਲੋਕ ਇਸ ਵੇਲੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਹੇ ਹਨ ਕੀ ਪਿਛਲੀਆਂ ਬਰਸਾਤਾਂ ਦੇ ਵਿੱਚ ਜਦੋਂ ਹੜ੍ਹ ਆਏ ਸੀ ਜਦੋਂ ਸਤਲੁਜ ਦੇ ਕੰਢੇ ਭਰੇ ਸੀ ਤੇ ਖੁਰੇ ਸੀ ਤੇ ਟੁੱਟੇ ਸੀ ਕੀ ਉਹਨਾਂ ਨੂੰ ਸਾਡੀਆਂ ਸਰਕਾਰਾਂ ਨੇ ਬਾਅਦ ਵਿੱਚ ਮਜ਼ਬੂਤ ਕੀਤਾ ਹੈ ਜਿਹੜੀ ਗਾਰ ਕੱਢਣ ਦੀ ਗੱਲ ਚੱਲਦੀ ਸੀ ਕਿ ਕਈ ਜਗ੍ਹਾ ਦੇ ਉੱਤੇ ਇੱਥੇ ਪੁਲੀਆਂ ਬਣੀਆਂ ਨੇ ਉਹਦੇ ਵਿੱਚੋਂ ਗਾਰ ਹੀ ਨਹੀਂ ਕੱਢੀ ਗਈ ਥਾਂ ਥੋੜਾ ਰਹਿ ਗਿਆ ਪਾਣੀ ਦੀ ਨਿਕਾਸੀ ਦੇ ਲਈ ਕੀ ਉੱਥੋਂ ਗਾਰ ਜਿਹੜੀ ਕੱਢ ਦਿੱਤੀ ਗਈ ਹੈ ਕੀ ਦਰਿਆ ਦੇ ਵਿੱਚ ਜੰਮੀ ਹੋਈ ਮਿੱਟੀ ਨੂੰ ਠੀਕ ਕਰ ਦਿੱਤਾ ਗਿਆ ਕੀ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਨੇ ਜਿਹੜੇ ਦਰਿਆ ਦੇ ਕੰਢੇ ਪੂਰ ਦਿੱਤੇ ਸੀ ਉਹਨੂੰ ਸੈੱਟ ਕੀਤਾ ਜਾਂ ਸਾਰਾ ਕੁਝ ਬਾਬਾ ਬਲਬੀਰ ਸਿੰਘ ਸੀਚੇ ਵਾਲ ਦੇ ਮੋਢਿਆਂ ਤੇ ਛੱਡਿਆ ਦੇਖੋ ਇਹ ਗੱਲ ਬਹੁਤ ਅਹਿਮ ਹੈ ਹੁਣ ਤੁਸੀਂ ਆਪਾਂ ਇੱਕ ਦਿਨ ਜਦੋਂ ਜਾਂਦੇ ਸੀ ਤੁਸੀਂ ਪੁੱਛ ਰਹੇ ਸੀ ਕਿ ਆਹ ਕੀ ਕਰਦੇ ਫਿਰ ਰਹੇ ਇੱਥੇ ਕੋਈ ਬਰਸਾਤ ਨਹੀਂ ਆਉਣੀ ਇੱਥੇ ਮੀਂਹ ਲਗਾਤਾਰ ਪੈਂਦੇ ਰਹਿੰਦੇ ਆ ਤਾਂ ਵੀ ਜਿਹੜੀਆਂ ਆਲੇ-ਦਾਲੇ ਉਹ ਡਿਚੇਸ ਬਣੀਆਂ ਹੋਈਆਂ ਨੇ ਉਹਨਾਂ ਦਾ ਘਾਹ ਵੀ ਲਗਾਤਾਰ ਕੱਟਿਆ ਜਾਂਦਾ ਕੁਝ ਦਿਨਾਂ ਤੋਂ ਬਾਅਦ ਉਹਦੇ ਵਿੱਚ ਹੋਣ ਵਾਲਾ ਘਾਹ ਫੂਸੜਾ ਡਿਗਣ ਵਾਲਾ ਉਹ ਵੀ ਬਾਹਰ ਕੱਢਿਆ ਜਾਂਦਾ ਹੈ ਤਾਂ ਕਿ ਉਹ ਡਿਚ ਦਾ ਪਾਣੀ ਬਾਹਰ ਨਾ ਨਿਕਲੇ ਸੜਕ ਤੇ ਨਾ ਆਵੇ ਜੀ ਪਰ ਹੁਣ ਅਸੀਂ ਨੱਥ ਚੂੜੇ ਦੇ ਦੇ ਇੱਕ ਗਰਦਰਿਆ ਨੂੰ ਕਿੰਨੀ ਦੇਰ ਹੀਟ ਬਿਠਾਵਾਂਗੇ ਜਿਹੜਾ ਮੁੱਖ ਮੰਤਰੀ ਪੰਜਾਬ ਦਾ ਆਪਣਾ ਗ੍ਰਹਿ ਜ਼ਿਲ੍ਹਾ ਜਿੱਥੇ ਉਹ ਰਹਿੰਦੇ ਨੇ ਉੱਥੇ ਘੱਗੜ ਦਰਿਆ ਬਹੁਤ ਵੱਡੇ ਪੱਧਰ ਤੇ ਮਾਰ ਕਰਦਾ ਜੀ ਤੇ ਹਰ ਬਰੇ ਕਰਦਾ ਕੰਨੇ ਦੀ ਕੋਈ ਇਹਨਾਂ ਦੇ ਵਿੱਚੋਂ ਘਰਾਂ ਦੇ ਵਿੱਚੋਂ ਜਾਂਦਾ ਨੱਥ ਚੂੜਾ ਦਿਉਂਦਾ ਤੇ ਹੀਠਾਂ ਡੇਗ ਜਾਂਦਾ ਸੀ ਨੱਥ ਚੂੜੇ ਵਾਲੀ ਹਜੇ ਤੱਕ ਧਾਰਨਾ ਬਣਾਈ ਬੈਠੇ ਆ ਇਹਦੇ ਨਾਲ ਸੰਗਰੂਰ ਦੇ ਵਿੱਚ ਦੀ ਰੰਗ ਦਾ ਜਿਹੜਾ ਚੋ ਹੈ ਉਹ ਫਾਸਲਾਂ ਦਾ ਵੀ ਨੁਕਸਾਨ ਕਰਦਾ ਲੋਕਾਂ ਦੇ ਘਰਾਂ ਦਾ ਵੀ ਨੁਕਸਾਨ ਕਰਦਾ ਤੁਸੀਂ ਬਿਆਸ ਦੀ ਗੱਲ ਕੀਤੀ ਐ ਸਤਲੁਜ ਦੀ ਕੀਤੀ ਐ ਤੇ ਹੋਰ ਬਰਸਾਤੀ ਜਿਹੜੇ ਨਾਲੇ ਨੇ ਉਹ ਲਗਭਗ ਹਰ ਵੇ ਬਹੁਤ ਸਾਰੇ ਲੋਕਾਂ ਦੀਆਂ ਜ਼ਿੰਦਗੀਆਂ ਤਬਾਹ ਕਰ ਦਿਆ ਕਈ ਪਿੰਡ ਇਸ ਤਰ੍ਹਾਂ ਦੇ ਨੇ ਜਿਹੜੇ ਕਈ ਕਈ ਦਿਨ ਤੇ ਕਈ ਕਈ ਮਹੀਨੇ ਆਪਸ ਦੇ ਵਿੱਚ ਸੰਪਰਕ ਟੁੱਟਿਆ ਰਹਿੰਦਾ ਜੀ ਉਹਨਾਂ ਦੇ ਬੱਚੇ ਸਕੂਲਾਂ ਵਿੱਚ ਪੜ੍ਹਨ ਤੱਕ ਨਹੀਂ ਜਾ ਸਕਦੇ ਕਈਆਂ ਨੂੰ ਕਿਸ਼ਤੀਆਂ ਦਾ ਸਹਾਰਾ ਲੈਣਾ ਪੈਂਦਾ ਜਦੋਂ ਸਰਕਾਰ ਦੇ ਕੋਲ ਦਿਨ ਚੰਗੇ ਹੁੰਦੇ ਨੇ ਇਹ ਨਹੀਂ ਕਿ ਫੰਡਿੰਗ ਹੈ ਨਹੀਂ ਉਸ ਮਹਿਕਮੇ ਦੇ ਕਦੇ ਅੰਕੜੇ ਕੱਢ ਕੇ ਦੇਖੀ ਨਾ ਅੰਕੜਿਆਂ ਦੇ ਵਿੱਚ ਬਹੁਤ ਘੁਗੀਆਂ ਮਾਰੀਆਂ ਹੁੰਦੀਆਂ ਨੇ ਕਿ ਆ ਚੋਸ ਸਾਫ਼ ਕਰਨ ਵਾਸਤੇ ਆ ਜੀ ਉਹਨੂੰ ਡੂੰਘਾ ਕਰਨ ਵਾਸਤੇ ਆ ਗਾਰ ਕੱਢਣ ਵਾਸਤੇ ਆ ਵਿੱਚੋਂ ਕਾਹੀ ਪਾਸੇ ਕਰਨ ਦੇ ਵਾਸਤੇ ਹੁਣ ਜੇ ਗਾਰ ਕੱਢਿਆ ਜਾਂਦਾ ਕਾਹੀ ਕੱਢੀ ਜਾਂਦੀ ਹੈ ਘਾਫੂਸ ਪੱਟਿਆ ਜਾਂਦਾ ਹੈ ਉਹਦੇ ਵਿੱਚੋਂ ਗਾਰ ਕੱਢ ਕੇ ਬਾਹਰ ਰੱਖ ਦਿੱਤਾ ਜਾਂਦਾ ਤੇ ਫਿਰ ਹੜ ਹਰ ਸਾਲ ਕਿਉਂ ਆਉਂਦੇ ਆ ਜਾਂ ਤਾਂ ਇਹ ਹੋਵੇ ਕਿ ਭਾਈ ਇਹ ਰਾਜਸਥਾਨ ਹੈ ਇਹ ਕੋਈ ਮਾਰੂਥਲ ਹੈ ਇੱਥੇ ਤਾਂ ਕੋਈ 15 20 ਸਾਲੀ ਮੀਂਹ ਆਇਆ ਸਰਕਾਰ ਨੂੰ ਪਤਾ ਹੀ ਨਹੀਂ ਸੀ ਜਿਸ ਤਰ੍ਹਾਂ ਹੁਣ ਆ ਮਹਾਮਾਰੀ ਕਰੋਨਾ ਵਾਇਰਸ ਆਇਆ ਇਹਦੇ ਬਾਬਤ ਤਾਂ ਪਰ ਰੋਜ਼ਾਨਾ ਕਹਿੰਦੇ ਆ ਕਿ ਭਾਈ ਕੋਈ ਸਰਕਾਰ ਤਿਆਰ ਨਹੀਂ ਸੀ ਪਤਾ ਹੀ ਨਹੀਂ ਸੀ ਕੋਈ ਇਸ ਤਰ੍ਹਾਂ ਦਾ ਵਾਇਰਸ ਆਉ ਤੇ ਦੁਨੀਆ ਨੂੰ ਸੰਕਟ ਚ ਪਾ ਦੂ ਪਰ ਮੌਨਸੂਨ ਹਰੇਕ ਵੇਰੇ ਆਉਂਦੀ ਹੈ ਕਦੇ ਵੱਧ ਆਉਂਦੀ ਹੈ ਕਦੇ ਘੱਟ ਆਉਂਦੀ ਹੈ ਕਦੇ ਹਫਤਾ ਪਹਿਲਾਂ ਆ ਗਈ ਕਦੇ ਹਫਤਾ ਲੇਟ ਆ ਗਈ ਪਰ ਇਹ ਪਤਾ ਹੈ ਕਿ ਮੀਂਹ ਵੀ ਪੈਣੇ ਨੇ ਬਰਸਾਤ ਜ਼ਬਰਦਸਤ ਵੀ ਹੋਣੀ ਹੈ ਹੜ੍ਹ ਲੂ ਵੀ ਚੱਲਣੇ ਨੇ ਹੜ੍ਹ ਵੀ ਆਉਣੇ ਨੇ ਪਰ ਜਿਹੜੀ ਚੀਜ਼ ਦਾ ਸਾਨੂੰ ਪਤਾ ਹੈ ਫਿਰ ਤਿਆਰੀ ਕਿਉਂ ਨਹੀਂ ਜੀ ਇਹਦਾ ਮਤਲਬ ਕਿਤੇ ਨਾ ਕਿਤੇ ਸਰਕਾਰ ਅਵੇਸਲੀ ਵੀ ਹੈ ਕਿਤੇ ਨਾ ਕਿਤੇ ਉਹਨੂੰ ਇਸ ਗੱਲ ਦਾ ਕੋਈ ਫਿਕਰ ਨਹੀਂ ਕੋਈ ਮਰਦਾ ਹੈ ਕੋਈ ਜਿਉਂਦਾ ਹੈ ਕੋਈ ਰੁੜਦਾ ਹੈ ਕੋਈ ਟੱਠਦਾ ਹੈ ਕਿਸ ਦੀ ਫਸਲ ਤਬਾਹ ਹੁੰਦੀ ਹੈ ਉਹਨਾਂ ਨੂੰ ਪੰਜਾਂ ਸਾਲਾਂ ਤੋਂ ਬਾਅਦ ਇਹ ਚੇਤਾ ਨਹੀਂ ਰਹਿੰਦਾ ਕਿ ਅਸੀਂ ਲੋਕਾਂ ਨਾਲ ਕੀ ਵਾਦੇ ਕੀਤੇ ਸੀ ਸਾਲਕ ਪਹਿਲਾਂ ਤਿਆਰੀਆਂ ਆਰੰਭ ਦਿੰਦੇ ਨੇ ਹੋ ਸਕਦਾ ਹੈ ਕਿ ਐਤ ਕੀਤਾ ਭਾਈ ਬਰਸਾਤਾਂ ਦਾ ਤੁਹਾਨੂੰ ਇਸ ਤਰ੍ਹਾਂ ਮਾਰ ਚ ਰਣੀ ਪਵੇ ਅਗਲੀ ਬਰਸਾਤ ਤੋਂ ਪਹਿਲਾਂ ਕੋਈ ਹਾਲ ਹਲ ਕਰ ਲਾਂਗੇ ਆ ਬਿਲਕੁਲ ਬੈਨੀਪਲਸਾ ਵਾ ਇਲੈਕਸ਼ਨ ਬਹੁਤ ਕੁਝ ਕਰਾਉਂਦੀ ਹੈ ਫਿਰ ਤਾਂ ਨੋਟਾਂ ਦੇ ਵੀ ਜਿਹੜੇ ਆ ਉਹ ਬੰਨ ਬਣਾਉਣ ਲੱਪੇ ਨੇ ਲੀਡਰ ਹੁਣ ਬੈਨੀਪਲਸਾ ਸਭ ਤੋਂ ਵੱਡੀ ਗੱਲ ਹੈ ਕਿ ਜਿੱਥੇ ਅਸੀਂ ਫੇਲ ਹੋਏ ਆ ਉਹ ਇਹ ਸੀ ਕਿ ਜਦੋਂ ਪਿਛਲੀ ਵਾਰ ਬੰਨ ਟੁੱਟਿਆ ਨਾ ਜੀ ਉਦੋਂ ਲੋਕਾਂ ਨੇ ਠੋਕ ਬਜਾ ਕੇ ਮੀਡੀਆ ਦੇ ਸਾਹਮਣੇ ਕਿਹਾ ਸੀ ਪ੍ਰਾਈਮੇਰੀਸ਼ਾ ਟੀਵੀ ਤੇ ਵੀ ਆ ਕੇ ਕਿਹਾ ਸੀ ਕਿ ਭਾਈ ਬੰਨ ਟੁੱਟਣੇ ਨਹੀਂ ਸੀ ਪਹਿਲੀ ਗੱਲ ਹੈ ਕਿ ਸਫਾਈ ਕਾਗਜ਼ਾਂ ਚ ਹੁੰਦੀ ਹੈ ਪੈਸੇ ਢਿਲੇ ਸ਼ਖਸ਼ਖਾ ਲੈ ਜਾਂਦੇ ਆ ਸਰਕਾਰ ਜਿਹੜੀ ਮਰਜ਼ੀ ਹੋਵੇ ਪਰ ਅਸਲ ਸਫਾਈ ਹੁੰਦੀ ਨਹੀਂ ਬੰਨਾਂ ਦੀ ਮੁਰੰਮਤ ਦੇ ਲਈ ਵੀ ਪੈਸੇ ਢਿਲੇ ਜੇ ਆਉਂਦੇ ਆ ਤਾਂ ਕਾਗਜ਼ਾਂ 'ਚ ਆਉਂਦੇ ਆ ਹੁੰਦੀ ਨਹੀਂ ਦੂਸਰੀ ਗੱਲ ਜਿਹੜੀ ਸਭ ਤੋਂ ਇੰਪੋਰਟੈਂਟ ਸੀ ਜੇਸ ਮੁੱਦੇ ਦੇ ਉੱਤੇ ਪੰਜਾਬ ਐਸ ਵੇਲੇ ਕੰਬਿਆ ਫਿਰਦਾ ਨਜਾਇਜ਼ ਮਾਈਨਿੰਗ ਜੇ ਦਰਿਆਵਾਂ ਦੇ ਵਿੱਚੋਂ ਦੋ ਨੰਬਰ ਚ ਰੇਤਾ ਕੱਢ ਕੇ ਇੱਕ ਤਾਂ ਸਰਕਾਰ ਨੂੰ ਚੂਨਾ ਲੱਗਦਾ ਦੂਸਰਾ ਜਿਹੜੇ ਟਿੱਪਰ ਤੇ ਟਰਾਲੀਆਂ ਤੇ ਹੋਰ ਜਿਹੜੀਆਂ ਉਹ ਮਸ਼ੀਨਾਂ ਨੇ ਉਹਨਾਂ ਨੂੰ ਲੰਘਾਉਣ ਦੇ ਲਈ ਉਹ ਕਹਿੰਦੇ ਕਿ ਆਪਾਂ ਹੀ ਉਹ ਬੰਨ ਥੋੜੀ ਜਿਆ ਤੋੜ ਲੈਂਦੇ ਆ ਛੋਟ ਨੀਮਾ ਕਰ ਲੈਂ ਜੇ ਤਾਂ ਠੋਕ ਬਜਾ ਕੇ ਕੀਤੀ ਜਾਂਦੀ ਕਾਰਵਾਈ ਹੁੰਦੀ ਇਨਕੁਆਰੀ ਕਿ ਪਾਈਏ ਕਿ ਇਹ ਕਿਹਨਾਂ ਨੇ ਸਰਕਾਰੀ ਬੰਨ ਹੈ ਉਹਨੂੰ ਕੋ ਤੋੜ ਨਹੀਂ ਸਕਦਾ ਪਰ ਜੇ ਕਿਹਨੇ ਤੋੜਿਆ ਜੇ ਤਾਂ ਉਹਦੇ ਉੱਤੇ ਕਾਰਵਾਈ ਕੀਤੀ ਹੁੰਦੀ ਤਾਂ ਠੀਕ ਹੁੰਦਾ ਕਾਰਵਾਈ ਕਿਸੇ ਨੇ ਕੀਤੀ ਇਹਦਾ ਮਤਲਬ ਹੈ ਕਿ ਕਿਤਨੇ ਕਿਤੇ ਦਾਲ ਦੇ ਵਿੱਚ ਬਹੁਤ ਵੱਡੀ ਪੱਧਰ ਦੇ ਉੱਤੇ ਕਾਰਵਾਈ ਵਾਟਸਐਪ ਕੀਤੀ ਸੀ ਕੈਪਟਨ ਅਮਰਿੰਦਰ ਸਿੰਘ ਉਹਦੀ ਬਰਸਾਤ ਦੇ ਦਿਨਾਂ 'ਚ ਹੈਲੀਕਾਪਟਰ ਜਾਂਦੇ ਸੀ ਉਹਨਾਂ ਨੇ ਦੇਖ ਲਈ ਸੀ ਉਹ ਮਸ਼ੀਨ ਵੀ ਖੜੀ ਐ ਹੂਟਾ ਲਿਆਈ ਜਦੋਂ ਹਾਂ ਹਾਂ ਕਰਤਾਰਪੁਰ ਨੂੰ ਆਉਂਦੀ ਸੀ ਹੁਣ ਜੇ ਤਾਂ ਉਦੋਂ ਕੁਝ ਕੰਮ ਕੀਤਾ ਹੁੰਦਾ ਤੇ ਅੱਜ ਤੱਕ ਸੂਤ ਆ ਜਾਂਦਾ ਉਹਦੇ ਤੋਂ ਬਾਅਦ ਦੁਬਾਰਾ ਉਹ ਕੰਮ ਸ਼ੁਰੂ ਹੋ ਗਿਆ ਬਾਬਾ ਬਲਵੀਰ ਸਿੰਘ ਸੀਚੇ ਲੱਗੇ ਆ ਉਹ ਆਪਣੀ ਪੱਧਰ ਤੇ ਕਿੰਨਾ ਕੁ ਬੰਦ ਬੰਦੇ ਨੇ ਬਣਾ ਲੈਣਾ ਇੱਕ ਸਸਤਾ ਕਿੰਨਾ ਕੰਮ ਕਿੰਨਾ ਕੰਮ ਕਰ ਲੂ ਸਰਕਾਰ ਦੀ ਡਿਊਟੀ ਸੀ ਮੈਂ ਕਿੰਨਾ ਕਿ ਟਿੱਪਣੀਆਂ ਕਰਦੇ ਹੋ ਜੇ ਤੁਸੀਂ ਸਾਨੂੰ ਸੁਣ ਰਹੇ ਹੋ ਜੋ ਤੁਹਾਡੇ ਰਿਸ਼ਤੇਦਾਰ ਬੰਨਾਂ ਦੇ ਨੇੜੇ ਰਹ ਕੀ ਬੰਨ ਟੁੱਟਣ ਵਾਲੇ ਤਾਂ ਨਹੀਂ ਕੀ ਦਰਿਆਵਾਂ ਦੀ ਸਫਾਈ ਹੋ ਗਈ ਕੀ ਸਰਕਾਰ ਮੈਂ ਕਹਿੰਦਾ ਵਾਈਟ ਪੇਪਰ ਇੱਥੇ ਜਾਰੀ ਕਰਦੀ ਕਿ ਪਿਛਲੇ 10 15 ਸਾਲਾਂ ਦੇ ਵਿੱਚ ਕਿੰਨੀ ਵਾਰ ਦਰਿਆਵਾਂ ਦੇ ਬੰਨ ਮਜ਼ਬੂਤ ਕਰਨ ਦੇ ਲਈ ਪੈਸੇ ਆਏ ਆ ਕਿੰਨੀ ਵਾਰ ਲੱਗ ਗਏ ਆ ਕਿੰਨੀ ਵਾਰੀ ਉਹਨਾਂ ਦਰਿਆਵਾਂ ਨੂੰ ਸਾਫ਼ ਕਰਨ ਦੇ ਪੈਸੇ ਆਏ ਆ ਕਿੰਨੀ ਵਾਰ ਇਨਕੁਆਰੀਆਂ ਕੀਤੀਆਂ ਰਿਜ਼ਲਟ ਕੀ ਆਏ ਆ ਫਿਰ ਕਾਗਜ਼ ਵੀ ਸਾਹਮਣੇ ਆ ਜਾਂਦੇ ਤਾਂ ਲੋਕਾਂ ਦੇ ਸਾਹਮਣੇ ਹੀ ਆ ਦਰਿਆ ਲੋਕਾਂ ਦੇ ਸਾਹਮਣੇ ਹੀ ਸਾਫ਼ ਹੋਏ ਹੋਣੇ ਆ ਲੋਕਾਂ ਦੇ ਸਾਹਮਣੇ ਹੀ ਬੰਨ ਬਣੇ ਹੋਣੇ ਆ ਮੈਨੀਪਾਲ ਸਰਬ ਨੁਕਸਾਨ ਬਹੁਤ ਹੋਇਆ ਸੀ ਸਰਕਾਰਾਂ ਭੁੱਲ ਜਾਂਦੀਆਂ ਅਸੀਂ ਦੂਰ ਪਰ ਕੋਈ ਬੰਦਾ ਹੁੰਦਾ ਉਹਨੇ ਦੋ ਤਿੰਨ ਮੱਜਾਂ ਰੱਖੀਆਂ ਦੋ ਤਿੰਨ ਗਾਵਾਂ ਰੱਖੀਆਂ ਉਹਨਾਂ ਤੋਂ ਹੀ ਗੁਜ਼ਾਰਾ ਕਰਦੇ ਸੀ ਹੜ ਆਇਆ ਆਪ ਤਾਂ ਲੋਕ ਦੌੜ ਗਏ ਪਰ ਬਹੁਤੇ ਪਸ਼ੂ ਧਨ ਜਿਹੜਾ ਉਹ ਸਾਡਾ ਖਤਮ ਹੋ ਗਿਆ ਸੀ ਮਾਰਿਆ ਗਿਆ ਸੀ ਲੋਕਾਂ ਦਾ ਧੰਦਾ ਚੋਪਟ ਹੋ ਗਿਆ ਸੋਰਸ ਆਫ ਇਨਕਮ ਖਤਮ ਹੋ ਗਿਆ ਇਹਦੇ ਤੋਂ ਇਲਾਵਾ ਕਈਆਂ ਦੀਆਂ ਖੂਈਆਂ 'ਚ ਪਾਣੀ ਵੜ ਗਿਆ ਖੂਈਆਂ ਮੋਟਰਾਂ ਬੈ ਗਈਆਂ ਬੋਰ ਖਰਾਬ ਹੋ ਗਿਆ ਲੱਖ ਲੱਖ ਰੁਪਈਆ ਲੱਗਦਾ ਮੁੜ ਕੇ ਵੱੱਧ ਵੀ ਲੱਗਦੇ ਆ ਲੋਕ ਲੱਖ ਰੁਪਈਆ ਕਿੱਥੋਂ ਲੈ ਕੇ ਆਉਣਗੇ ਫਸਲ ਇੱਕ ਮਾਰੀ ਗਈ ਸਰਕਾਰ 4000 ਦੇ ਦੋ 5000 ਦੇ ਦੋ ਨਹੀਂ ਨਹੀਂ 5-5 7-7 ਰੁਪਏ ਵੀ ਦੇਣ ਦੀ ਹਨ ਜਾਨੀ ਉਹ ਉਹ ਤਾਂ ਵੱਡੀ ਰਕਮ ਹੈ ਨਾ ਮੈਂ ਤਾਂ ਛੋਟੀ ਰਕਮ ਦੀ ਗੱਲ ਕੀਤੀ ਜੀ ਜੀ ਉਹਦੇ ਤੋਂ ਇਲਾਵਾ ਸਮਾਜ ਸੇ ਵੀ ਜਥੇਬੰਦੀਆਂ ਵੀ ਕੀ ਦੇ ਦੇਣਗੀਆਂ ਜਿਨ੍ਹਾਂ ਮੰਨ ਲਓ ਜਿਹਦੇ ਘਰੇ ਪਾਣੀ ਵੜ ਗਿਆ ਨਿਆਣੇ ਦੀਆਂ ਕਿਤਾਬਾਂ ਖਰਾਬ ਹੋ ਗਈਆਂ ਕਿਸੇ ਦੇ ਦਾਣੇ ਖਰਾਬ ਹੋ ਗਏ ਕਿਸੇ ਦਾ ਕੱਪੜਾ ਲੱਤਾਂ ਖਰਾਬ ਹੋ ਗਿਆ ਕਿਸੇ ਦਾ ਫਰਨੀਚਰ ਖਰਾਬ ਹੋ ਗਿਆ ਬਹੁਤ ਕੁਝ ਹਟ ਗਿਆ ਉਹ ਸਾਰੇ ਦਾ ਘਾਟਾ ਲੋਕਾਂ ਨੇ ਕਿੱਥੋਂ ਪੂਰਾ ਕਰਨਾ ਪੈਸਾ ਥੇਲਾ ਲੋਕਾਂ ਦੇ ਕੋਲੇ ਹੈ ਕਿੱਥੇ ਪਰ ਜੇ ਏਡੇ ਵੱਡੇ ਘਾਣ ਤੋਂ ਬਾਅਦ ਵੀ ਇਹਡੇ ਵੱਡੇ ਨੁਕਸਾਨ ਤੋਂ ਬਾਅਦ ਵੀ ਸਾਡੀਆਂ ਸਰਕਾਰਾਂ ਸਾਡਾ ਪ੍ਰਸ਼ਾਸਨ ਅਮਲਾ ਫੈਲਾ ਸੰਭਲਿਆ ਨਹੀਂ ਜੇ ਦੁਬਾਰਾ ਪ੍ਰਬੰਧ ਕੀਤਾ ਹੀ ਨਹੀਂ ਗਿਆ ਹੁਣ ਮੌਸਮ ਵਿਭਾਗ ਨੇ ਕਹਤਾ ਕਿ ਮੀਂਹ ਠੋਕੇ ਪੈਣਾ ਹੈ ਜੇ ਸਾਡੇ ਮੈਦਾਨੀ ਇਲਾਕੇ 'ਚ ਠੋਕੇ ਪੈਣਾ ਤਾਂ ਹਿਮਾਲਿਆ ਪਰਬਤ ਤੇ ਪੈਣਾ ਹੀ ਪੈਣਾ ਸਾਡੀਆਂ ਜਿਹੜੀਆਂ ਸ਼ਵਾਲਕ ਦੀਆਂ ਪਹਾੜੀਆਂ ਤੇ ਪੈਣੀਆਂ ਤੇ ਜਦੋਂ ਪਹਾੜਾਂ ਤੇ ਮੀਂਹ ਪੈਂਦਾ ਇੱਕਦਮ ਪਾਣੀ ਆਉਂਦਾ ਫਿਰ ਫਲੱਡ ਗੇਟ ਖੋਲੇ ਜਾਂਦੇ ਐ ਗੇਟ ਕਾਦੇ ਖੁੱਲਦੇ ਐ ਸਾਡੀ ਕਿਸਮਤ ਦੇ ਬੂਹੇ ਬੈਨੀਪਾਲਸਾ ਬੰਦ ਹੋ ਜਾਂਦੇ ਐ ਐਤਕੀ ਜੇ ਹੜਾਏ ਤਾਂ ਸਿੱਧੇ ਤੌਰ ਦੇ ਉਤੇ ਧਿਰਾਂ ਜ਼ਿੰਮੇਵਾਰ ਹੋਣਗੀਆਂ ਜਿਨ੍ਹਾਂ ਦੀ ਕੰਮ ਕਰਨ ਦੀ ਸੀ ਹੱਥ ਤੇ ਹੱਥ ਕਰਕੇ ਬੈਠਣ ਦੀ ਨਹੀਂ WhatsApp ਇੱਕ ਪਾਸੇ ਆਪਾਂ ਕਹਿੰਦੇ ਆ ਕਿ ਦੇਖੋ ਮੀਂਹਾਂ ਦਾ ਪੈਣਾ ਬਹੁਤ ਲਾਜ਼ਮੀ ਹਮਮ ਪਰ ਉਹਨਾਂ ਨੂੰ ਪੁੱਛ ਕੇ ਦੇਖੋ ਜਿਹੜੇ ਬਰਸਾਤੀ ਨਾਲਿਆਂ ਦੇ ਆਲੇ ਦੁਆਲੇ ਰਹਿੰਦੇ ਆ ਜੀ ਇਹਨਾਂ ਦਰਿਆਵਾਂ ਦੇ ਆਲੇ ਦੁਆਲੇ ਰਹਿੰਦੇ ਆ ਮੀਂਹ ਕਿਤੇ ਪੈ ਰਿਹਾ ਹੁੰਦਾ ਬੱਜਲ ਬੱਦਲ ਕਿਤੇ ਗਰਜ ਰਿਹਾ ਹੁੰਦਾ ਤੇ ਮੁਠੀ 'ਚ ਜਾਨ ਉਹਨਾਂ ਦੀ ਆਈ ਹੁੰਦੀ ਆ ਕਿ ਹੁਣ ਬਣਨਾ ਕੀ ਹੈ ਜੀ ਬਹੁਤ ਸਾਰੇ ਛੋਟੇ-ਛੋਟੇ ਬੱਚੇ ਨੂੰ ਚੁੱਕ ਕੇ ਤੁਸੀਂ ਦੇਖਿਓ ਮੋਢਿਆਂ ਦੇ ਉੱਤੇ ਤੁਰੇ ਜਾਂਦੇ ਹੁੰਦੇ ਨੇ ਕਈ ਕਈ ਦਿਨ ਰੋਟੀ ਨੂੰ ਤਰਸਦੇ ਰਹਿੰਦੇ ਨੇ ਹੁਣ ਐਕਚੁਅਲੀ ਜਿਹੜੀ ਸਿਚੁਏਸ਼ਨ ਕੀ ਬਣਦੀ ਹੈ ਤੇ ਕਿਉਂ ਬਣਦੀ ਹੈ ਇਹਦੇ ਪਿੱਛੇ ਸਾਨੂੰ ਕਿਸੇ ਨੂੰ ਹੋਰ ਦੋਸ਼ ਦੇਣ ਦੀ ਜ਼ਰੂਰਤ ਨਹੀਂ ਜਿਹੜੀ ਸਬੰਧਤ ਅਤਰ ਹੈ ਜਿਹੜੀ ਸੱਤਾ ਤਰਿਤ ਹੈ ਅਸਲ ਦੇ ਵਿੱਚ ਕਸੂਰवार ਉਹ ਹੈ ਕਿਉਂਕਿ ਉਹ 5 ਸਾਲਾਂ ਦੇ ਵਿੱਚ ਚੰਬਦੀਆਂ ਚਲਾਉਂਦੇ ਰਹਿੰਦੇ ਆ ਹੁਣ ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਕਾਗਜ਼ਾਂ ਚ ਸਫਾਈ ਭਾਈ ਸਫਾਈ ਕਾਗਜ਼ਾਂ ਚ ਕਿਵੇਂ ਹੋ ਸਕਦੀ ਹੈ ਸਫਾਈ ਤਾਂ ਜੇ ਹੋਊ ਹਾਂ ਸਫਾਈ ਤਾਂ ਜੇ ਹੋਊ ਤੇ ਜਿਹੜੇ ਨਾਲੇ ਦੀ ਜਿਹੜੇ ਦਰਿਆ ਦੀ ਕਰਨ ਵਾਲੀ ਆ ਉਹਦੀ ਕਰਨੀ ਪੈਣੀ ਆ ਨਾ ਸਫਾਈ ਤਾਂ ਜੇਬ ਦੀ ਹੁੰਦੀ ਹੈ ਲੋਕਾਂ ਦੀ ਜੇਬ ਦੀ ਹੁੰਦੀ ਹੈ ਸੋ ਜੇਕਰ ਹੁਣ ਵੀ ਆਪਾਂ ਸਿਆਣੇ ਨਾ ਨਾ ਹੋਏ ਫਿਰ ਸਰਕਾਰਾਂ ਨੇ ਸਿਆਣੀਆਂ ਨਹੀਂ ਹੋਣਾ ਬਹੁਤ ਸਾਰੇ ਪਰਿਵਾਰਾਂ ਦੇ ਕੋਲ ਦੁੱਖ ਨੇ ਬਹੁਤ ਸਾਰੇ ਪਰਿਵਾਰਾਂ ਦੇ ਜੀ ਤੁਰ ਜਾਂਦੇ ਨੇ ਹੜ੍ਹਾਂ ਦੇ ਵਿੱਚ ਬਹੁਤ ਸਰੀਆਂ ਜਾਨਾਂ ਮੈਂ ਪਿਛਲੀ ਵਾਰੀ ਵੇਖਿਆ ਕਿ ਹਰਿਆਣੇ ਤੋਂ ਤੇ ਪੰਜਾਬ ਤੋਂ ਖਬਰਾਂ ਆਈਆਂ ਸੀ ਉਹ ਕਹਿੰਦੇ ਸੀ ਸਾਨੂੰ ਅਲਦੋਲੇ ਕੋਈ ਰੋਟੀ ਪਾਣੀ ਦੇਣਾ ਨਹੀਂ ਆ ਇੱਕੋ ਹੀ ਕਮਰੇ ਵਿੱਚ 4 4 5 5 ਫੁੱਟ ਪਾਣੀ ਫਿਰਦਾ ਵਿੱਚ ਸੱਪ ਸਲੂੰਡੀਆਂ ਤੁਰੀਆਂ ਫੜਦੀਆਂ ਨੇ ਸੋ ਉਹਨੋਂ ਘਰ ਦਾ ਸਮਾਨ ਵੀ ਬਰਬਾਦ ਹੋ ਜਾਂਦਾ ਘਰ ਛੱਡ ਕੇ ਜਾਣ ਜੋਗੇ ਵੀ ਕਿਤੇ ਨਹੀਂ ਹੁੰਦੇ ਸੋ ਮੀ ਕਿਤੇ ਹੁੰਦਾ ਉਹਨਾਂ ਨੂੰ ਪਹਿਲਾਂ ਫਿਕਰ ਹੋ ਜਾਂਦਾ ਕਿ ਅੱਜ ਸਾਡਾ ਘਰ ਸਾਡਾ ਛੱਤ ਫੇਰ ਚੋਣੀ ਹੈ ਸੋ ਉਹਨਾਂ ਦਾ ਖਿਆਲ ਸਰਕਾਰ ਨੂੰ ਕਰਨਾ ਪੈਣਾ ਜੇ ਨਹੀਂ ਕਰੂ ਭਾਈ ਤੁਸੀਂ ਇਲੈਕਸ਼ਨ ਵਲੇ ਉਹਨਾਂ ਦਾ ਖਿਆਲ ਫਿਰ ਜ਼ਰੂਰ ਰੱਖਣਾ ਹਾਂ ਨਹੀਂ ਜੇ ਉਦੋਂ ਖਿਆਲ ਨਹੀਂ ਰੱਖਾਂਗੇ ਤਾਂ ਬੈਨੀਪਾਲ ਸਾਹਿਬ ਫਿਰ ਤਾਂ ਅਗਲਿਆਂ ਨੇ ਆਪਣੇ ਹਿਸਾਬ ਕਿਤਾਬ ਦੇ ਨਾਲ ਚੱਲੀ ਜਾਣਾ ਹੈ ਬਾਕੀ ਇੰਨੀ ਗੱਲ ਜ਼ਰੂਰ ਹੈ ਬੈਨੀਪਾਲ ਸਾਹਿਬ ਕਿ ਐਸਲੇ ਆਪਣੀਆਂ ਲੱਤਾਂ ਨੇ ਹੀ ਆਪਣਾ ਭਾਰ ਚੱਕਣਾ ਹੈ ਬਿਲਕੁਲ ਪਰ ਜੇ ਅਸੀਂ ਉਹੀ ਪਰਚਿਆਂ ਵਾਲੀ ਰਾਜਨੀਤੀ ਚ ਰਹਾਂਗੇ ਕਿ ਪਾਈਓ ਸਾਡੇ ਨਾਲ ਸੀ ਇਧਰ ਸੀ ਤਾਂ ਫਿਰ ਕੱਖ ਨਹੀਂ ਬਣਨਾ ਉਮੀਦ ਕਰਦੇ ਹਾਂ ਕਿ ਚੰਗੀ ਇਲੈਕਸ਼ਨ ਹੋਵੇ ਚੰਗੇ ਲੀਡਰ ਚੁਣੋ ਚੰਗੀਆਂ ਸਰਕਾਰਾਂ ਬਣਨ ਬਿਲਕੁਲ ਇਸ ਦੇ ਨਾਲ ਹੀ ਬਾਟ ਸਾਹਿਬ ਸਮੇਂ ਦੀ ਲਗਭਗ ਲਗਭਗ ਸਮਾਪਤੀ ਹੈ ਤੁਹਾਡਾ ਤਹਿ ਦੋਂ ਧੰਨਵਾਦ ਮਿਹਰਬਾਨੀ ਜੀ ਬਹੁਤ ਸ਼ੁਕਰੀਆ ਜੀ ਧੰਨ ਦੋਸਤੋ ਏ ਸੀ ਸਾਡਾ ਅੱਜ ਦਾ ਪ੍ਰਾਈਮ ਫੋਕਸ ਉਮੀਦ ਕਰਦੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਣਾ ਆਪਣੀ ਕੀਮਤੀ ਰਾਏ ਸਾਡੇ ਤੱਕ ਜਰੂਰ ਪੁੱਜਦੀ ਕਰਿਓ ਹੁਣ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜ਼ਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ੍ਰੀ ਅਕਾਲ ਰਬ ਰੱਖਾ ਤੁਸੀਂ ਦੇਖਦੇ ਰਹੋ ਪ੍ਰਾਇਮੇਸ਼ੀਆ ਤੁਹਾਡਾ ਆਪਣਾ ਤੁਹਾਡੇ ਲਈ